हर कोई जानदा मोटे विच पौनी हर कोई जानदा शहर जट्टा सीना चाहिदा चलाउण नू शहर जट्टा सीना चाहिदा चलाउण नू अख कोई टक्कर है जे बंद माई दा हर बिना दनाई फेर रोण पौण नू अख कोई टक्कर है जे बंद माई दा ओल बिना दनाई फेर रोण पौण नू अख कोई टक्कर है जे बंद माई दा बिना दनाई फेर रोण पौण नू ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਸੱਥ ਵਿੱਚ ਫੀਟ ਵਾਲੇ ਨਿਹਾਲ ਦੇ ਖਿਲਾਫ ਸ਼ਿਕਾਇਤਾਂ ਸੁਣੀਆਂ ਜਾਣਗੀਆਂ ਸਾਰਾ ਪਿੰਡ ਆਪਣੀਆਂ ਸ਼ਿਕਾਇਤਾਂ ਲੈ ਕੇ ਹੁੰਮ ਹਮਾ ਕੇ ਸੱਥ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਸਰਪੰਚ ਜੀ ਬਹੁਤ ਹੋ ਗਿਆ ਹੁਣ ਤਾਂ ਜਿਹੜਾ ਹਰਾਮ ਕਰ ਰੱਖਿਆ ਜੀ ਤੁਹਾਡੇ ਮੁੰਡੇ ਨੇ ਸਰਪੰਚ ਸਾਹਿਬ ਉਹ ਇਹਨਾਂ ਦਾ ਕਿਸੇ ਜ਼ਮਾਨੇ ਦੇ ਵਿੱਚ ਕਾਲੇ ਕੱਚੇ ਵਾਲਿਆਂ ਤੋਂ ਡਰ ਨਹੀਂ ਸੀ ਲੱਗਦਾ ਜਿੰਨਾ ਇਹਨਾਂ ਦੇ ਮੁੰਡੇ ਨਿਹਾਲੇ ਤੋਂ ਲੱਗਦਾ ਪਰ ਪਹਿਲਾਂ ਮੈਨੂੰ ਇਹ ਤਾਂ ਦੱਸੋ ਕਿ ਮੇਰੇ ਮੁੰਡੇ ਨੇ ਕੀਤਾ ਕੀ ਆ ਹੱਦ ਹੋ ਗਈ ਭੈਣ ਜੀ ਉਹਨੇ ਸਾਰੇ ਪਿੰਡ ਦੇ ਨਾਕੇ ਦਮ ਕੀਤਾ ਹੋਇਆ ਔਰ ਤੁਸੀਂ ਕਹਿੰਦੇ ਹੋ ਕਿ ਮੇਰੇ ਮੁੰਡੇ ਨੇ ਕੀਤਾ ਕੀ ਆ ਉਹ ਚਾਚੀ ਮੇਰੀ ਵੀ ਸੁਣ ਲਾ ਤੇਰੇ ਮੁੰਡੇ ਨੇ ਭਾਨੀ ਮਾਰ ਕੇ ਮੇਰਾ ਰਿਸ਼ਤਾ ਰਲਾਤਾ ਆਖੇ ਜੀ ਮੁੰਡਾ ਪਿੰਡ 'ਚ ਗਾਲਾਂ ਕੱਢਦਾ ਦੱਸੋ ਤਾਂ ਮੈਂ ਕਦੀ ਕਿਸੇ ਹਰਾਮ ਦੇ ਨੂੰ ਗਾਲ ਕੱਢੀ ਆ ਉਹ ਮਸੋ ਮਸੋ ਤਾਂ ਮੈਨੂੰ ਕੋਈ ਕੁੜੀ ਦੇਣ ਨੂੰ ਮੰਨਿਆ ਸੀ ਮਸਾ ਮਸਾ ਤੈਨੂੰ ਰਿਸ਼ਤਾ ਆਇਆ ਸੀ ਨਹੀਂ ਇਸੋ ਮਜ ਤਾਂ ਕੋਈ ਕਿਸੇ ਨੂੰ ਕੱਤੀ ਦਾ ਸੰਗਤ ਨਹੀਂ ਫੜਾਉਂਦਾ ਉਹਦੇ ਸਾਰੀ ਗਲਤੀ ਤੇਰੀ ਆ ਵੇਖਾ ਕਿਹੜਾ ਊਤ ਪੁੱਤ ਜੰਮਿਆ ਚਾਚੀ ਮੈਂ ਵੀ ਤਾਂ ਇਸੇ ਪਿੰਡ 'ਚ ਰਹਿਣਾ ਕਦੇ ਕੋਈ ਮੇਰੀ ਕੰਪਲੇਂਟ ਸੁਣੀ ਆ ਪੁੱਤ ਤੂੰ ਤਾਂ ਪੜ੍ਹਿਆ ਲਿਖਿਆ ਉਹ ਹੈ ਮਾਂ ਵਰਗਾ ਅਨਪੜ੍ਹ ਪਿਓ ਵਿਚਾਰਾ ਸਾਰੀ ਉਮਰ ਪਿੰਡ ਦੀ ਭਲਾਈ ਕਰਦਾ ਮਰ ਗਿਆ ਪੁੱਤ ਨੇ ਨਾਂ ਰੋਸ਼ਨ ਤਾਂ ਕੀ ਕਰਨਾ ਸੀ ਸਗੋਂ ਮਿੱਟੀ 'ਚ ਮਿਲਾ ਕੇ ਰੱਖਤਾ ਨਾ ਭੈਣ ਜੀ ਏਦਾਂ ਨਾ ਕਹੋ ਬੜੀਆਂ ਦੁਆਵਾਂ ਮੰਗ ਮੰਗ ਕੇ ਮੈਂ ਉਹਨੂੰ ਲਿਆ ਨਾ ਦੁਆ ਮੰਗੀ ਸੀ ਇੱਕ ਬਾਦ ਦੁਆ ਸਰਪੰਚ ਸਾਹਿਬ ਇਸ ਤੋਂ ਪਹਿਲਾਂ ਕਿ ਪਿੰਡ ਦਾ ਕੋਈ ਹੋਰ ਨੁਕਸਾਨ ਹੋਵੇ ਇਹਨੂੰ ਪਿੰਡ ਤੋਂ ਕੱਢ ਦੇਣਾ ਚਾਹੀਦਾ ਭੈਣ ਜੀ ਮੈਂ ਤੁਹਾਡੇ ਸਵਰਗਵਾਸੀ ਘਰ ਵਾਲੇ ਦਾ ਲਿਹਾਜ਼ ਕਰਕੇ ਤੁਹਾਨੂੰ ਇੱਕ ਮੌਕਾ ਹੋਰ ਦਿੰਦਾ ਜੇ ਤੁਹਾਡੇ ਮੁੰਡੇ ਨੇ ਪਿੰਡ ਵਾਲਿਆਂ ਨੂੰ ਤੰਗ ਕੀਤਾ ਤਾਂ ਫੇਰ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਾਂਗਾ ਤੁਸੀਂ ਯਾਦ ਰੱਖਣਾ ਅੱਜ ਤੋਂ ਬਾਅਦ ਨਾ ਕੋਈ ਤੁਹਾਡੇ ਦੁੱਖ 'ਚ ਖੜੇ ਨਾ ਕੋਈ ਸੁੱਖ 'ਚ ਨਾ ਤੁਹਾਡੇ ਘਰ ਕੋਈ ਜਾਊਗਾ ਨਾ ਤੁਹਾਡੇ ਘਰ ਕੋਈ ਆਊਗਾ ਤੁਹਾਡੇ ਘਰ ਤਾਂ ਵੈਸੇ ਵੀ ਕਿਸੇ ਨੇ ਆਉਣਾ ਕੀ ਹੈ ਕਿਉਂਕਿ ਤੁਹਾਡੇ ਮੁੰਡੇ ਦਾ ਵਿਆਹ ਤਾਂ ਆਊਗਾ ਜੇ ਉਹਨੂੰ ਕੋਈ ਕੁੜੀ ਦਊਗਾ ਤੇ ਠੀਕ ਹੈ ਭਰਾਵੋ ਹੁਣ ਇਹ ਸਭ ਨੂੰ ਮਨਜ਼ੂਰ ਹੈ ਨਾ ਤੰਗ ਕਰ ਲਿਆ ਪਿੰਡ ਵਾਲਿਆਂ ਨੇ ਸਾਲੇ ਰੋਜ਼ ਰੋਜ਼ ਬੇਬੇ ਨੂੰ ਪੰਚਾਇਤ 'ਚ ਸੱਦ ਲੈਂਦੇ ਨੇ ਉੱਤੋਂ ਸਾਲਿਆਂ ਦੀਆਂ ਧਮਕੀਆਂ ਦੇਖ ਲਓ ਆਖੇ ਸਾਡੇ ਵਿਆਹ ਸ਼ਾਦੀ ਤੇ ਨਾ ਆਇਓ ਵੀ ਸਾਲਿਓ ਮੈਂ ਤੁਹਾਡੀਆਂ ਗੁਲਾਬ ਜਾਮਣ ਦਾ ਭੁੱਖਾ ਜਿਹੜਾ ਤੁਹਾਡੇ ਵਿਆਹ ਤੇ ਆਊਂਗਾ ਉਹ ਤਾਰੀ ਤੂੰ ਸਾਲਿਆ ਮੇਰੇ ਨਾਲੋਂ ਵੱਧ ਲੈਪਟਾਪ ਨੂੰ ਪਿਆਰ ਕਰਦਾ ਵਾਂ ਸਾਲਿਆ 24 ਘੰਟੇ ਬੈਠਾ ਗੰਦ ਸੁਆਹ ਕਰੀ ਜਾਂਦਾ ਵਾਂ ਜੇ ਇੰਨਾ ਔਖਾ ਵਿਆਹ ਕਰਾ ਲਾ ਉਹ ਇਹਨੂੰ ਕਿਹਨੇ ਕੁੜੀ ਦੇਣੀ ਹੈ ਅੱਛਾ ਗੱਲ ਪੱਕੀ ਆ ਬਈ ਮੈਨੂੰ ਕਿਹਨੇ ਕੁੜੀ ਦੇਣੀ ਹੈ ਬਰੇ ਕਰ ਸੋਨੀ ਹਾਂ ਆਪਣੇ ਡੈਡੀ ਨਾਲ ਗੱਲ ਕਰਕੇ ਦੇ ਕੀ ਪਤਾ ਉਹੀ ਕੁੜੀ ਦੇ ਦੇ ਉਹ ਘਰ ਤੱਕ ਨਾ ਪਹੁੰਚੀ ਓਏ ਤੇਰੇ ਘਰ ਤੱਕ ਇਹਨੇ ਕੀ ਜਾਣਾ ਇਹ ਤਾਂ ਸਾਲਾ ਕਦੇ ਆਪਦੇ ਘਰੇ ਨਹੀਂ ਜਾਂਦਾ 24 ਘੰਟੇ ਇੱਥੇ ਹੀ ਬੈਠਾ ਰਹਿੰਦਾ ਮੇਰੇ ਲਈ ਕੀ ਦੇਖਦਾ ਸਾਲਾ ਸਰਪੰਚ ਨੇ ਮੈਨੂੰ ਪਿੰਡੋਂ ਕੱਢਣਾ ਕੀਤਾ ਪਿਆ ਵਾ ਇੱਥੇ ਬੈਠੇ ਦਾਰੂ ਚੁਰਸੀ ਜਾਂਦੇ ਹੋ ਸਾਲਾ ਕੋਈ ਸਰਪੰਚ ਦਾ ਹੀਲਾ ਕਰ ਲਓ ਹੀਲਾ ਤੇਰਾ ਹੋਇਆ ਪਿਆ ਸਰਪੰਚ ਦੀ ਜਾਨ ਹੈ ਇੱਕ ਤੋਤੇ 'ਚ ਉਸ ਤੋਤੇ ਦਾ ਨਾਂ ਹੈ ਸਪਨਾ ਸਰਪੰਚ ਦੀ ਇਕਲੌਤੀ ਭਾਣਜੀ ਸਰਪੰਚ ਸਪਨਾ ਨੂੰ ਇੰਨਾ ਪਿਆਰ ਕਰਦਾ ਜਿਵੇਂ ਰਾਜਸਥਾਨ ਦੇ ਲੋਕ ਪਾਣੀ ਵਾਲੇ ਨਲਕੇ ਨੂੰ ਕਰਦੇ ਨੇ ਜੇ ਕਿਤੇ ਤੂੰ ਉਹਨੂੰ ਟਿਕਾ ਲੈਣਾ ਜੋ ਤੂੰ ਕਹੇਗਾ ਉਹ ਸਪਨਾ ਕਰੂਗੀ
जो सपना कहूगी वो सरपंच करूगा। एदा मतलब सीधे सीधे तौर ते तेरे हाथ च कौन आ गया? सरपंच। हुण तां जट दा इक्को सपना, मोड़ी आली सपना। सड़के सड़के जांदिए मुटियारे नी, कंडा चुबा तेरे पैर बादिए नारे नी। ला दस बेचारी साइकिल रोड़ी आउणी वी कमड़ीए, तू तां भावें ट्रैक्टर नूं पाइडल मार ला, ओह नठिया वरे। सत श्री अकाल सपना जी। सत श्री अकाल निहाल। की हो गया सपना, चैन लह गई? नहीं, साइकिल दा पैडल ढिल्ला सी, मैं सोचा कितें निकल ही ना जाए। अच्छा चल कोई ना, आ मैं तेनूं अपने बुलट ते छड्ड दिंदा। बैठेंगी ना मेरे बुलट ते? हाँ जी बिलकुल, तू बैठाएगा? मेरा तो बचपन का ही सपना कि मैं सपना नूं अपने बुलट के पिछे बिठा के ते बुलट नूं दबली जावां कदे भी अपना सफर खत्म ना होवे। हाय किन्निया चंगिया गल्लां करदा ना तू निहाल। हाय अच्छा जी, इस लिफाफे विच की है? 800 ग्राम पिंडियां तेरे लिए ले आया मैं, कह के सब्जी आले नू स्पेशली तनिया पवाया मैं। ये 800 ग्राम ही क्यों, किलो पूरियां क्यों नहीं करवाइया? ओए ना सामान वल्ट ते आंदा नहीं ना। चला हुण बैठ जा। पर राज तू मेरा कोई नजायज फायदा तो नहीं चुकेगा? सदके जावा तेरे कर फीड़ा इस दे। मतलब? मतलब तेरा मामा पिंड दा सरपंच आ, मैं इदा दी हरकत कदे भी नहीं। ओ चिंता तू छड़ दे, मामा जी नु मैं आपे ही मना लूं। सच्ची तू अपने मामे नु मना लेनी ना? हाँ पर तू मौसमा वांगू बदलता नहीं जाएगा? मौसमा वांगू ते मैं कदे भी नहीं। ए सारा कुछ किन्नी छेती छेती हो रहा ना, मैनू तो यकीन नहीं हो रहा। मैं तो सड़ा आप यकीन नहीं हो रहा के हो की रहा ना। चला बैठ बुलट ते, बैठ जा बुलट ते, उते छाल मार के बिलो टाइम कट गए। सरपंच दी कुड़ी ने भज के व्याह करवा लिया गा, अपनी कुड़ी दा ख्याल रखी तू। मेरे व्याह करवाण नु जे करदा बेबे ना मन दे मेरी मामा जी। पिंडियां ए कित्थों चक लिया ई? ए मेरे शगना दियां पिंडियां है मामा जी। शगना दियां पिंडियां? हुण मैं तुहानू किवें समझावां, हुण तां तुसीं मैनू तोरन दी तैयारी करो। तू कित्थे तुर के जाणा पुत्त? मैं ते निहाल अपने व्याह दा फैसला कर चुके हां मामा जी। अपना निहाल केड़ा? फेट वालियां दा निहाल। तेरा दिमाग तो नहीं खराब हो गया? ओ साले नू मंगया कोई पानी दा गिलास नहीं दिंदा, ते मैं अपनी धी दा रिश्ता दे दूं नू? मामा जी मैं अपने निहाल बारे एक लफ्ज भी होर नहीं सुनना चाहती। अच्छा ओदे अपने ताई ताई ने ता कदे चार बंदे सामने ओनू अपना निहाल किया नहीं, तेरा निहाल कित्थों हो गया? मैं ओदे खिलाफ एक लफ्ज नहीं सुनना चाहती। बस मामा जी मैं होर नहीं सुनना चाहती, नहीं तो मैं कुछ कर बैठांगी। मैं की कर बैठेगी तू? की कर बैठेगी? ओए दस मैनू की कर बैठेगी तू? बड़ी आई है, खबरदार जो मेरे सामने जबान चलाई है ते बकवास ना करे कर। जे मामा जी मैं तुहाडी अपनी कुड़ी हुंदी तां वी तुसीं इदां ही करदे, बगानियां तां बगानियां ही हुंदियां ने। ला नहीं कुड़िए समझा इहनू। जिद छड्डो तुसीं भी, थोनू पता तां है भी उहने मन्नणा तां है नहीं, नाले व्याह तों बाद मुंडे सुधर जांदे हुंदे ने। एक गल तां सोचो, मुंडा किड्डी वड्डी जमीन जायदाद दा मालक है। ना ये तां न्याणी है, तेरी अकल नूं की होया? जे पिंड वालियां नूं पता लग गया ना कि निहाल दा रिश्ता मैं अपनी धी बारे मंगया है, जेड़ी सरसम्मति नाल उहनां ने मैनूं सरपंच दी कुर्सी ते बिठाया ना, ते उसे सरसम्मति नाल उहनां ने मैनूं सरपंच दी कुर्सी तों पुंजे ला के रख देना। हुण मैं किहड़ा मूंह लै के जाऊंगा? धन भाग साडे, तुसी साडे घर चरण पाए। जी भैण जी एक गल करनी सी। इधर उधर की वेख रहे हो? गल ये हुई जी, कोई सुन ना लवे, असी अपनी सपना दा रिश्ता तुहाडे निहाल ना करना चाहुंदे। मैं कुछ समझी नहीं। मैं भी नहीं सी समझिया। भाई निहाल जिन्ना मर्जी निखद होवे पर मुंडा तो चंगा, वो तो साडी अखां दे पट्टियां बनियां होईयां सी। असी विचार कीता कि भाई अपनी सपना रात तुहाडे निहाल दे हत्थ च दे देना, बस तुसी व्याह दी तैयारियां करो। पर मैं एक बारी निहाल नूं पुछ तां लवां।
निहाल ते मैं एक फैसला लिता है कि असी जिंदगी च इन्नी दूर निकल जाइए कि कदे भी ये जिंदगी दा सफर मुके ना। मैं हमेशा ओदे लई पिंडियां बनावा ते ओ मेरे लई खेतां चों मूलियां पट के लियावे। मैनूं लगदा शिकायत लैके आई आ। सरपंच साहब मैनूं छेड़िया नहीं जी, इहदे साइकिल दा पैडल ढिल्ला हो गया सी, मैं तैनूं लिफ्ट भी दित्ती आ, पुछ लो इहनूं। निहाल तूं किदां दीआं गल्लां करी जांदा, इधर आ तू मेरे नाल, मैं कोई इत्थे तेरी शिकायत थोड़ी ना लेके आई हां। पर साडे घरे तां जदों भी कोई आया साले शिकायतां ही लेके आए ने। मामा जी इत्थे अपने व्याह दी गल करन आए। अपने व्याह दी गल? हां जी। ले सरपंच साहब मैं तली गल्ला जी, सानू भाई घट वाली सजा दे दो, साडे ना कोई आवे ना कोई जावे, पर एडा वड्डा सजा दा ढोल ला दो जी प्लीज। निहाल तू मैनूं कहा सी मैं तेरे नाल सारी जिंदगी बिताना चाहना ते तेरे हाथ दीआं भिंडियां भी खाना चाहना। ओ भिंडियां दा मतलब तू व्याह कढ लिया? कमली इन्नी छेती तां कोई भिंडियां तरदा नहीं, तू व्याह तरी बैठी है। अच्छा मेरी गल सुन, देख तू मेरी वड्डी भैण वर्गी है। निहाल मेरी गल सुन, मैं नहीं व्याह करवाएगा। पर दस कमी की है मेरे च? कोई कमी नहीं, सगा तो 35-40 किलो फालतू है। मेरी एक गल सुन ला, मैं कहता ए व्याह नहीं हो सकता। पर क्यों नहीं हो सकता? मैं किसी और प्यार करता। कह दे के झूठ है। ऐ कि मैं कहता झूठ है? ओ कुड़ी मेरा रब है, मेरा सच्चा प्यार है, मैं किसे होर दा नहीं हो सकता। ए सोने वर्गी पवित्र दे उस दी हो चुकी है। कौन है ओ? दस मेनू जिन्हें सोने वर्गी दे मेरे तो खोली। कौन है ओ? दस मेनू कौन है ओ? तेनू दस के कुड़ी मराउनी है मैं, दिमाग खराब है मेरा। की तमाशा लाया तू? ये तू मेरी कुड़ी ना व्याह नहीं सी कराना, तेनू लारा क्यों लाया? ओ तो मैं सजा तो डर दे रही था, फायदा चुक लिया जी। तू तू मेरी कुड़ी का फायदा चुक रहा? ए सुनो तो पहले मैं मर के नहीं गई। ये खड़ जा। जे मेरी भाणजी नू कुछ होया ना तो मैं तेनू नहीं छड़दा। पुत्तर सच्ची सच्ची दस, तेरा किसे कुड़ी नाल चक्कर है? किद्दां दी गल्लां करदी बेबे? जे ए गल आ तो सपना नाल व्याह करा ला, कुड़ी माड़ी नहीं है। अच्छा माड़ी नहीं बेबे, ए तां तकड़ी है। नाले जे दोबारा मैनू इदां दी गल कही ना मैं टैंकी तो चढ़ के छाल मार देनी आ। भाई देखी चल अज अपने पिंड तों भाग लग जाने आ, अज एने छाल मार देनी आ टैंकी तो। ना तिए काम ना करी। मामा जी मैं टैंकी तो छाल मार देंगी जे मेरा निहाल नाल व्याह ना कीता तां। ओ सरपंच जी ए निहाल ओ फीड वाला ओदे नाल व्याह करवा चाहुंदी है। निहाल तां ओ यार चुप कर यार, ये मेरा की कसूर है? ओने कुड़ी दा दिमाग खराब कर रखा। प्यारी है मामा जी। ओए ना तिए ना, तेनू रब दा वास्ता छाल ला मारी। ओ दुख जा कन्या कमा दिया दुख जा, ओदा तो मिंदरी सी जेड़ा टैंकी वाली धमकी दे के हेमा नाल ब्याह करा गया, तेनू किसे ने पुछणा इत्थे? पिंड वाले ओ प्यारी आ, एक दो तीन ओ रहंदा रहंदा कुड़िया रहंदा, तेरा दा मलबा इकट्ठा करन नू भी हजार बंदा चाहिदा। चुप कर यार, ये तू थल्ले आ जा, मैं व्याह कराऊंगा तेरा निहाल नाल। पर ओ कहंदा ओदी जिंदगी च कोई होर कुड़ी है। ओए ना तिए ना, ओ तेरे अर्गी कमली रोज रोज थोड़ा जमदी है, जेड़ी निहाल वर्गे निखत ना प्यार करे, तू थल्ले आ जा। बापू जी तुसी ता कुछ बोलो। बिल्कुल बिल्कुल, कुड़ी नू ब्याह दा लारा लाउण वाले नू कुड़ी नाल ब्याह कराउणा ही पऊगा। निहाल दे घर चल के ओदी बेबे नाल फैसला कर दियो। चलो 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 तारी सलाह जदों भी ते सलाह दित्ती है ना पुठी सलाह दित्ती है, एह जिया बिजू मैं जिहड़ा तेरी सलाह मान लेना। उत्तो सला बिजुआ दा सरदार पिंड दा सरपंच, जिहड़ा सला आपदी ड्रम वर्गी भाणजी दा रिश्ता लैके मेरे अगे चोबर जवान लई आ गया। मैं तां हैरान आ किहड़ा कराऊ इहो जिही नाल ब्याह, सली किहो जिही तां पई आ। बंबोए बंबोए हट ओए, इहनूं ना देख। तारी तेनू सड़िया की मिलता गूगल तो मासूम मासूम कुड़ियां दी फोटो प्रिंट करके? भाई यह जिया 5-7 फोटो प्रिंट करके जेब च पाई हूं ना बंदे दा हौसला ही होर हुंदा है। डू वन थिंग, दो तीन मेरे लिए भी प्रिंट कर। ओके ओए आई लाइक हर, मेरा भी हौसला बुलंद होवे। एंड वन मोर थिंग, अपने लिए ना प्रिंट करी। ओ क्यों? शी इज माई पर्सनल रबीना टंडन। मार के रहा बटन ते हाथ है। ओ तारी ना कोई पिछाड़ ना कोई हड़,
ਆ ਸਾਲੇ ਪਿੰਡ ਵਾਲੇ ਕਿੱਧਰ ਨੂੰ ਉੱਡੜੇ ਜਾਂਦੇ ਨੇ? ਉੱਡੜੇ ਨਹੀਂ ਜਾਂਦੇ ਪੁੱਤ, ਤੇਰੇ ਜੌਂ ਟੰਗਣ ਆਉਂਦੇ ਨੇ। ਚਲੋ ਤੂੰ ਲੈ ਦੱਸ ਕਿਹੋ ਜਿਹਾ ਮੁੰਡਾ। ਘੱਟੋ ਘੱਟ ਆਪਣੀ ਵਿਧਵਾ ਮਾਂ ਦੀ ਸ਼ਰਮ ਤਾਂ ਕਰਨੀ ਚਾਹੀਦੀ ਹੈ। ਕੀ ਹੋਇਆ? ਤੁਹਾਨੂੰ ਨਹੀਂ ਪਤਾ ਕੀ ਹੋਇਆ? ਭੈਣ ਜੀ, ਸਾਰੇ ਪਿੰਡ ਨੇ ਫੈਸਲਾ ਕੀਤਾ ਕਿ ਨਿਹਾਲ ਨੂੰ ਮੇਰੀ ਭਾਣਜੀ ਨਾਲ ਵਿਆਹ ਕਰਾਉਣਾ ਪਊ। ਸਾਨੂੰ ਪਤਾ ਕਿਵੇਂ ਲਾਹ ਟੈਂਕੀ ਤੋਂ ਇਹਨੂੰ, ਸੁਖਣਾ ਸਿਹਤ ਤਾਂ ਦੇਖੋ ਕੰਨਿਆਂ ਦੀ। ਮੇਰੇ ਹੱਥ ਜੋੜ ਕੇ ਬੇਨਤੀ ਆ, ਹੁਣ ਤੁਸੀਂ ਜਾਓ, ਮੈਂ ਆਪੇ ਮੁੰਡੇ ਨੂੰ ਸਮਝਾ ਦੂੰਗੀ। ਮੁੰਡੇ ਨੂੰ ਵਿਆਹ ਲਈ ਤਾਂ ਕੀ ਕਹਿਣਾ, ਬੜਾ ਘੱਟ ਹੋਇਆ। ਐਸਾ ਕਿੱਦਾਂ ਜਾਈਏ, ਹੁਣ ਤਾਂ ਫੈਸਲਾ ਕਰਕੇ ਜਾਵਾਂਗੇ। ਤੂੰ ਪਰਾਂ ਮਾਰ, ਕਮਾਲ ਹੈ। ਵਲਾ 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 ਬੇਬੇ, ਅੱਜ ਤਾਂ ਜੀ ਨਰਾਇਣ ਦੇ ਘਰੇ ਕੀੜੀ ਵਾਲਾ ਕੰਮ ਹੋਇਆ ਪਿਆ। ਹਨਾ, ਕੀੜੀ ਵਾਲਾ ਨਹੀਂ, ਕੀੜੀ ਵਾਲਾ। ਸਮੇਤ ਸਰਪੰਚ ਸਾਹਿਬ, ਰੋਟੀ ਆਪਣੇ ਕਿੰਨੀ ਅੱਜ? ਦੇਖ ਤਾਂ ਕਿਵੇਂ ਭੋਲੇ ਬਣਦੇ ਦੋਨੋਂ, ਜਿਵੇਂ ਕੁਝ ਪਤਾ ਹੀ ਨਹੀਂ ਹੁੰਦਾ। ਆਰਾਮ ਨਾਲ ਬੋਲੋ ਮਾਮਾ ਜੀ, ਤੁਹਾਡਾ ਹੋਣ ਵਾਲਾ ਜਵਾਈ ਹੈ। ਚੁੱਪ ਕਰ, ਤੈਨੂੰ ਮਾਨੀ ਮਨ ਪ੍ਰੀਤਾ ਮਨੀ ਬੈਠੀ ਹੈ, ਦੱਸ ਇਹਦਾ ਕੀ ਕਰਾਂ? ਮੇਰੀ ਗੱਲ ਸੁਣ ਲਓ ਜੀ, ਮੈਂ ਪਹਿਲਾਂ ਵੀ ਕਿਹਾ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ। ਮੇਰੀ ਸੈਟਿੰਗ ਕਿਤੇ ਹੋਰ ਆ। ਕਿਉਂ? ਮੈਂ ਉੱਥੇ ਵਿਆਹ ਕਰਾਉਂ। ਨਿਹਾਲ, ਕਿਉਂ ਝੂਠ ਬੋਲੀ ਜਾਂਦਾ? ਮੈਨੂੰ ਸਭ ਪਤਾ, ਕੋਈ ਸੈਟਿੰਗ ਸ਼ੂਟਿੰਗ ਨਹੀਂ ਤੇਰੀ। ਤਾਈ, ਤੈਨੂੰ ਬੜਾ ਪਤਾ ਸੈਟਿੰਗ ਸ਼ੂਟਿੰਗ ਦਾ? ਕਿਤੇ 1965 ਤੂੰ ਹੀ ਤਾਂ ਨਹੀਂ ਰਾਜਦੂਤ ਤੇ ਗੇੜੇ ਲਾਉਂਦੀ ਰਹੀ ਹੈ? ਗੇੜਾ ਗੂੜਾ ਦਾ ਤਾਂ ਮੈਨੂੰ ਪਤਾ ਨਹੀਂ, ਪਰ ਇਹ ਮੈਨੂੰ ਪਤਾ ਵੀ ਇਹ ਝੂਠ ਬੋਲਦਾ। ਲੈ, ਮੈਂ ਕਿਉਂ ਝੂਠ ਬੋਲੂੰਗਾ? ਨਾਲੇ ਮੇਰਾ ਕਿਹੜਾ ਨੌਨ ਮੈਡੀਕਲ ਰੱਖਿਆ ਹੋਇਆ ਸੀਗਾ, ਮੈਨੂੰ ਟਾਈਮ ਨਹੀਂ ਲੱਗਿਆ ਕੁੜੀ ਨੇ ਸੈਟਿੰਗ ਕਰਨ ਦਾ। ਨਾਲੇ ਗੱਲ ਸੁਣੋ ਤੁਸੀਂ ਮੇਰੀ, ਸਾਰੇ ਜਣੇ ਬਾਹਰ ਨਿਕਲੋ, ਦਫਾ ਹੋ ਜਾਓ। ਮੇਰੀ ਬੇਬੇ ਸਾਹਮਣੇ ਆਲਤੂ ਫਾਲਤੂ ਬਕਵਾਸ ਨਹੀਂ ਕਰਨੀ ਹੈਗੀ। ਉਹ ਬਕਵਾਸ ਕਿਉਂ ਨਾ ਕਰੋ? ਆ ਹੈਗੀ ਐ ਤਾਂ ਦੱਸ ਫੇਰ, ਕੌਣ ਆ ਉਹ? ਨਾ ਕੀ ਕਰਦੀ ਐ? ਫਿਲਮਾਂ ਚ ਕੰਮ ਕਰਦੀ ਆ, ਰਾਣੀ ਮੁਖਰਜੀ ਆ। ਦੱਸ, ਰਾਣੀ ਮੁਖਰਜੀ ਨਾਲ ਤਾਂ ਤੇਰਾ ਯੋਗ ਹੀ ਬੰਦਾ, ਨਾ ਤੁਹਾਡੀਆਂ ਕੁੰਡਲੀਆਂ ਮਿਲਣ। ਉਹ ਬੰਗਾਲੋਂ ਤੂੰ ਪੰਜਾਬੀ? ਸਾਲਿਓ, ਤੁਸੀਂ ਕਦੇ ਹਿੰਦੁਸਤਾਨ ਨੂੰ ਇੱਕ ਨਾ ਹੋਣ ਦਿਓ। ਪਹਿਲਾਂ ਜਾਤਾਂ ਪਾਤਾਂ ਚ ਪਾ ਕੇ ਬੜਤਾ, ਹੁਣ ਸੂਬੇ ਨਹੀਂ ਇਕੱਠੇ ਹੋਣ ਦਿੰਦੇ। ਮੈਂ ਫੋਟੋ ਵੀ ਦਿਖਾਉਣਾ ਤੁਹਾਨੂੰ, ਇੱਕ ਮਿੰਟ ਖੜ੍ਹ ਜਾਓ, ਹੁਣ ਹੀ ਕੱਢ ਦਿੰਦੇ ਆਪਾਂ। ਹੈਲੋ, ਕਿਹਦੀ ਫੋਟੋ ਦਿਖਾਤੀ? ਕੈਨੇਡਾ ਵਾਲੇ ਦੀ ਆ ਮੈਨੂੰ ਤਾਂ ਲੱਗਦਾ। ਜੇ ਤੇਰੀ ਗੱਲਬਾਤ ਕੁੜੀ ਨਾਲ ਹੈ ਤੇ ਫੋਟੋ ਇਹਦੇ ਕੋਲ ਕੀ ਕਰਦੀ ਹੈ? ਆ ਜੜਾਉਣ ਨੂੰ ਦਿੱਤੀ ਸੀ। ਹਾਂ ਹਾਂ, ਮੇਰੀ ਸ਼੍ਰੀਮਤੀ ਸਤਿਕਾਰਯੋਗ ਭਾਬੀ ਦੀ ਫੋਟੋ ਹੈ, ਜੜਾਉਣੀ ਹੈ। ਲੈ, ਫੋਟੋ ਦਾ ਕੀ ਹੈ, ਜਣਾ ਖਣਾ ਚੱਕੀ ਫਿਰਦਾ? ਤੈਨੂੰ ਬੜਾ ਹਸਾਬ ਹੈ ਤਾਈ, ਕਿੱਥੇ ਫੋਟੋ ਖਿਚਾਉਂਦੀ ਤਾਂ ਨਹੀਂ ਰਹੀ ਹੈ? ਮੈਂ ਤਾਂ ਤੇ ਕਹਿ ਰਿਹਾ ਹੈ ਨਿਹਾਲ, ਕੈਨੇਡਾ ਚ ਰਹਿੰਦੀ ਅਗਲੀ, ਅੰਗਰੇਜ਼ੀ ਬੋਲਦੀ ਆ। ਬੋਲਦੀ ਕੀ ਆ, ਅੰਗਰੇਜ਼ੀ ਤਾਂ ਲਾ ਲਾ ਕੇ ਰੱਖਦੀ ਆ। ਆਉਂਦੀ ਆ ਕਿਸੇ ਨੂੰ ਅੰਗਰੇਜ਼ੀ? ਸਾਲੇ ਦੇਸੀ ਇਕੱਠੇ ਹੋਏ ਨੇ, ਦੇਸੀ ਡਿਪਾਰਟਮੈਂਟ। ਓਏ, ਅੰਗਰੇਜ਼ੀ ਤਾਂ ਤੈਨੂੰ ਵੀ ਨਹੀਂ ਆਉਂਦੀ, ਤੂੰ ਕਿਵੇਂ ਗੱਲਾਂ ਕਰਦਾ ਉਹਦੇ ਨਾਲ ਅੰਗਰੇਜ਼ੀ ਚ? ਪਿਆਰ ਕੀਤਾ ਕਦੇ ਵੀਰੇ? ਜੇ ਕੀਤਾ ਹੋਵੇ ਤਾਂ ਤੈਨੂੰ ਪਤਾ ਲੱਗੇ, ਪਿਆਰ ਦੀ ਵੀ ਇੱਕ ਭਾਸ਼ਾ ਆਉਂਦੀ ਆ। ਇੱਥੋਂ ਕੀਤਾ ਜਾਂਦਾ ਪਿਆਰ, ਇੱਥੋਂ ਦਿਲੋਂ ਕੀਤਾ ਜਾਂਦਾ ਪਿਆਰ, ਜਜ਼ਬਾਤਾਂ ਦੇ ਨਾਲ। ਇਨਕਲਾਬ, ਜਜ਼ਬਾਤਾਂ ਤੇ ਕਾਬੂ ਰੱਖ ਤਾਰੀ। ਗੱਲ ਸੁਣ ਨਿਹਾਲ, ਓਏ ਸੋਹਣਾ ਮੁੰਡਿਆ, ਹੁਣ ਸਾਰੇ ਪਿੰਡ ਦੇ ਸਾਹਮਣੇ ਮੇਰੇ ਕੋਲੋਂ ਹੋਰ ਬੇਇੱਜ਼ਤੀ ਨਹੀਂ ਕਰਵਾਈ ਜਾਂਦੀ। ਜੇ ਤੇਰਾ ਕਿਸੇ ਕੁੜੀ ਦੇ ਨਾਲ ਚੱਕਰ ਹੈ ਤੇ ਉਹਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਸਾਰੇ ਪਿੰਡ ਦੇ ਸਾਹਮਣੇ ਇੱਥੇ ਲੈ ਕੇ ਆਈ, ਨਹੀਂ ਤਾਂ ਮੇਰੀ ਭਾਣਜੀ ਸਪਨਾ ਨਾਲ ਚੁੱਪ ਚਾਪ ਵਿਆਹ ਕਰਾਈ। ਔਰ ਇਸ ਗੱਲ ਦਾ ਗਵਾਹ ਸਾਰਾ ਪਿੰਡ ਹੈ। ਕਿਉਂ ਬਈ, ਠੀਕ ਹੈ ਨਾ? ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਯੂ ਕਾਕਾ, ਇੱਥੇ ਆਉਂਦੇ ਫਿਰ ਇਸ ਗੱਲ ਤੇ? ਚਲੋ ਚਲੋ ਵੀ, ਚਲੋ ਚਲੋ ਵੀ, ਚਲੋ ਦੇਖਦੇ ਆ ਕਿਵੇਂ ਇਹਨੂੰ ਜਿਹੇ ਜੀ ਮਾਂ ਉਹੋ ਜਿਹਾ ਪੁੱਤ, ਤੁਸੀਂ ਦੋਵੇਂ ਮਾਂ ਪੁੱਤਾਂ ਨੇ ਸਾਰੇ ਪਿੰਡ 'ਚ ਸਾਡੀ ਨੱਕ ਵੜਾ ਕੇ ਰੱਖਦੀ।
ਸ਼ੁਕਰ ਹੈ ਬੇਬੇ ਸੁੱਤੀ ਪਈ ਆ, ਨਹੀਂ ਤਾਂ ਸਾਰੀ ਪੀਤੀ ਲੈ ਜਾਣੀ ਸੀ। ਨਿਹਾਲ। ਹਾਂਜੀ ਬੇਬੇ। ਹੋਰ ਕੀ ਲੁਕੋਏਗਾ ਤੂੰ ਮੈਥੋਂ? ਬੇਬੇ ਤਾਰੀ ਦੇ ਰਿਸ਼ਤੇਦਾਰ ਆਏ ਸੀਗੇ, ਤਾਰੀ ਨੇ ਪੀਣੀ ਨੀ ਸੀ, ਮੈਨੂੰ ਸਾਰੇ ਧੱਕੇ ਨਾਲ ਬੁਲਾ ਦੀ। ਪੁੱਤ ਤੂੰ ਗੱਲ ਤੇ ਝੂਠ ਬੋਲਦਾ, ਕਿੰਨੇ ਕ ਝੂਠ ਬੋਲੇਗਾ ਮੇਰੇ ਕੋਲੇ? ਹੈ ਕੋਈ ਕੁੜੀ ਹੈ ਤੇਰੀ ਜ਼ਿੰਦਗੀ ਚ? ਸੱਚ ਦੱਸ ਦੇ ਪੁੱਤ। ਬੇਬੇ ਤੈਨੂੰ ਮੇਰੇ ਤੇ ਯਕੀਨ ਨੀ ਹੈਗਾ? ਨਹੀਂ ਹੈਗਾ। ਬੇਬੇ ਉਸ ਪੁੱਤ ਦੀ ਕੀ ਜ਼ਿੰਦਗੀ ਆ ਜਿਹਦੀ ਮਾਂ ਨੂੰ ਉਸ ਤੇ ਯਕੀਨ ਹੀ ਨੀ ਹੈਗਾ। ਮੈਂ ਕੱਲ ਨੂੰ ਜਾ ਕੇ ਕੁੜੀ ਲੈ ਕੇ ਆਊਂਗਾ, ਸਭ ਤੋਂ ਪਹਿਲਾਂ ਤੈਨੂੰ ਹੀ ਦਿਖਾਊਂਗਾ, ਪਿੰਡ ਵਾਲਿਆਂ ਨੂੰ ਤਾਂ ਸਾਲਿਆਂ ਨੂੰ ਬਾਅਦ ਚ ਦਿਖਾਊਂਗਾ। ਸਵੇਰੇ ਉੱਠ ਕੇ ਤੈਨੂੰ ਯਾਦ ਵੀ ਰਹੂਗਾ, ਨਹੀਂ ਤਾਂ ਪੂਰੇ ਪਿੰਡ ਵਾਲੇ ਮੈਨੂੰ ਤਾਨੇ ਮਾਰ ਮਾਰ ਕੇ ਮਾਰ ਦੇਣਗੇ। ਯਾਦ ਰਹੂਗਾ ਬੇਬੇ, ਤੂੰ ਪਲੀਜ਼ ਸੌ ਜਾ। ਰੱਖ ਸਿਰ ਤੇ ਹੱਥ। ਲੈ ਬੇਬੇ। ਆਪਦੇ ਨੀ ਮੇਰੇ। ਲੈ ਬੇਬੇ ਹੁਣ ਠੀਕ ਆ, ਬਸ ਖਾ ਸੌ ਕੇ ਕੱਲ ਨੂੰ ਕੁੜੀ ਨੂੰ ਲੈ ਕੇ ਆਏਗਾ। ਲੈ ਕੇ ਆਊਂਗਾ ਬੇਬੇ, ਤੂੰ ਸੌ ਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਪਿੰਡ ਵਾਲਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਭ ਚ ਪੀਟ ਵਾਲੇ ਨਿਹਾਲ ਦੇ ਘਰ ਪਹੁੰਚਣ ਦੀ ਕਿਰਪਾਲਤਾ ਕਰਨ। ਉਹਨਾਂ ਦੀ ਮਾਤਾ ਸਾਰਿਆਂ ਨੂੰ ਦੱਸਣਾ ਚਾਹੁੰਦੀ ਹੈ ਕਿ ਮੇਰਾ ਪੁੱਤ ਝੂਠਾ ਨਹੀਂ, ਉਹ ਉਹਨਾਂ ਦੀ ਨੂੰਹ ਨੂੰ ਲੈਣ ਲਈ ਕੈਨੇਡਾ ਜਾ ਰਿਹਾ ਹੈ। ਭੈਣ ਜੀ ਨਿਹਾਲ ਕੁੜੀ ਜਰੂਰ ਲੈ ਕੇ ਆਊਗਾ, ਰਾਤੀ ਉਹਨੇ ਮੇਰੇ ਸਿਰ ਤੇ ਹੱਥ ਰੱਖ ਕੇ ਸੌ ਖਾਧੀ ਆ। ਰੱਬ ਕਰੇ ਤੇਰੀ ਗੱਲ ਸੱਚੀ ਹੋਵੇ। ਨਿਹਾਲ ਵੇ ਆ ਗਈ ਤੈਨੂੰ ਜਾਗ, ਗੁੱਡ ਮਾਰਨਿੰਗ। ਪੁੱਤ ਮਾੜਾ ਜਿਹਾ ਦੱਸੀ ਇਹਨਾਂ ਨੂੰ ਜਿਨ੍ਹਾਂ ਨੇ ਮੈਨੂੰ ਤੇਰੇ ਨਾਲ ਝੂਠੀ ਬਣਾਤਾ ਸੀ ਕਿ ਤੂੰ ਮੇਰੀ ਨੂੰਹ ਨੂੰ ਲੈ ਕੇ ਆਏਗਾ। ਸਾਲੇ ਪਿੰਡ ਵਾਲੇ ਮੇਰੀ ਹਰ ਗੱਲ ਨੂੰ ਪਤਾ ਨਹੀਂ ਕਿਉਂ ਸੀਰੀਅਸਲੀ ਲੈ ਜਾਂਦੇ ਨੇ। ਨਿਹਾਲ ਪੁੱਤ ਤੂੰ ਚੁੱਪ ਕਿਉਂ ਆ? ਦੱਸ ਨਾ ਇਹਨਾਂ ਨੂੰ ਕਿ ਤੂੰ ਮੇਰੀ ਨੂੰਹ ਜ਼ਰੂਰ ਲੈ ਕੇ ਆਏਗਾ। ਉਹ ਨਿਆਣੇ ਬੋਲਦਾ ਕਿਉਂ ਨਹੀਂ? ਬੋਲਦਾ ਸਹੀ। ਹਾਂ ਹਾਂ ਲੈ ਕੇ ਆਊਂਗਾ। ਸੁਣ ਲਿਆ ਸਾਰੇ ਪਿੰਡ ਨੇ, ਮੇਰਾ ਪੁੱਤ ਨੂੰ ਜਰੂਰ ਲੈ ਕੇ ਆਊਗਾ। ਨਾਲੇ ਜਾ ਕੇ ਸਰਪੰਚ ਨੂੰ ਕਹਿ ਦੋ ਕਿ ਆਪਦੀ ਭਾਣਜੀ ਵਾਸਤੇ ਕੋਈ ਹੋਰ ਮੁੰਡਾ ਲੱਭ ਲਵੇ। ਜਿਉਂਦਾ ਰਹਿ ਪੁੱਤ, ਜਿਉਂਦਾ ਰਹਿ। ਆਪਣੇ ਹੱਥੀ ਮਾਰ ਕੇ ਬੇਬੇ ਕਹਿ ਦਿਆ ਜਿਉਂਦਾ ਰਹਿ। ਤਾਰੀ ਕਿੱਥੇ ਆ ਤੂੰ ਸਾਲਿਆ? ਉਹ ਸਾਲਿਆ ਤੈਨੂੰ ਕੋਈ ਆਸੇ ਪਾਸੇ ਦੀ ਕੁੜੀ ਨੀ ਲੱਭੀ? ਸਾਲਿਆ ਜੇ ਆਸੇ ਪਾਸੇ ਵਾਲੇ ਕਿਸੇ ਕੁੜੀ ਤੇ ਅੱਖ ਰੱਖ ਲਈ ਨਾ, ਪਿੰਡ ਵਾਲਿਆਂ ਨੇ ਮਾਰ ਮਾਰ ਕੇ ਆਪਣੇ ਪਾਸੇ ਬਿਠਾ ਦੇਣੇ ਨੇ। ਹਮੇਸ਼ਾ ਦੂਰ ਦੂਰ ਦੀ ਸੋਚੋ। ਮੈਂ ਬੇਬੇ ਜੀ ਸੌ ਖਾਲੀ ਆ, ਉੱਤੋਂ ਤੂੰ ਸਾਲਿਆ ਪਿੰਡ ਵਾਲਿਆਂ ਨੂੰ ਕੁੜੀ ਦੀ ਇਹੋ ਜਿਹੀ ਫੋਟੋ ਦਿਖਾਈ ਆ ਜਿਹਦਾ ਨਾ ਕੋਈ ਆਤਾ ਨਾ ਕੋਈ ਪਤਾ। ਹੁਣ ਇੱਥੇ ਬੈਠਾ ਚਬਲ ਮਾਰੀ ਜਾਂਦਾ ਵਾ, ਕੁੜੀ ਲੱਭ, ਕੁੜੀ ਜਸਨੀਤ। ਉਹ ਕਰਦਾ ਆ ਲੈ JASNEET ਜਸਨੀਤ। ਓਏ ਕੀ ਪਾ? ਓਏ ਆ ਲੈ ਖਸਮਾ, ਇੱਕ ET ਇਹ ਆ ਲੈ। ਆ ਤਾਂ ਧੋਖਾ ਹੋ ਗਿਆ ਓਏ, ਸਾਰੀ ਸਰਦਾਰ ਨਿਕਲ ਜਾਂਦੇ। ਉਹ ਸਾਲਿਆ ਸਿੰਘ ਨੀ ਕੌਰ ਪਾ। ਆ ਲੈ KAUR ਆ ਲੈ। ਆ ਗਈ ਓਏ, ਨਿਕਲੇ ਤੇਰੀ ਭਰਜਾਈ, ਮੈਨੂੰ ਆ ਤਾਂ ਮੇਰੀ ਭਰਜਾਈ। ਸਟੇਟਸ ਸਿੰਗਲ ਜਸਨੀਤ ਕੌਰ, UBC ਦੀ ਪੜ੍ਹੀ ਹੋਈ ਮਿਲੀਨੀਅਰ ਦੀ ਕੁੜੀ। ਮਿਲੀਨੀਅਰ? ਸਲਮ ਡੌਗ ਮਿਲੀਨੀਅਰ ਦੀ ਭਤੀਜੀ। ਅੱਛਾ। ਆਏ ਹਾਏ, ਬੰਬ ਪਟਾਕਾ, ਮੇਰਾ ਮਤਲਬ ਦੀਵਾਲੀ ਨੂੰ ਚਲਾਉਣਾ ਪਸੰਦ ਕਰਦੀ ਹੈ, ਲਿਖਿਆ ਹੋਇਆ ਅਗਲੀ ਨੇ। ਪਰ ਤਾਰੀ ਮੈਂ ਕੈਨੇਡਾ ਕਿਵੇਂ ਜਾਊਂ ਯਾਰ? ਸਮੁੰਦਰ ਚ ਟਿਊਬ ਸਿੱਟ ਕੇ ਸਾਲਿਆ 50 ਏਜੰਟ ਜਾਣਦੇ ਨੇ ਮੈਨੂੰ, ਉਹ ਕੀ ਰਗੜ ਕੇ ਗੋਡਿਆਂ ਤੇ ਲਾਉਣੇ ਨੇ? ਤੂੰ ਬਸ ਪੈਸਾ ਇਕੱਠਾ ਕਰ, 7.5 ਲੱਖ ਰੁਪਇਆ ਹੈਗਾ। ਪੈਸੇ ਤਾਂ 8 ਲੱਖ ਹੈਗੇ ਯਾਰ, ਪਰ ਉਹ ਤਾਂ ਮੈਂ ਜੌਂਡੀਅਰ ਲਈ ਰੱਖੇ। ਫਿਰ ਜੌਂਡੀਅਰ ਤੇ ਚਲਾ ਜਾਈ। 10,000 ਸਾਲਿਆ, ਪੈਸੇ ਤਾਂ ਆ ਗਿਆ, ਫੇਰ ਚਲ ਜੂੰਗਾ। ਬਸ ਫਿਰ ਪੈਸਾ ਤੇ ਫੜਾ, ਨਾਲ ਦੀ ਨਾਲ ਸਮਝ ਲੈ ਜਹਾਜ਼ ਤੇ ਕੱਪੜਾ ਵੱਜ ਗਿਆ। ਜਸਨੀਤ ਕੌਰ ਨਿਹਾਲ ਸਿੰਘ ਆ ਰਿਹਾ। ਕੀ ਕਰਦੇ ਉਰੇ?
ਕਮਾਲ ਆ ਦੇਖ ਲਾ ਲੱਛਣ ਇਹਨਾਂ ਦੇ ਲੈ ਦੇਖ ਆ ਸੀ ਕੈਨੇਡਾ ਵਾਲਾ ਬੀਜਾ ਬਸ ਬੀਜਾ ਕਿਸਾ ਹੋਣਾ ਹੁਣ ਲਓ ਜੀ ਸਰਪੰਚ ਸਾਹਿਬ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਜੱਟ ਚੱਲਿਆ ਕੈਨੇਡਾ ਪਿੰਡ ਦੀ ਨੂੰਹ ਲੈਣ ਪਿੰਡ ਦੀ ਨੀ ਮੇਰਾ ਮਤਲਬ ਘਰ ਦੀ ਨੂੰਹ ਨੂੰ ਘਰ ਦੀ ਨੂੰਹ ਲੈਣ ਮੇਰਾ ਮਤਲਬ ਬੇ ਪੁੱਤ ਹਾਲੇ ਵੀ ਹੈਗਾ ਟਾਈਮ ਮੇਰੀ ਮੰਨੇ ਤਾਂ ਮੰਗ ਲੈ ਪਿੰਡ ਵਾਲਾ ਤੋਂ ਮਾਫੀ ਮਾਫੀਆਂ ਤਾਂ ਸਾਰੇ ਪਿੰਡ ਵਾਲੇ ਮੈਥੋਂ ਮੰਗਣਗੇ ਕਹਿਣਗੇ ਵੀ ਨਿਹਾਲਸਿਆ ਤੂੰ ਸੱਚਾ ਸੀ ਤੇ ਅਸੀਂ ਝੂਠੇ ਉਹ ਤੇਰੀ ਕੁੰਡਲੀ ਵਿੱਚ ਤਾਂ ਮਾਦਾ ਪੰਜ ਛੇ ਵੀ ਨਹੀਂ ਆਉਂਦੀ ਕੁੜੀ ਕਿੱਥੋਂ ਆ ਜਾਊ ਸ਼ੁਕਰ ਦਾ ਤਾਂ ਨੀਚੇ ਬੈਠਾ ਸ਼ੁਕਰ ਬਿਠਾਵਾਂਗੀ ਥੱਲੇ ਹੋਰ ਉੱਤੇ ਕਈ ਬੈਜੂ ਪਰਸੋਂ ਆਏ ਸੋਫੇ ਤੇ ਕੱਪੜਾ ਚੜ੍ਹਿਆ ਐਂ ਕਿਵੇਂ ਬੈਜੂਗਾ ਐਂਡ ਯੂ ਮਿਸਟਰ ਅਨਮੋਲ ਸਿੰਘ ਲਿਸਨ ਆਈ ਗੋ ਕੈਨੇਡਾ ਐਂਡ ਬ੍ਰਿੰਗ ਯੋਰ ਪਾਬੀ ਨਾਲੇ ਤੂੰ ਉਹ ਪੜਤਾ ਜੇ ਤੈਨੂੰ ਤੇ ਤੇਰੇ ਸ਼ੁਕਰ ਨੂੰ ਨਾ ਮੂਰੇ ਲਾਇਆ ਨਾ ਜੱਟ ਨੇ ਤਾਂ ਮੈਨੂੰ ਨਿਹਾਲ ਸਿੰਘ ਨਾ ਆਖੀ ਪੰਦ ਤੈਨੂੰ ਮੰਦਾ ਨਹੀਂ ਬੋਲੀਦਾ ਇੱਥੇ ਹੀ ਭਸਮ ਹੋ ਜਾਏਗਾ ਪੰਚਾਇਤ ਚੱਲ ਫੇੜੇ ਨਾ ਖਾਲੀ ਮੈਥੋਂ ਚਲੋ ਤਾਰੀ ਚੱਲੀਏ ਖੋਲ ਘੋੜੀ ਤੇ ਚੱਕ ਬਦੂਖ ਚੱਲੀਏ ਜਾਉਣੇ ਮੋੜ ਤਿਆਰੀ ਅੱਡੀ ਝੜਦੇ ਜੱਟ ਨੇ ਮਾਰੀ ਧਮਕ ਪੈਂਦੀ ਪੌੜ ਦੀ ਹਟ ਉੜ ਕੇ ਵਿੱਚ ਹਵਾ ਦੇ ਯਾਰੋ ਘੋੜੀ ਜਾਉਣੇ ਮੋੜ ਦੀ ਨਿਹਾਲ ਸਿੰਘ ਜੀ ਵੈਲਕਮ ਟੂ ਕੈਨੇਡਾ ਜੀ ਓਏ ਹੋਏ ਕਿੰਨੀ ਸਫਾਈ ਆ ਆਹ ਤਾਂ ਸਾਲਾ ਮੈਨੂੰ ਕੈਨੇਡਾ ਦਾ ਤਿਰੰਗਾ ਲੱਗਦਾ ਹੈ ਬਈ ਭੀੜ ਵੀ ਬਹੁਤ ਹੈ ਪਰ ਕਮਾਲ ਦੀ ਗੱਲ ਆ ਯਾਰ ਇੰਨੀਆਂ ਗੋਰੀਆਂ ਚਿੱਟੀਆਂ ਮੇਮਾਂ ਦੇ ਵਿੱਚ ਮੈਨੂੰ ਮੇਰੇ ਵਾਲੀ ਮੇਮ ਕਿਵੇਂ ਲੱਭੂਗੀ ਆਈ ਮੀਨ ਟੂ ਸੇ ਮੇਰੀ ਗੂਗਲ ਵਾਲੀ ਜਸਨੀਤ ਕੌਰ ਉਹ ਲੱਭ ਜਾ ਮੇਰਿਆ ਪਟੋਲਿਆ ਗੱਲ ਯਾਦ ਰੱਖਿਓ ਐਤਕੀ ਤਾਂ ਤੁਸੀਂ ਲਾ ਕੇ ਮੈਨੂੰ ਮੁੜ ਜਾਣਾ ਪਰ ਥੋੜੇ ਦਿਨਾਂ ਤੱਕ ਮੈਨੂੰ ਵਾਪਸ ਛੱਡ ਕੇ ਆਉਣਾ ਏਅਰਪੋਰਟ ਤੇ ਪਰ ਉਸ ਟਾਈਮ ਮੈਂ ਇਕੱਲਾ ਨਹੀਂ ਦੁਕੱਲਾ ਦੁਕੱਲਾ ਮਤਲਬ ਦੋ ਜਣੇ ਹੋਵਾਂਗੇ ਅਸੀਂ ਯਾਰ ਤਾਰੀ ਨੇ ਆਪਦੇ ਚਾਚੇ ਢੀਂਡਸਾ ਸਾਹਿਬ ਦਾ ਐਡਰੈਸ ਦੇ ਕੇ ਭੇਜ ਤਾਂ ਦਿੱਤਾ ਪਰ ਹੈ ਤਾਂ ਸਾਲਾ ਤਾਰੀ ਵੀ ਮੇਰੇ ਵਰਗਾ ਝੂਠਾ ਹੀ ਕਿਤੇ ਐਡਰੈਸ ਗਲਤ ਨਾ ਨਿਕਲ ਜੇ ਬਈ ਆਹ ਕੌਣ ਪਟੋਲਾ ਜਾ ਤੁਰਿਆ ਫਿਰਦਾ ਕਿਤੇ ਤਾਰੀ ਦੀ ਭੈਣ ਭੂਣ ਨਾ ਨਿਕਲਿਆ ਵੇ ਚਲੋ ਗੱਲ ਕਰਕੇ ਦੇਖਦੇ ਹਾਂ ਹੈਲੋ ਡੋਨਟ ਟੱਚ ਮੀ ਮੈਂ ਜੁਡੋ ਕਰਾਟੇ ਦੀ ਚੈਂਪੀਅਨ ਸਮਝਿਆ ਅੱਛਾ ਐ ਤਾਂ ਮੈਂ ਵੀ ਕੌਡੀ ਦਾ ਜਾਪੀ ਆ ਘਰ ਫੇਰ ਲੱਭ ਲਾਂਗੇ ਪਹਿਲਾਂ ਤੇਰੇ ਜੁਡੋ ਕਰਾਟੇ ਦੇਖ ਲਈਏ ਹਾਂ ਪਲੀਜ਼ ਐ ਤੂੰ ਲੰਘ ਜਾਗੀ ਐ ਨਹੀਂ ਲੰਘਣ ਦਿੰਦਾ ਮੈਂ ਅੱਜ ਤੱਕ ਤਾਂ ਕਿਸੇ ਨੂੰ ਲੰਘਣ ਨਹੀਂ ਦਿੱਤਾ ਮੈਂ ਹਾਂ ਤੈਨੂੰ ਪਤਾ ਨਹੀਂ ਹਾਂ ਮੈਂ ਵੱਡੇ ਵੱਡੇ ਨਾਡੂ ਖਾਂ ਨਹੀਂ ਲੰਘਣ ਦਿੱਤੇ ਤੂੰ ਤਾਂ ਚੀਜ਼ ਕੀ ਹੈ ਕਮਾਲ ਦੀ ਗੱਲ ਜਿਹੋ ਜਿਹੀ ਆਪ ਉਹ ਜਿਹੀ ਗੱਡੀ ਚੱਕੀ ਫਿਰਦੀ ਆ ਸਟੇਅਰਿੰਗ ਪੁੱਠੇ ਪਾਸੇ ਲਵਾਇਆ ਐ ਦੀ ਲੰਘ ਕੇ ਦਿਖਾਉਂਦੀ ਤਾਂ ਚਾਚੀ ਕਿੱਥੇ ਆ ਤੂੰ ਗਰੋਸਰੀ ਸਟੋਰ ਬਲਾ 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 ਐਡਾ ਜਗਾੜ ਤਾਰੀ ਦੇ ਚਾਚੇ ਦਾ ਤਾਂ ਨਹੀਂ ਹੋ ਸਕਦਾ ਸਾਲਾ ਕੰਮ ਕੰਮ ਕਰਦਾ ਹੋਣਾ ਇੱਥੇ ਐਪਲ ਬੜੇ ਸਲੇ ਰਜਾਈਆਂ ਚੱਲ ਭੇਟ ਲਪੇਟ ਰੱਖਿਆ ਵਾਹ ਨਿਕਲੋ ਜਨਾਬ ਰਜਾਈ ਚੋਂ ਓ ਗੋਡ ਇਹ ਤੇ ਇੱਥੇ ਵੀ ਆ ਗਿਆ ਚੱਕ ਅੰਬਾ ਤੂੰ ਵੀ ਲੁੱਟ ਰਜਾਈ ਦੀ ਮੌਜ ਬੇਚਾਰਾ ਕਮਜ਼ੋਰ ਹੈ ਲੱਗਦਾ ਨੀ ਮੰਮਾ ਪਾਪਾ ਨੇ ਨਾ ਮੇਰਾ ਪਤਾ ਕਰਾਉਣ ਲਈ ਭੇਜਿਆ ਹੋਣਾ ਇਹ ਸਾਲੀ ਉਹਨੇ ਕੀ ਕਰ ਰਹੀ ਆ ਓ ਮਾਈ ਗੋਡ ਇਹ ਤੇ ਮੇਰੇ ਵਾਲੀ ਆ ਰਿਹਾ ਓ ਮਾਈ ਗੋਡ ਤੂੰ ਇੱਥੇ ਕੀ ਕਰਦਾ ਇਹੀ ਤਾਂ ਮੈਂ ਪੁੱਛਦਾ ਵੀ ਤੂੰ ਇੱਥੇ ਕੀ ਕਰ ਰਹੀ ਆ ਇਹ ਸਟੋਰ ਮੇਰਾ ਹੈ ਅੱਛਾ ਜੀ ਇਹ ਸਟੋਰ ਤਾਰੀ ਦੇ ਚਾਚੇ ਦਾ ਢੀਂਡਸਾ ਸਾਹਿਬ ਦਾ ਉਹ ਇਹ ਸਟੋਰ ਵੇਚ ਕੇ ਇੱਥੋਂ ਜਾ ਚੁੱਕੇ ਹੈ ਓਏ ਸ਼ਕਲ ਤਾਂ ਤੇਰੀ ਲੱਗਦੀ ਨਹੀਂ ਗਈ ਹੈ ਟੁੱਟੀ ਜੀ ਕਾਰ ਰੱਖੀ ਆ ਸੈਂਟਰ ਓਕੇ ਸਟੋਰ ਤੇਰਾ ਤੂੰ ਮੇਰੀ ਕਾਰ ਤੋਂ ਕੀ ਲੈਣਾ ਚੱਲ ਇੱਥੋਂ ਬਾਹਰ ਤੇ ਆ ਕਿਤੇ ਪੁੱਛ ਕੇ ਚੱਕਿਆ ਅੱਛਾ ਬੜੇ ਅਮੀਰ ਦੇਖੇ ਜ਼ਿੰਦਗੀ ਚ ਪਰ ਐਸਾ ਘਟੀਆ ਅਮੀਰ ਨਹੀਂ ਦੇਖਿਆ ਵੀ ਇੱਕ ਭੁੱਖੇ ਦੇ ਹੱਥੋਂ ਸਿਓ ਖੋਲਵੇ ਮਾਤੜ ਨਾ ਜਾਣੀ ਮੈਨੂੰ ਸਨ 82 ਦੇ ਵਿੱਚ ਡੈਡੀ ਕੋਲੇ ਫੀਟ ਕਾਰ ਹੁੰਦੀ ਸੀਗੀ 3600 ਫੋਟ ਖੜਾ ਕਰੇ ਜੌਂਡੀਅਰ ਲੈਣ ਦੀਆਂ ਸਲਾਹਾਂ ਬਣਦੀਆਂ 60 ਕਿੱਲੇ ਆਪਦੇ ਨੇ 18 ਠੇਕੇ ਤੇ ਨੇ ਸੰਦ ਸਾਰੇ ਨੇ ਹਾਂ $632 ਲੈ ਕੇ ਆਇਆ ਸੀਗਾ ਭਾਨ ਲੈਦਾ ਵਾ ਵੱਡੀ ਰੂਬੀਨਾ ਟੰਡਨ
ਲੋਕ ਕੋਈ ਇਟਾਲੀਅਨ ਸੀਟਾਂ ਲਵਾਈ ਫਿਰਦੇ ਨੇ ਜੋ ਸਾਲਾ ਖੇਤਾਂ ਚ ਨਜ਼ਾਰਾ ਆਉਂਦਾ ਨਾ ਉਹ ਨਜ਼ਾਰਾ ਹੀ ਲੈ ਵੀ ਤਾਰੀ ਸਿਆ ਹੋ ਲੈ ਢਿੱਲਾ ਕਰਾਂ ਹਾਏ ਓਏ ਰੱਬਾ ਸਾਲਾ ਲੋਕਾਂ ਨੂੰ ਪਤਾ ਨੀ ਕਿਵੇਂ ਪਤਾ ਲੱਗ ਜਾਂਦਾ ਵੀ ਤਾਰੀ ਜ਼ਰੂਰੀ ਕੰਮ ਚੱਲਿਆ ਹੈਲੋ ਓ ਤਾਰੀ ਆ ਕੀ ਕਰਤਾ ਤੂੰ ਸਾਲਿਆ ਮੈਨੂੰ ਆਪਦੇ ਚਾਚੇ ਦਾ ਐਡਰੈਸ ਗਲਤ ਦਿੱਤਾ ਉਹ ਐਡਰੈਸ ਜਮਾ ਸਹੀ ਹੈ ਯਾਰ ਐਤਕੀ ਦਾ ਕਾਰਡ ਆਇਆ ਚਾਚੇ ਦਾ ਨਵੇਂ ਸਾਲ ਤੇ ਉਹ ਮੈਂ ਸਾਲਿਆ ਉੱਥੇ ਜਾ ਕੇ ਆਇਆ ਵਾਂ ਕੋਈ ਤੇਰਾ ਚਾਚਾ ਚੂਚਾ ਨਹੀਂ ਰਹਿੰਦਾ ਉੱਥੇ ਤੂੰ ਸਟੋਰ ਤੇ ਨਹੀਂ ਕਿਹੜਾ ਮਾਰਿਆ ਹੋਏ ਉਹ ਸਟੋਰ ਤੇ ਵੀ ਜਾ ਕੇ ਆਇਆ ਤੇਰਾ ਚਾਚਾ ਸਟੋਰ ਤੇ ਘਰ ਇੱਕ ਝੱਲੀ ਜੀ ਕੁੜੀ ਨੂੰ ਵੇਚ ਗਿਆ ਵਾ ਉਹਨੇ ਸਾਲੀ ਨੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਤਾ ਮੈਨੂੰ ਤਾਂ ਹੁਣ ਇਹ ਨਹੀਂ ਸਮਝ ਲੱਗਦੀ ਮੈਂ ਉਹਦੇ ਸਾਲੇ ਆਪਣੇ ਰਹਿਣ ਨੂੰ ਜਗ੍ਹਾ ਲੱਭਾਂ ਜਾਂ ਜਸਨੀਤ ਨੂੰ ਲੱਭਾਂ ਚੰਗੇ ਭਲੇ ਨੂੰ ਬਣਵਾਸ ਕਰਾ ਕੇ ਧਰਤਾ ਕਮਾਲ ਕਰਦਾ ਯਾਰ ਤੂੰ ਤੂੰ ਤਾਂ ਕੀਤੀ ਕਰਾਈ ਖੂਜ ਪਾਈ ਜਾਂਦਾ ਮੈਂ ਦੱਸ ਕਿੱਥੇ ਨਹੀਂ ਖੜਿਆ ਤੇਰੇ ਨਾਲ ਉਹ ਰਹਿਣ ਦੇ ਸਾਲਿਆ ਖੜਿਆ ਕਿੱਥੇ ਆ ਤੂੰ ਪੰਗਾ ਬਾਅਦ ਚ ਪੈਂਦਾ ਸੀ ਪਹਿਲਾਂ ਮੋਕ ਮਾਰ ਜਾਂਦਾ ਸੀ ਸਾਲਾ ਹੋਇਆ ਉਹ ਮੋਕ ਮੈਂ ਜਾਣ ਕੇ ਮਾਰਦਾ ਸੀ ਯਾਰ ਉਹ ਤਾਂ ਕਈ ਬੰਦੇ ਦਾ ਪ੍ਰੈਸ਼ਰ ਬਣਾਉਂਦਾ ਬਸ ਸਮਝ ਆਉਂਦਾ ਨਾਲੇ ਮੇਰੇ ਤੇ ਕੋਈ ਔਖੇ ਹੋਣ ਦਾ ਫਾਇਦਾ ਹੈ ਜਿਹੜਾ ਕੁਛ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਤੂੰ ਐ ਕਰ ਨੇੜੇ ਤੇੜੇ ਗੁਰਦੁਆਰਾ ਦੇਖ ਉੱਥੇ ਜਾ ਵੜ ਜਿਹਦਾ ਵੀਰ ਕੋਈ ਨਹੀਂ ਹੁੰਦਾ ਨਾ ਉਹਦਾ ਰੱਬ ਹੁੰਦਾ ਗੋਰਿਆਂ ਦਾ ਗੁਰਦੁਆਰਾ ਚੱਲੂ ਬਾਬਾ ਜੀ ਇੱਕ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਸੀ ਪਰ ਹਿਸਾਬ ਜਿਹਾ ਨਹੀਂ ਆ ਰਿਹਾ ਜੀ ਤੁਸੀਂ ਹੈ ਕਿਹੜੇ ਪਾਸੇ ਹੋ ਮੈਂ ਸਾਹਮਣੇ ਦੇਖ ਕੇ ਗੱਲ ਕਰ ਲੈਣਾ ਬਾਬਾ ਜੀ ਨੇ ਇੱਕ ਸਾਡੇ ਵਾਲੇ ਬਾਬਾ ਜੀ ਨੂੰ ਸੁਨੇਹਾ ਲਾ ਦਿਓ ਜੀ ਕਿ ਜੀ ਨਿਹਾਲ ਕੈਨੇਡਾ ਪਹੁੰਚ ਗਿਆ ਅਤੇ ਛੋਟੀ ਜਿਹੀ ਪ੍ਰੋਬਲਮ 'ਚ ਫਸ ਗਿਆ ਬਾਬਾ ਜੀ ਤੁਹਾਨੂੰ ਸੱਚ ਬੋਲਦਾ ਦੇਖੋ ਥੋਤੋਂ ਕਾਹਦਾ ਲੁਕੋ ਤੁਹਾਨੂੰ ਤਾਂ ਪਤਾ ਹੀ ਲੱਗ ਜਾਣਾ ਵੀ ਸੱਚ ਕੀ ਆ ਬਸ ਕੈਨੇਡਾ 'ਚ ਪ੍ਰੋਬਲਮ ਆ ਜੀ ਦੇਖੋ ਇੰਡੀਆ ਤਾਂ ਤੁਹਾਨੂੰ ਪਤਾ ਸੂਤੇ ਆ ਤੁਹਾਡੀ ਮਿਹਰਬਾਨੀ ਦੇ ਨਾਲ ਜੀ 82 ਦੇ ਵਿੱਚ ਡੈਡੀ ਕੋਲ ਫੀਐਟ ਕਾਰ ਹੁੰਦੀ ਸੀ 3600 ਘਰੇ ਖੜਾ ਜੀ ਜੌਨ ਡੀਅਰ ਲੈਣ ਦੀਆਂ ਸਲਾਹਾਂ ਬਣਦੀਆਂ 60 ਕਿੱਲੇ ਪੈਲੀ ਆ ਜੀ 18 ਕਿੱਲੇ ਤਾਂ ਐਤਕੀ ਠੇਕੇ 'ਤੇ ਲਏ ਨੇ ਪਰ ਬਾਬਾ ਜੀ ਦੇਖੋ ਸੋਚਣ ਵਾਲੀ ਗੱਲ ਤਾਂ ਇਹੀ ਆ ਨਾ ਜੀ ਹੁਣ ਬੇਬੇ ਇਕੱਲੀ ਥੋਨਾ ਪਾਊਗੀ ਉਹਨੂੰ ਮੈਨੂੰ ਇਹ ਚਾਹੀਦਾ ਨਾ ਜੀ ਮੈਂ ਉੱਥੇ ਹੋਵਾਂ ਪਰ ਬਾਬਾ ਜੀ ਜੇ ਤੁਸੀਂ ਮੇਰੀ ਮਦਦ ਕਰ ਦੋਗੇ ਨਾ ਸਾਰੇ ਦਾ ਸਾਰਾ ਕੰਮ ਸੂਤ ਆਜੂ ਬਾਬਾ ਜੀ ਬਸ ਐਤਕੀ ਬਚਾ ਲਓ ਮਿਹਰਬਾਨੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਉਹ ਕੜਾਹ ਪ੍ਰਸ਼ਾਦ ਦਾ ਇੰਤਜ਼ਾਮ ਜੀ ਤੁਸੀਂ ਵੀ ਕਹੋਗੇ ਕਿਹੋ ਜਿਹਾ ਬੰਦਾ ਜੀ ਬਾਬਾ ਜੀ ਭੁੱਖ ਬਹੁਤ ਲੱਗੀ ਆ ਸਵੇਰ ਦੇ ਨੇ ਚਾਹ ਦਾ ਕੱਪ ਨਹੀਂ ਪੀਤਾ ਜੀ ਇੱਕ ਪੁੜੀ ਭੁੱਕੀ ਦੀ ਸੀਗੀ ਜੀ ਉਹ ਵੀ ਦਿੱਲੀ ਕਸਟਮ ਵਾਲਿਆਂ ਨੇ ਆਉਣ ਵੇਲੇ ਕੱਢ ਲਈ ਮੈਂ ਤਾਂ ਜੀ ਬਸ ਬੁਰੇ ਹਾਲ ਨੇ ਤੂੰ ਤੂੰ ਇੱਥੇ ਕਰਦੀ ਆ ਹੁਣ ਕਿਤੇ ਇਹ ਨਾ ਕਹਿੰਦੀ ਵੀ ਢੀਂਡਸਾ ਸਾਹਿਬ ਤੈਨੂੰ ਆਹ ਜਗ੍ਹਾ ਵੀ ਵੇਚ ਕੇ ਓਏ ਸਿਰ ਨੰਗਾ ਪੈਰਾਂ 'ਚ ਜੁੱਤੀ ਮਾਰਾਂ ਤੇਰੇ ਚੱਕ ਕੇ ਮੋਮਬੱਤੀ ਮੈਂ ਤੇਰਾ ਦਿਮਾਗ ਠੀਕ ਹੈ ਓਕੇ ਇਹ ਚਰਚ ਹੈ ਇੱਥੇ ਇਦਾਂ ਹੀ ਹੁੰਦਾ ਹੈ ਹਾਂ ਚਰਚ ਹੋਵੇ ਚਾਹੇ ਜੋ ਮਰਜ਼ੀ ਹੋਵੇ ਸਾਡੇ ਮਾਂ ਪਿਓ ਨੇ ਇਹੀ ਸਿਖਾਇਆ ਵੀ ਬੰਦੇ ਦਾ ਸਿਰ ਟਕਿਆ ਹੋਣਾ ਚਾਹੀਦਾ ਤੇ ਪੈਰ ਨੰਗੇ ਹੋਣੇ ਚਾਹੀਦੇ ਆ ਤੂੰ ਤਾਂ ਲੱਤਾਂ ਵੀ ਨੰਗੀਆਂ ਲਈ ਫਿਰਦੀ ਆ ਓਕੇ ਆਈ ਐਮ ਸੌਰੀ ਮੇਰੇ ਤੋਂ ਗਲਤੀ ਹੋ ਗਈ ਨਾ ਤੇਰੇ ਤੋਂ ਗਲਤੀ ਨਹੀਂ ਹੁੰਦੀ ਮੇਰੇ ਤੋਂ ਗਲਤੀ ਹਾਂ ਮੇਰੇ ਤੋਂ ਗਲਤੀ ਯੈਸ ਮੇਰੇ ਤੋਂ ਗਲਤੀ ਹੋਈ ਆ ਯਾਰ ਗਲਤੀ ਹੋਈ ਆ ਮੈਂ ਤਾਂ ਬੈਠ ਤਾਂ ਸਕਦਾ ਨਾ ਚਰਚ 'ਚ ਹਾਂ ਹਾਂ ਲੰਡੂ ਜੇ ਬੰਦਿਆਂ ਪਿੱਛੇ ਲੱਗ ਕੇ ਮੈਂ ਕੈਨੇਡੇ ਆ ਗਿਆ ਆਹ ਦੇਖ ਲੈ ਸਵੇਰ ਦਾ ਚਾਚੇ ਨੂੰ ਲੱਭਦਾ ਫਿਰਦਾ ਵਾਂ ਕਿੱਥੇ ਆ ਢੀਂਡਸਾ ਸਾਹਿਬ ਕਿੱਥੇ ਆ ਢੀਂਡਸਾ ਸਾਹਿਬ ਹੈਗੇ ਨੇ ਢੀਂਡਸਾ ਸਾਹਿਬ ਹੈਂ ਹੈਗੇ ਨੇ ਪਹਿਲਾਂ ਇਹ ਦੱਸ ਕਾਫੀ ਪੀਏਂਗਾ ਕਿਹਦੇ ਨਾਲ ਮੇਰੇ ਨਾਲ ਕੁੜੀ ਨਾਲ ਕਾਫੀ ਹਾਂ ਬਈ ਸਿਰਾ ਹੀ ਹੈ ਬਾਬਾ ਜੀ ਤੁਹਾਡਾ ਤਾਂ ਅੱਜ ਪਤਾ ਲੱਗਿਆ ਵੀ ਕੈਨੇਡਾ ਕਿੰਨਾ ਫਾਸਟ ਆ ਅਜੇ 2 ਮਿੰਟ ਪਹਿਲਾਂ ਮੈਂ ਸੁਨੇਹਾ ਲਾਇਆ ਤੁਸੀਂ ਸਾਡੇ ਬਾਬੇ ਤੱਕ ਪਹੁੰਚਾ ਵੀ ਦਿੱਤਾ ਸਲਿਊਟ ਹੈ ਬਾਬਾ ਜੀ ਲਵ ਯੂ ਕਮਾਲ ਹੈ ਕਿਸੇ ਕੁੜੀ ਦੀ ਫੋਟੋ ਨੂੰ ਫੇਸਬੁੱਕ ਤੇ ਦੇਖਿਆ ਤੇ ਉਹਨੂੰ ਮਿਲਣ ਲਈ ਇੰਨੀ ਦੂਰ ਆ ਗਿਆ ਓਏ ਜੀ ਤਾਂ ਮੈਂ ਫੋਟੋ ਦੇਖ ਕੇ ਆਇਆ ਜੀ 2-3 ਕੁੜੀਆਂ ਪਿੱਛੇ ਤਾਂ ਮੈਂ ਐਂ ਚਲੇ ਗਿਆ ਮੇਰੇ ਯਾਰਾਂ ਦੋਸਤਾਂ ਨੇ ਕਿਹਾ ਤਾਂ ਬਾਹਲੀ ਕੁਆਟਰ ਕੁੜੀ ਹੈ ਹੈਲੋ ਉਹ ਸ਼ਹਿਰ ਦੀ ਸਭ ਤੋਂ ਰਿਚ ਕੁੜੀ ਹੈ ਸਮਝ ਆਈ 2 ਮਹੀਨੇ ਕੀ 2 ਜਨਮ ਵੀ ਉਹਦੇ ਪਿੱਛੇ ਲਾ ਦੇਣਾ ਤਾਂ ਵੀ ਨਹੀਂ ਤੇਰੀ ਗੱਲ ਬਣਨੀ ਨਹੀਂ ਤਾਂ ਮੈਂ ਮਾਤੜਾ ਆ ਸਨ 82 ਜੀ ਮੇਰੇ ਡੈਡੀ ਕੋਲੇ ਫੀਅਰ ਕਰ ਹੁੰਦੀ ਸੀ ਦੱਸਿਆ ਸੀ ਮੈਨੂੰ ਨਾ ਹੁਣ ਮੈਨੂੰ ਢੀਂਡਸਾ ਸਾਹਿਬ ਦੇ ਘਰੇ ਲੈ ਕੇ ਜਾਣਾ ਜਾਂ ਇੱਥੇ ਠੰਡ 'ਚ ਮਾਰਨਾ ਤੈਨੂੰ ਇੱਕ ਗੱਲ ਦੱਸਾਂ ਉਹ ਜਿਹੜਾ ਘਰ ਸੀ ਨਾ ਜਿੱਥੇ ਤੂੰ ਮੈਨੂੰ ਪਹਿਲੀ ਵਾਰੀ ਮਿਲਿਆ ਸੀ ਉਹ ਢੀਂਡਸਾ ਅੰਕਲ ਦਾ ਹੀ ਹੈ ਹਾਂ ਤੇ ਉਹ ਜਿਹੜਾ ਗ੍ਰੋਸਰੀ ਸਟੋਰ ਹੈ ਨਾ ਉਹ ਵੀ ਢੀਂਡਸਾ ਅੰਕਲ ਦਾ ਹੀ ਹੈ ਤੂੰ ਝੂਠ ਕਿਉਂ ਬੋਲਿਆ ਮੈਨੂੰ ਐਕਚੁਅਲੀ ਮੈਂ ਵੀ ਨਾਭੇ ਤੋਂ ਹੀ ਹਾਂ ਨਾਭੇ ਤੋਂ ਤੂੰ ਹਾਂ ਉਹ ਸੇਬ ਲੱਗੀ ਹਾਂ ਇੱਕ ਮਿੰਟ ਗੱਲ ਤਾਂ ਸੁਣ ਲਾ ਪਰ ਨਾ ਨਾਭੇ ਤੋਂ 2 ਸਾਲ ਪਹਿਲਾਂ ਨਾ ਮੈਂ ਇੱਕ ਬੇਵਕੂਫੀ ਕੀਤੀ ਸੀ ਅੱਛਾ ਪਰ ਮੈਂ ਨਾ ਇੱਕ ਮੁੰਡੇ ਨੂੰ ਇੰਟਰਨੈਟ ਤੇ ਲਾਈਕ ਕਰਦੀ ਸੀ ਇੰਟਰਨੈਟ ਤੇ ਫੇਰ ਉਹਦੇ ਨਾਲ ਵਿਆਹ ਕਰਾਉਣ ਲਈ ਮੈਂ ਇੱਥੇ ਆ ਗਈ ਆਪਣੇ ਮੰਮਾ ਪਾਪਾ ਦੀ ਮਰਜ਼ੀ ਦੇ ਅਗੇਂਸਟ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਉਹ ਇੱਕ ਨੰਬਰ ਦਾ ਧੋਖੇਬਾਜ਼ ਹੈ ਕਹਿੰਦਾ ਕਿ ਜੇ ਤੂੰ ਆਪਣੇ ਪੇਰੈਂਟਸ ਨੂੰ ਛੱਡਦਾ
ਤੇ ਇਹਦਾ ਮਤਲਬ ਤੇਰੇ ਕੋਲ ਹੁਣ ਪ੍ਰਾਪਰਟੀ ਰਹੀ ਨਹੀਂ ਤੇ ਮੈਨੂੰ ਤੇਰੇ 'ਚ ਕੋਈ ਇੰਟਰਸਟ ਨਹੀਂ ਰਿਹਾ। ਮੈਨੂੰ ਦੱਸ ਸਾਲਾ ਕਿੱਥੇ ਆ ਨਹਾਸਣਾ ਭਾਂਦੀ ਆ ਮੈਂ ਸਾਲੇ ਦੀਆਂ। ਮੈਨੂੰ ਕੀ ਪਤਾ ਕਿੱਥੇ ਆ। ਮੰਮੀ ਪਾਪਾ ਤੇ ਇਹੀ ਸਮਝਦੇ ਆ ਨਾ ਕਿ ਮੇਰਾ ਉਹਦੇ ਨਾਲ ਵਿਆਹ ਹੋ ਗਿਆ ਤੇ ਮੈਂ ਬਹੁਤ ਖੁਸ਼ ਹਾਂ। ਹਮੇਸ਼ਾ ਕਹਿੰਦੇ ਰਹਿੰਦੇ ਕਿ ਮੈਂ ਫੋਨ ਤੇ ਉਹਨਾਂ ਦੀ ਗੱਲ ਕਰਾਵਾਂ ਉਹਨਾਂ ਦੇ ਜਵਾਈ ਦੇ ਨਾਲ, ਪਰ ਮੈਂ ਹੀ ਆ ਹਮੇਸ਼ਾ ਟਾਲਦੀ ਰਹਿੰਦੀ ਆ। ਇਸੇ ਕਰਕੇ ਮੈਂ ਡਰ ਗਈ ਸੀ ਜਦ ਤੂੰ ਕਿਹਾ ਨਾ ਕਿ ਤੂੰ ਨਾਭੇ ਤੋਂ ਹੈ। ਮੈਨੂੰ ਲੱਗਿਆ ਕਿ ਸ਼ਾਇਦ ਮੰਮਾ ਪਾਪਾ ਨੇ ਤੈਨੂੰ ਮੇਰੇ ਪਿੱਛੇ ਭੇਜਿਆ ਮੇਰੀ ਜਾਸੂਸੀ ਕਰਨ ਵਾਸਤੇ। ਚੱਲ ਹੁਣ ਮੈਨੂੰ ਠੰਡ 'ਚ ਮਾਰੇਂਗੀ ਜਾਂ ਔਰ ਢੇਡਸਾ ਸਾਹਿਬ ਨੂੰ ਵੀ ਮਿਲਾਏਂਗੀ। ਉੱਥੇ ਵੀ ਇੱਕ ਪੰਗਾ ਹੈ ਨਾ, ਪਿਓ ਮੰਨਦਾ ਤੇ ਪੁੱਤ ਨਹੀਂ ਮੰਨਦਾ, ਜੇ ਪੁੱਤ ਮੰਨਦਾ ਤੇ ਪਿਓ ਨਹੀਂ ਮੰਨਦਾ। ਔਰ ਨਿਹਾਲ ਸਿੰਘ ਤਾਂ ਸਾਰੇ ਪਿੰਡ ਨੂੰ ਮਨਾਈ ਫਿਰਦਾ, ਇਹ ਤਾਂ ਬੰਦੇ ਹੀ ਦੋ ਨੇ। ਚੱਲ ਡੈਡ ਪਲੀਜ਼ ਤੁਸੀਂ ਮੇਰੀ ਗੱਲ ਮੰਨੋ ਪਲੀਜ਼। ਉਹ ਨਹੀਂ, ਮੈਂ ਆਪਣਾ ਗਰੋਸਰੀ ਸਟੋਰ ਬੰਦ ਨਹੀਂ ਕਰ ਸਕਦਾ। ਓਏ ਅਕਲ ਨੂੰ ਹੱਥ ਮਾਰ, ਖੋਤਿਆ ਅਕਲ ਨੂੰ ਹੱਥ ਮਾਰ, ਅਸੂਲ ਦੀ ਗੱਲ ਕਰ। ਮੈਂ ਆਪਣਾ ਗਰੋਸਰੀ ਸਟੋਰ ਕਿਵੇਂ ਬੰਦ ਕਰਦਾ ਵਾ, ਖੋਤੇ ਦਾ ਪੁੱਤ ਨਾ ਹੋਵੇ ਤਾਂ। ਓ ਗੋਡ, ਡੈਡ ਬੰਦ ਕਰਨ ਦੀ ਕੌਣ ਗੱਲ ਕਰਦਾ, ਤੁਸੀਂ ਮੇਰੀ ਗੱਲਾਂ ਨੂੰ ਅੰਡਰਸਟੈਂਡ ਨਹੀਂ ਕਰਦੇ। ਮੈਂ ਤਾਂ ਸਿਰਫ ਤੁਹਾਨੂੰ ਇਹੀ ਕਹਿਣਾ ਕਿ ਉਹਦੀ ਜਗ੍ਹਾ ਆਪਾਂ ਕਲੱਬ ਖੋਲਾਂਗੇ ਜਿੱਥੇ ਡਾਂਸ ਹੋਊਗਾ। ਤੇਰਾ ਮਤਲਬ ਹੈ ਖੋਤਿਆ, ਮੈਂ ਆਪਣਾ 25 ਸਾਲ ਪੁਰਾਣਾ ਸਟੋਰ ਬੰਦ ਕਰਕੇ ਸ਼ਕੀਲਾ ਦੀ ਤਰ੍ਹਾਂ ਕੱਛਾ ਪਾ ਕੇ ਉੱਥੇ ਡਾਂਸ ਕਰਾਂ? ਓ ਗੋਡ ਡੈਡ, ਮੈਂ ਤੁਹਾਡੀ ਗੱਲ ਥੋੜੀ ਕਰਦਾ, ਤੁਸੀਂ ਥੋੜੀ ਡਾਂਸ ਵੈਂਸ ਕਰਨਾ ਹੈ। ਡੈਡ ਜ਼ਰਾ ਸੋਚ, ਆਪਣੇ ਢਿੰਡਸਾ ਗਰੋਸਰੀ ਸਟੋਰ। ਢਿੰਡਸਾ ਨਹੀਂ, ਢਿੰਡਸਾ ਢਿੰਡਸਾ, ਉਹ ਬੋਲਣਾ ਤਾਂ ਸਿੱਖ ਲੈ। ਓ ਡੈਡ ਜ਼ਰਾ ਸੋਚ, ਆਪਣੇ ਗਰੋਸਰੀ ਸਟੋਰ ਦੀ ਜਗ੍ਹਾ ਡੀ ਕਲੱਬ ਹੋਊਗਾ। ਹੈ ਲਿਮੋਜ਼ਿਨ ਵਿੱਚੋਂ ਤੁਸੀਂ ਉਤਰੋਗੇ, ਚਾਰੋਂ ਪਾਸੇ ਟੀਵੀ ਰਿਪੋਰਟਰ ਹੋਣਗੇ, ਸੋਹਣੀ ਸੋਹਣੀ ਕੁੜੀਆਂ ਆਲੇ ਦੁਆਲੇ ਡਾਂਸ ਕਰਨਗੀਆਂ। ਕੁੜੀਆਂ ਦੀਆਂ ਮੰਮੀਆਂ ਵੀ ਹੋਣਗੀਆਂ। ਓ ਗੋਡ ਡੈਡ, ਮੰਮੀ ਡੈਡੀ ਥੋੜੀ ਆਉਂਦੇ ਆ, ਪੇਰੈਂਟਸ ਆਰ ਨਾਟ ਅਲਾਊਡ। ਡੈਡ ਨਹੀਂ, ਪਰ ਗੱਲੇ ਤੇ ਤਾਂ ਮੈਂ ਹੀ ਬੈਠੂਗਾ ਨਾ। ਓ ਡੈਡ ਗੱਲਾਂ ਵੀ ਨਹੀਂ ਹੁੰਦਾ। ਫਿਰ ਮੈਂ ਕਲੱਬ ਖੋਲ ਕੇ ਕੀ ਕਰਨਾ ਜਦੋਂ ਉੱਥੇ ਮੇਰਾ ਕੋਈ ਕੰਮ ਹੀ ਨਹੀਂ ਹੈ, ਨਾਲੇ ਸਾਡੇ ਕਲਚਰ ਦੇ ਖਿਲਾਫ ਹੈ। ਅਸੂਲ ਦੀ ਗੱਲ ਕਰ ਤੂੰ ਨਿਹਾਲ। ਮੈਨੂੰ ਲੱਗਦਾ ਕਿ ਆਪਾਂ ਗਲਤ ਟਾਈਮ ਤੇ ਆ ਗਏ। ਓ ਨਿਹਾਲ ਲਈ ਵੀ ਕਦੇ ਕੋਈ ਟਾਈਮ ਗਲਤ ਜਾਂ ਠੀਕ ਹੋਇਆ? ਪੁਰਾਣੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਣ ਨੂੰ ਹੀ ਕਲਚਰ ਕਹਿੰਦੇ ਆ। ਕੱਲ ਨੂੰ ਤੂੰ ਬੁੱਢੇ ਮਾਂ ਬਾਪ ਨੂੰ ਕਹੇਗਾ ਬਈ ਪੁਰਾਣੇ ਪੈ ਗਏ, ਇਹਨਾਂ ਨੂੰ ਬਾਹਰ ਸਿੱਟ ਦੋ, ਇਹ ਹੈ ਕਲਚਰ ਤੁਹਾਡਾ, ਲਾਣਤ ਇਹ ਜੇ ਕਲਚਰ ਦੇ ਉੱਤੇ। ਬਿਲਕੁਲ ਸਹੀ ਗੱਲ ਆ ਚਾਚਾ ਜੀ, ਆਪਣੇ ਵਰਕ ਬੈਠਾ। ਓਏ ਜੇ ਆਪਾਂ ਆਪਦੀਆਂ ਜੜਾਂ ਭੁੱਲ ਕੇ ਤਾਂ ਆਪਾਂ ਥੱਲੇ ਨਹੀਂ ਡਿੱਗਾਂਗੇ। ਬਿਲਕੁਲ, ਅਸੂਲ ਦੀ ਗੱਲ ਕੀਤੀ ਹੈ, ਇਹੀ ਕਲਚਰ ਹੈ ਗੋਰਿਆਂ ਦਾ, ਆਪਣੇ ਬੱਚਿਆਂ ਨੂੰ ਪੂਰੀ ਫ੍ਰੀਡਮ ਦਿੰਦੇ। ਇਹ ਵੀ ਗੱਲ ਆ, ਦੇਖੋ ਜੀ ਇੱਕ ਗੱਲ ਤਾਂ ਮੰਨਣੇ ਵਾਲੀ ਆ, ਗੋਰੇ ਘੱਟੋ ਘੱਟ ਆਪਣੇ ਬੱਚਿਆਂ ਨੂੰ ਕੁੱਕੜੀਆਂ ਨੂੰ ਤਾੜ ਕੇ ਨਹੀਂ ਰੱਖ ਲਿਆਗੇ। ਨਹੀਂ, ਪਰ ਜੇ ਪਤੰਗ ਦੀ ਡੋਰੀ ਕੱਟ ਗਈ ਫਿਰ ਤਾਂ ਜ਼ਮੀਨ ਤੇ ਡਿੱਗੂਗੀ। ਵਾਹ ਚਾਚਾ ਜੀ ਵਾਹ, ਕੀ ਬਾਤ ਹੈ ਚਾਚਾ ਜੀ, ਆਏ ਹਾਏ ਧੰਨ ਭਾਗ ਮੇਰੇ ਕਿ ਮੈਨੂੰ ਐਡੀ ਮਹਾਨ ਸ਼ਖਸੀਅਤ ਦੇ ਘਰੇ ਰਹਿਣ ਦਾ ਮੌਕਾ ਮਿਲਿਆ। ਚਾਚਾ ਜੀ ਗ੍ਰੇਟ ਹੋ ਤੁਸੀਂ, ਗ੍ਰੇਟ। ਪਰ ਮੁੰਡੇ ਇੰਨਾ ਗ੍ਰੇਟ ਵੀ ਨਹੀਂ ਹੈ ਮੈਂ, ਬਸ ਜੀ ਸਕ ਕੇ ਤੇਰਾ ਆਪਣਾ ਘਰ ਹੈ, ਤੂੰ ਰਹਿ ਸਕਦਾ। ਇੱਕ ਮਿੰਟ ਫੜੀ, ਮੈਂ ਤੈਨੂੰ ਪਛਾਣਿਆ ਨੀ, ਤੂੰ ਹੈ ਕੌਣ? ਮੈਨੂੰ ਨੀ ਪਛਾਣਿਆ ਚਾਚਾ ਜੀ, ਕਮਾਲ ਦੀ ਗੱਲ ਆ, ਉਹ ਮੈਂ ਤੁਹਾਡਾ ਆਪਣਾ ਨਿਹਾਲ ਚਾਚਾ ਜੀ, ਛੋਟਾ ਨਿਹਾਲ। ਕਿਹੜਾ ਨਿਹਾਲ? ਉਹ ਚਾਚਾ ਜੀ ਪਿੰਡੋ ਨਾਭੇ ਤੋਂ ਤਾਰੀ ਦਾ ਦੋਸਤ ਨਿਹਾਲ ਸਿੰਘ ਘਰਿਆ। ਤਾਰੀ ਤਾਂ ਨਹੀਂ ਆਇਆ ਕਿਤੇ? ਉਹਨੂੰ ਕਿਨੇ ਬੀਜਾ ਦੇਣਾ ਜੀ ਕੈਨੇਡਾ ਦਾ, ਤਾਰੀ ਕਿਥੇ, ਮੈਂ ਕੱਲਾ ਹੀ ਆਇਆ। ਬੜਾ ਕਰੈਕਟਰਲੈਸ ਜਿਹਾ ਮੁੰਡਾ ਹੈ ਉਹ। ਜਮਾਂ ਹੀ ਤੁਹਾਡੇ ਤੇ ਜੀ। ਹਾਂ ਗਿਆ ਹੀ ਨਹੀਂਗਾ ਤੁਹਾਡੇ ਤੇ, ਦੇਖੋ ਬਿਲਕੁਲ ਹੀ ਨਹੀਂ ਗਿਆ ਹੈਗਾ। ਕਿੱਥੇ ਤਾਰੀ, ਕਿੱਥੇ ਤੁਸੀਂ, ਕਿਆ ਗ੍ਰੇਟ ਪਰਸਨੈਲਿਟੀ ਜੀ ਚਾਚਾ ਜੀ, ਸਵਾਦ ਆ ਗਿਆ, ਸਿਰਾ ਲੱਗ ਗਿਆ। ਬੇਟਾ ਤੂੰ ਅੱਜ ਤੋਂ ਇੱਥੇ ਰਹੇ ਜੀ, ਅੱਜ ਤੋਂ ਇਹ ਮੇਰਾ ਪਤੀ ਸਾਡੇ ਘਰ ਦੇ ਵਿੱਚ ਸਾਡੇ ਨਾਲ ਹੀ ਰਹੂਗਾ, ਤੇਰੀ ਬਿਲਕੁਲ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਸੋਰੀ ਚਾਚਾ ਜੀ, ਆ ਮੇਰਾ ਰੂਮ ਕਿੱਥੇ ਜੀ? ਆਪਣਾ ਉੱਪਰ ਚੜ ਕੇ ਨਾ ਖੱਬੇ ਹੱਥ ਨੂੰ ਦੂਜਾ ਕਮਰਾ। ਥੈਂਕ ਯੂ ਚਾਚਾ ਜੀ, ਚਾਹ ਤੇ ਮਿਲਦੀ ਆ ਦਈ ਵੀਰੇ। ਸੁਣਿਆ ਤੂੰ, ਹੁਣ ਖਿਆਲ ਰੱਖੀ। ਮੈਡਮ ਜੀ ਬੇਬੇ ਨੇ ਨਿਹਾਲ ਨਾ ਐਂ ਨਹੀਂ ਸੀ ਰੱਖਿਆ, ਜਿੱਥੇ ਜਾਈਦਾ ਜਨਤਾ ਨਿਹਾਲ ਕਰ ਦੇ ਦੀ ਆ। ਮਿਲਦੇ ਆ ਜੀ। ਓ ਨਹੀਂ, ਕਮਾਲ ਦੀ ਗੱਲ ਆ ਨਿਹਾਲ ਸਿਆ, ਮੈਂ ਆਪਣੇ ਦੁੱਖੜੇ ਸੁਣਾਉਣਾ, ਜਿਹੜਾ ਸੁਣਦਾ ਉਹ ਪਤੰਦਰ ਹੱਸਣ ਲੱਗ ਜਾਂਦਾ। ਓ ਸੱਚੀ ਸਵਾਦ ਆ ਗਿਆ ਸਾ, ਆ ਕੀਤੀ ਆ ਜੱਟਾਂ ਵਾਲੀ ਗੱਲ, ਪੰਗਾ ਪਿਆ ਖਬਰਿਆ ਖੁਬਰਿਆ ਨਹੀਂ, ਐਕਸ਼ਨ ਲਿੱਤਾ ਐਕਸ਼ਨ। ਐਕਸ਼ਨ ਤਾਂ ਲੈ ਲਿਆ, ਪਰ ਕੀ ਹੁਣ ਇਹ ਸੋਚਿਆ ਕਿ ਅੱਗੇ ਕੀ ਕਰਨਾ ਹੈ? ਉਹ ਕੁੜੀਏ ਇਹੋ ਜਿਹੇ ਕੰਮ ਦੇ ਵਿੱਚ ਅੱਗੇ ਪਿੱਛੇ ਨਹੀਂ ਦੇਖੀਦਾ ਹੁੰਦਾ, ਇਹ ਬਿਨਾਂ ਸੋਚੇ ਇੱਥੇ ਆਇਆ, ਹੁਣ ਬਿਨਾਂ ਸੋਚੇ ਅੱਗੇ ਤੁਰੂ। ਉਹ ਪਰ ਚਾਚਾ ਜੀ ਮੇਰੀ ਘੱਟੋ ਘੱਟ ਇੱਕ ਕੁੜੀ ਨਾਲ ਫੋਟੋ ਤੱਕ ਖਿਚਾ ਦੋ, ਉਹ ਪਿੰਡਤਾ ਤਾਈ ਨੇ ਮੇਰੀ ਬੇਬੇ ਦਾ ਗੱਲਾਂ ਸੁਣਾ ਸੁਣਾ ਬਲੱਡ ਪ੍ਰੈਸ਼ਰ ਵਧਾਇਆ ਪਿਆ ਹੋਣਾ, ਉਹਨਾਂ ਨੂੰ ਪਤਾ ਤਾਂ ਲੱਗ ਜਾਵੇ ਵੀ ਨਿਹਾਲ ਕੈਨੇਡਾ ਪਹੁੰਚ ਗਿਆ। ਠੀਕ ਹੈ ਚਲੋ ਫਿਰ ਫੋਟੋ ਖਿਚਾਈਏ। ਡੈਡ ਫੋਟੋ ਕਰਨ ਦੀ ਗੱਲ ਛੱਡੋ, ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਤੁਹਾਨੂੰ ਪਤਾ ਵੀ ਉਹ ਰਹਿੰਦੀ ਕਿੱਥੇ? ਉਹ ਮੂਰਖਾ ਸਾਰੀ ਦੁਨੀਆ ਨੂੰ ਪਤਾ ਹੈ ਉਹ ਕਿੱਥੇ ਰਹਿੰਦੀ ਹੈ, ਕਦੇ ਅਖਬਾਰ ਵੀ ਪੜ੍ਹ ਲਿਆ ਕਰ।
ਸ਼ਹਿਰ ਦੀ ਸਭ ਤੋਂ ਅਮੀਰ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਉਹ। ਚਾਚਾ ਜੀ ਜ਼ਿੰਦਗੀ 'ਚ ਪਹਿਲੀ ਵਾਰੀ ਕਿਸੇ ਕੁੜੀ ਦੀ ਵੇਟ ਕਰ ਰਿਹਾ, ਸਾਲਾ ਓਪਰਾ ਓਪਰਾ ਜਿਹਾ ਫੀਲ ਹੋ ਰਿਹਾ, ਪਤਾ ਨਹੀਂ ਕਦੋਂ ਆਊਗੀ। ਚਾਚਾ ਜੀ ਸਾਲੀ ਬਾਲੀ ਕੈਮਰਾ ਸਿਰਾ ਹੀ ਲਾਈ ਜਾਂਦੀ ਆ, ਫੋਟੋ ਵੀ ਟਪਾ ਦੀ ਇਹਨੇ ਤਾਂ। ਚਾਚਾ ਜੀ ਤੁਹਾਨੂੰ ਪਤਾ ਦੀਵਾਲੀ ਵੇਲੇ ਇੱਕ ਪਟਾਕਾ ਹੁੰਦਾ ਜਿਹੜਾ ਬਿਲਕੁਲ ਐਂਡ ਤੇ ਚਲਾਈਦਾ, ਜਿਹਦੇ ਵਿੱਚ ਚੱਕਰੀਆਂ, ਅਨਾਰ, ਫੁੱਲਝੜੀਆਂ, ਬੰਬ, ਗੋਲੇ, ਉਹ ਪਟਾਕਾ ਹੈ। ਓਏ ਹੋਏ ਹੋਏ, ਸਾਉਣ ਦਾ ਮਹੀਨਾ ਹੋਵੇ, ਮਿੰਨੀ ਮਿੰਨੀ ਕਣੀ ਪੈਂਦੀ ਹੋਵੇ ਤੇ ਜੱਟ ਬੈਠਾ ਹੋਵੇ ਜੌਂਡੀਅਰ ਤੇ ਸੁਹਾਗਾ ਫੇਰਦਾ, ਤੇ ਮੇਰੀ ਰਵੀਨਾ ਟੰਡਨ ਪਾ ਕੇ ਖੱਬੇ ਪੈਰ 'ਚ ਝਾਂਜਰ ਛਣ ਛਣ ਕਰਦੀ ਜੱਟ ਦਾ ਪੱਤਾ ਲੈ ਕੇ ਆਉਂਦੀ ਹੋਵੇ, ਸਵਾਦ ਹੀ ਆ ਜਾਵੇ। ਪਰ ਬੇਟਾ ਜੀ ਤੂੰ ਤਾਂ ਕਹਿੰਦਾ ਸੀਗਾ ਬਈ ਜੌਂਡੀਅਰ ਲੈਣ ਦੀਆਂ ਹਲੇ ਸਲਾਹਾਂ ਹੀ ਬਣ ਰਹੀਆਂ। ਉਹ ਚਾਚਾ ਜੀ ਅਭੀ ਤਾਂ ਸਲਾਹਾਂ ਹੀ ਬਣਦੀਆਂ ਨੇ, ਪਰ ਆਹ ਸਾਲੇ ਕਾਲੇ ਪੀਣੇ ਜਿਹੇ ਕੌਣ ਨੇ ਚਾਚਾ ਜੀ, ਇਹਦਾ ਪਾਪਾ ਐਮਪੀ ਉਮਪੀ ਆ। ਉਹ ਯਾਰ ਛੱਡ ਐਮਪੀ ਉਮਪੀ ਨੂੰ, ਆਪਾਂ ਇਹਦੇ ਨਾਲ ਫੋਟੋ ਖਿਚਾਈਏ, ਚੱਲ ਬੈਠ ਗੱਡੀ 'ਚ। ਨਿਹਾਲ ਬੇਟਾ ਜੀ ਇਹ ਹੈ ਆਪਣਾ ਵੈਂਕੂਵਰ ਦਾ ਡਾਊਨ ਟਾਊਨ। ਕੀ ਹੈ ਜੀ? ਜਾਣੀ ਕਿ ਆਪਣੇ ਪਿੰਡ ਦੀ ਜਿਵੇਂ ਸੱਥ ਹੁੰਦੀ ਹੈ ਨਾ, ਇਹ ਸੱਥ ਹੈ। ਅੱਛਾ ਜੀ। ਨਹੀਂ ਸਮਝਿਆ? ਨਹੀਂ। ਐ ਸਮਝ ਲੈ ਬਈ ਜਿਵੇਂ ਚੰਡੀਗੜ੍ਹ ਦਾ 17 ਸੈਕਟਰ, ਇਹ 17 ਸੈਕਟਰ ਹੈ। ਇਹਦਾ ਮਤਲਬ ਅੱਗੇ ਮੁੜ ਕੇ ਫੁਹਾਰਾ ਜੀ। ਫੁਹਾਰਾ ਫੁਵਰਾ ਕੁਛ ਨਹੀਂ ਹੈ ਇੱਥੇ, ਬਸ ਤੂੰ ਰੌਣਕ ਮੇਲਾ ਦੇਖ ਚਾਰੇ ਪਾਸੇ। ਪਰ ਆਪਣੀ ਰਵੀਨਾ ਟੰਡਨ ਤਾਂ ਕਿਤੇ ਦੇਖਦੀ ਨੀ ਜੀ। ਉਹ ਵੀ ਦਿਖ ਜਾਓ ਕਿਤੇ ਨਾ ਕਿਤੇ। ਆਹੋ ਖੜੀ ਆ ਸਾਹਮਣੇ, ਬਸ ਹੁਣ ਤੁਸੀਂ ਮਾੜਾ ਜਿਹਾ ਤਰੀਕੇ ਨਾਲ ਕਿਤੇ ਉਹੀ ਨਾ ਊਟ ਪਟਾਂਗ। ਹਾਂ ਤੂੰ ਘਬਰਾ ਨਾ। ਅੱਜ ਤੂੰ ਦੇਖੀ ਇਹ ਜੀ ਮੈਂ ਕਮਾਲ ਦੀ ਫੋਟੋ ਖਿੱਚਣ ਲੱਗਿਆ ਨਾ, ਮੰਨ ਜਾਏਗੀ ਤੂੰ ਵੀ? ਹਾਏ ਕੁੜੀ ਐਡੀ ਸੋਹਣੀ ਲੱਗ ਰਹੀ ਨਾ ਕੈਮਰੇ। ਅੰਕਲ ਫੋਟੋ ਖਿੱਚੋ। ਬੇਟਾ ਖਿੱਚ ਰਿਹਾ, ਮੇਰੀ ਗੱਲ ਤਾਂ ਪੂਰੀ ਹੋ ਲੈਣ ਦੇ। ਆ ਦੇਖੀ ਕਿਆ ਵਧੀਆ ਫੋਟੋ ਖਿੱਚਾਂਗਾ ਮੈਂ। ਖਿੱਚਤੀ ਖਿੱਚਤੀ ਖਿੱਚਤੀ। ਸਤਿ ਸ਼੍ਰੀ ਅਕਾਲ ਜੀ। ਜਵਾਨੀ ਦਰਮਿੰਦਰ ਹੋਵੇ। ਮੰਨਦਾ ਹੁਣ ਆਪਣੇ ਚਾਚੇ ਨੂੰ? ਕੁੜੀ ਕਿੱਥੇ ਆ? ਓਹੋ ਤੂੰ ਟੈਨਸ਼ਨ ਕਿਉਂ ਲੈਂਦਾ, ਤੇਰੀ ਫੋਟੋ ਖਿੱਚੀ ਜਾਣੀ ਹੈ। ਫੋਟੋ ਤਾਂ ਖਿੱਚੂਗੀ ਜੇ ਕੁੜੀ ਲੱਭੂਗੀ। ਓਹੋ ਕੁੜੀ ਵੀ ਲੱਭ ਜੂਗੀ। ਉਹ ਖੜੀ ਆ ਤੇਰੀ ਰਵੀਨਾ ਟੰਡਨ। ਹੁਣ ਤੂੰ ਫੋਟੋ ਚਾਜਰਾ ਖਿੱਚਦੀ ਬੇਬੀ ਦੀ, ਤਾਂ ਤਾਂ ਹੋ ਜੀ ਬੇ ਪਿੰਡ 'ਚ। ਉਹ ਹੋ ਜੂ ਤਾਂ ਤਾਂ ਨੇ, ਹੁਣ ਤੂੰ ਜਾ। What are you saying? Thank God for that. No. ਜੋ ਨਿਹਾਲ ਕੁੜੀ ਦੇ ਕੋਲ ਨੂੰ ਹੋਏ ਨਾ, ਉਦੋਂ ਕਲਿੱਕ ਕਰੀ। One sec. ਅਜੇ ਨਾ ਕਰੀ, ਅਜੇ ਨਾ ਕਰੀ। ਠਹਿਰ ਥੋੜਾ ਜਾ। Yeah, like that. ਮੈਂ ਕਹਾਂਗਾ 1 2 3 Oh damn! I missed her. ਹਲੇ ਮੈਂ ਤੈਨੂੰ ਕਿਹਾ ਨਹੀਂ, ਤੂੰ ਪਹਿਲਾਂ ਹੀ ਕੋੜਾ ਦੱਬਤਾ, ਬਣ ਗਈ ਵੱਡੀ ਫੋਟੋਗ੍ਰਾਫਰ। ਦਿਖਾਈ ਦਿਖਾਈ ਦਿਖਾਈ। ਬਹੁਤ ਸੋਹਣੀ, ਬਹੁਤ ਸੋਹਣੀ। ਦੇਖ ਲੈ ਦੇਖ ਲੈ। ਆ ਕੀ ਸੋਹਣੀ ਹੈ। ਮੈਂ ਤਾਂ ਫੇਰ ਵੀ ਬੰਦੇ ਨਾਲ ਫੋਟੋ ਖਿੱਚੀ ਸੀਗੀ, ਇਹ ਤਾਂ ਇਹਨੇ ਖਿੱਚੀ ਹੈ ਬੁੱਤ ਨਾਲ ਤੇਰੀ। ਚਾਚਾ ਜੀ ਕਾਫੀ ਕਿੱਥੇ ਆ?
ਮੈਂ ਫਿਰ ਕਾਫੀ ਦਾ ਨਾ ਆਈਡੀਆ ਕੈਂਸਲ ਕਰ ਦਿੱਤਾ। ਮੈਂ ਸੋਚਿਆ ਕਾਫੀ ਨਾਲੇ ਤਾਂ ਮੂੰਹ ਬੇਸਵਾਦ ਹੋ, ਨਾਲੇ $8 ਲੱਗ ਜੋ। ਮੈਂ ਨਾ 2 ਨਿੰਬੂ ਲੈ ਲਏ, ਆਪਾਂ ਘਰ ਜਾ ਕੇ ਸ਼ਿਕੰਜ ਵੀ ਪੀਵਾਂਗੇ। ਮੈਨੂੰ ਮਾਫ ਕਰੋ, ਮੇਰੇ ਜੋੜੇ ਹੱਥ, ਮੇਰੀ ਇੱਕ ਹੈਲਪ ਕਰੋਗੇ ਤੁਸੀਂ? ਕੀ ਮੇਰੀ ਕੋਈ ਹੈਲਪ ਨਾ ਕਰਿਓ? ਹਾਂ, ਮੈਂ ਤਾਂ ਸਟੈਂਡ ਲਿਆ ਹੀ ਆ ਹੁਣ। ਸਲੋ ਡਾਊਨ ਡੈਡ, ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਮੈਨੂੰ। ਤਾਰੀ ਨੇ ਸਲੇ ਨੇ ਫੋਟੋ ਤਾਂ ਸਿਰੇ ਦੇ ਪੁਰਜੇ ਦੀ ਵਿਖਾਈ ਆ। ਬੇਬੇ ਤੈਨੂੰ ਕੱਚ ਦੇ ਸਮਾਨ ਵਾਂਗੂ ਰੱਖੂਗੀ ਸਾਂਭ ਸਾਂਭ ਕੇ। ਜੀ ਕਰਦਾ ਇਹਦੇ ਮੂਹਰੇ ਬੈਠ ਕੇ ਨਾ ਬਸ ਦੇਖੀ ਜਾਵਾਂ। ਸਤਿ ਸ੍ਰੀ ਅਕਾਲ। ਯਾਰ ਆ ਕੀ ਕੀਤਾ, ਆਵਾਜ਼ ਵੀ ਨਹੀਂ ਆਈ। ਦੱਸਦਾ ਜੀ ਆ ਸੇਵਾ ਕਿੱਥੇ? ਵਾਹਿਗੁਰੂ ਤੇਰੀ ਆਤਮਾ ਨੂੰ ਸ਼ਾਂਤੀ ਬਖਸ਼ੇ। ਹੋਰ ਇੰਨਾ ਟੰਡਾ ਚੱਲੀ ਓਏ। ਉਹ ਮੈਡਮ ਉਹ ਨਿਕਲ ਗਏ ਜੀ, ਉਹ ਮੈਂ ਕੋਸ਼ਿਸ਼ ਤਾਂ ਬੜੀ ਕੀਤੀ, ਫੜੇ ਨਹੀਂ ਗਏ ਜੀ। ਪਰ ਐਕਸਕਿਊਜ਼ ਮੀ, ਹੂ ਆਰ ਯੂ? ਮਾਈਂਡ ਯੂਰ ਓਨ ਬਿਜ਼ਨਸ, ਆਲਰਾਈਟ? ਟਾਕਿੰਗ ਟੂ ਹਰ ਯਾਰ। ਮੈਡਮ ਵੈਰੀ ਗੁੱਡ ਇੰਗਲਿਸ਼ ਜੀ, ਬਟ ਮਾਈ ਸੈਲਫ ਨਿਹਾਲ ਸਿੰਘ ਰਿਆਲ ਜੀ, ਪਾਰਟੀ ਪ੍ਰੈਜ਼ੀਡੈਂਟ ਰਪਦਮਣ ਕਾਲਜ ਨਾਭਾ। ਆਲਰਾਈਟ, ਹੂਐਵਰ ਯੂ ਆਰ, ਤੁਸੀਂ ਜੋ ਵੀ ਹੋਗੇ ਇੱਥੇ ਸੀਨ ਨਾ ਕ੍ਰੀਏਟ ਕਰੋ ਪਲੀਜ਼। ਪਰ ਮੈਂ ਤੁਹਾਡੇ ਲਈ ਜੀ ਉਹ, ਪਰ ਮੈਡਮ ਮੇਰੀ ਗੱਲ ਤਾਂ ਸੁਣੋ। ਹੈਲੋ, ਤੂੰ ਆਈ ਕਦੇ ਰੱਬੇ, ਠੋਲੇ ਮਾਰ ਮਾਰ ਪੋਪੜ ਪਹਾੜ ਨੂੰ ਸਲਦਾ। ਟਾਟਾ ਹੁਣ ਪੈਰ ਮਿੱਧ ਦੋ ਗਰੀਬ ਦਾ। ਚਾਚਾ ਜੀ ਆਪਣੇ ਆਪ ਨੂੰ ਸਮਝਦੇ ਕੀ ਆ? ਭੈਣ ਫੁਖਰੀ ਸਾਲੀ, ਕਿਵੇਂ ਕਾਟ ਕਰ ਕੁੱਤੀ ਸਾਲੀ। ਸਵਾਦ ਆ ਗਿਆ ਗੱਲ ਦਾ, ਤਾਂ ਸੱਚੀ ਸਵਾਦ ਆ ਗਿਆ।
ਕਿਹੜਾ ਪੰਜਾਬ ਦਾ ਚੇਤਾ ਕਰਾ ਦਿੱਤਾ ਤੂੰ ਇੱਕ ਵਾਰ ਫਿਰ ਗਾਲ ਕੱਢ ਚਾਚਾ ਜੀ ਮੈਂ ਕਹੀ ਜਾਂਦਾ ਮੇਰੀ ਸਾਲੀ ਬੇਇੱਜ਼ਤੀ ਹੋ ਗਈ ਭੈਣ ਕੁਕਰੀ ਦਾ ਮਜ਼ਾ ਆ ਗਿਆ ਮਜ਼ਾ ਆ ਗਿਆ ਇਹ ਹੁੰਦੀ ਆ ਗਾਲ ਇੱਥੇ ਤਾਂ ਗਾਲ ਕੱਢ ਲੂਗੇ ਮੂੰਹ ਵਿੱਚ ਕੇ ਸਟੂਪਿਡ ਇਡੀਅਟ ਗਾਲ ਉਹ ਹੁੰਦੀ ਹੈ ਜੇ ਮੱਝ ਨੂੰ ਕੱਢੀ ਜਾਏ ਨਾ ਸਾਰੇ ਦੋ ਦਿਨ ਦੁੱਧ ਨਾ ਦੇਵੇ ਫਿਰ ਗਾਲ ਦਾ ਸਵਾਦ ਹੈ ਕੱਢ ਇੱਕ ਵਾਰੀ ਫਿਰ ਮੈਂ ਕਿਹਾ ਚਲੋ ਮੇਰੀ ਬੇਇੱਜ਼ਤੀ ਹੋ ਗਈ ਭੈਣ ਚਾਰ ਬੰਦੇ ਸਲਕੇ ਦੀ ਹੂ ਆਰ ਯੂ ਯਾਰ ਫਿਰ ਕੀ ਹੋ ਗਿਆ ਜੇ ਕਹਿਤਾ ਹੂ ਆਰ ਯੂ ਪਹਿਲਾਂ ਕਦੇ ਨੀ ਕਿਸੇ ਨੇ ਤੈਨੂੰ ਕਿਹਾ ਹੂ ਆਰ ਯੂ ਮੈਨੂੰ ਹਾਂ ਰਾਮਗੜ ਵਾਲੀ ਰਿੰਪੀ ਨੇ ਕਿਹਾ ਸੀ ਦੱਸਦੇ ਕੀ ਕਿਹਾ ਸੀ ਰਾਮਗੜ ਵਾਲੀ ਨੇ ਚਾਚਾ ਦਾਰੂ ਪੀ ਕੇ ਮੈਂ ਠਰਕੀ ਜਿਹਾ ਹੋ ਜਾਂਦਾ ਤੂੰ ਮੈਂ ਕੱਲਾ ਥੋੜੇ ਹੋ ਜਾਂਦਾ ਸਾਰੀ ਦੁਨੀਆ ਦਾਰੂ ਪੀ ਕੇ ਠਰਕੀ ਹੋ ਜਾਂਦੀ ਹੈ ਸੁਣਾ ਕੀ ਕਿਹਾ ਸੀ ਉਹਨੇ ਬਸ ਐਵੇਂ ਚਾਚਾ ਮੈਨੂੰ ਸਾਲੀ ਕਹਿੰਦੀ ਹੂ ਆਰ ਯੂ ਬਸ ਜੱਟ ਨੇ ਚਲਾਇਆ ਜਾਦੂ ਫਿਰ ਦੋ ਚਾਰ ਦਿਨਾਂ ਮਗਰੋਂ ਜੱਟ ਦੇ ਜਿੰਦ ਵਾਰਦੀ ਫਿਰਦੀ ਸੀ ਐਵੇਂ ਪੀਤੀ ਖਾਧੀ ਚਾਚਾ ਫੋਨ ਲਾ ਲਿਆ ਮੈਂ ਉਹ ਜਿਹਾ ਨੰਬਰ ਪਤਾ ਨੀ ਸਾਲਾ 98154705 ਸੀ ਪਤਾ ਨੀ ਸਾਲਾ 92 34 ਸੀ ਕੋਈ ਨੀ ਤੂੰ ਗੱਲ ਸੁਣ ਕੀ ਕਹਿੰਦੇ ਚਾਚਾ ਬੈਲ ਵੱਜਦੀ ਆ ਹਲੇ ਗੱਲ ਅੱਛਾ ਹੈਲੋ ਰਿੰਪੀ ਮੈਂ ਬੋਲਦਾ ਕੀ ਕਹਿੰਦੇ ਚਾਚਾ ਗੱਲ ਕਰਨ ਤੋਂ ਪਹਿਲਾਂ ਕੀ ਕਹਿੰਦੀ ਦੱਸ ਵੇ ਪਿੰਡ ਮਾਸੀ ਦੇ ਗਈ 1 2 3 ਮੈਂ ਕਿਹਾ ਕਿੱਥੇ ਆ ਮੈਂ ਪਿੰਡ ਮਾਸੀ ਦੇ ਗਈ ਸੀ ਕੀ ਕਰਦੀ ਸੀ ਕਹਿੰਦੀ ਭਾਬੀ ਨਾ ਬਈ ਸੀ ਉਹ ਮੈਂ ਕਿਹਾ ਕਿੱਥੇ ਆ ਪਿੰਡ ਮਾਸੀ ਦੇ ਗਈ ਸਕੂਟਰ ਵਾਂਗੂ ਭਜਾਈ ਫਿਰਦੀ ਆ ਕਦੇ ਰਿਸ਼ਤੇਦਾਰੀਆਂ ਕਦੇ ਸਾਲੀਆਂ ਬਸ ਗੱਲਾਂ ਹੀ ਛੱਡਦੇ ਚਾਰੇ ਪਾਸੇ ਜੀਜਾ ਜੀ ਜੀਜਾ ਜੀ ਹੁੰਦੀ ਆ ਅੱਜ ਤਾਂ ਸੇਵੀਆਂ ਖੜਾਈਆਂ ਮੈਨੂੰ ਆਪਦੇ ਹੱਥੀ ਬਣਾਈਆਂ ਸੀ ਤੇਰੀ ਨੂੰਹ ਨੇ ਸੇਵੀਆਂ ਬਣਾ ਕੇ ਖਵਾਈਆਂ ਹੱਥਾਂ ਨਾਲ ਮੇਰਾ ਹੀ ਝੂਠ ਭਲਾ ਕੈਨੇਡਾ ਵਾਲੀ ਨੂੰ ਵੀ ਸੇਵੀਆਂ ਬਣਾਉਣੀਆਂ ਆਉਂਦੀਆਂ ਹੋਣੀਆਂ ਕਹਿ ਤਾਂ ਉਹਨੂੰ ਗੱਲ ਕਰਾਵੇ ਮੇਰੀ ਨੂੰਹ ਰਾਣੀ ਨਾਲ
ਆ ਲੈ ਤੇਰੀ ਤਾਈ ਗੱਲ ਕਰਨਾ ਚਾਹੁੰਦੀ ਹੈ ਨੂੰਹ ਰਾਣੀ ਦੇ ਨਾਲ। ਗੱਲ ਕਰਨੀ ਆ ਤਾਈ ਨੇ, ਕਦੇ ਆਪਦੀ ਨੂੰਹ ਨਾਲ ਗੱਲ ਨਹੀਂ ਕੀਤੀ ਹੈਗੀ, ਦੂਜਿਆਂ ਦੀਆਂ ਨੂੰਹਾਂ ਨਾਲ ਗੱਲਾਂ ਕਰਨੀਆਂ ਨੇ। ਫੱਫੇ ਕੁੱਟਣੀ ਤਾਈ, ਮੈਂ ਨਹੀਂ ਕਰਾਉਂਦਾ। ਬਹੁਤੀਆਂ ਗੱਲਾਂ ਨਾ ਕਰ, ਮੇਰਾ ਵੀ ਜੀ ਕਰਦਾ, ਗੱਲ ਕਰਵਾ। ਬੇਬੇ ਤੇਰੀ ਨੂੰਹ ਹੈ ਤੂੰ, ਜੀ ਸੱਦ ਕੇ ਗੱਲ ਕਰ। ਪਰ ਉਹ ਆਪਣੇ ਹੈਲੋ ਬੇਬੇ, ਹੈਲੋ ਹੈਲੋ ਨਿਹਾਲ, ਹੈਲੋ। ਲੱਗਦਾ ਫੋਨ ਕੱਟਿਆ ਗਿਆ। ਕੀ ਪਤਾ ਕੱਟਿਆ ਗਿਆ ਕਿ ਕੱਟਤਾ, ਇਹ ਤਾਂ ਹੁਣ ਪਰਮਾਤਮਾ ਹੀ ਜਾਣਦਾ। ਲੈ ਆ ਗਿਆ। ਹੈਲੋ ਨਿਹਾਲ। ਹੈਲੋ, ਸਤਿ ਸ੍ਰੀ ਅਕਾਲ ਬੇਬੇ, ਜਸਨੀਤ ਬੋਲ ਰਹੀ ਹਾਂ, ਕੀ ਹਾਲ ਹੈ ਤੁਹਾਡਾ? ਸਤਿ ਸ੍ਰੀ ਅਕਾਲ ਧੀਏ, ਜਿਉਂਦੀ ਰਹਿ, ਬੁੱਢ ਸੁਹਾਗਣ ਹੋਵੇ, ਅਸੀਂ ਤਾਂ ਕਦੋਂ ਦੇ ਤੈਨੂੰ ਉਡੀਕਦੇ ਆ। ਓ ਰੀਅਲੀ ਬੇਬੇ, ਮੈਂ ਵੀ ਤੁਹਾਨੂੰ ਬਹੁਤ ਮਿਸ ਕਰਦੀ ਹਾਂ, ਪਰ ਤੁਸੀਂ ਚਿੰਤਾ ਨਾ ਕਰੋ, ਅਸੀਂ ਜਲਦੀ ਤੁਹਾਨੂੰ ਮਿਲਣ ਆ ਰਹੇ ਹਾਂ। ਆ ਬੇਟਾ, ਆਪਦੀ ਤਾਈ ਨਾਲ ਗੱਲ ਕਰ ਲੈ, ਮੈਂ ਫੋਨ ਸਪੀਕਰ ਤੇ ਲਾਉਣ ਲੱਗੀ ਹਾਂ। ਤਾਈ ਸਪੀਕਰ ਤੇ? ਹੈਲੋ ਤਾਈ। ਹਾਂ ਕੁੜੇ, ਕੀ ਹਾਲ ਹੈ ਨੂੰ ਰਾਣੀਏ? ਹਾਂ, ਫੋਨ ਸਪੀਕਰ ਤੇ ਕਿਉਂ ਲਵਾਇਆ? ਗੁਰਦੁਆਰੇ ਵਾਲੇ ਸਪੀਕਰ ਤੇ ਲਵਾ ਦੇਣਾ ਸੀ। ਸਾਰੇ ਪਿੰਡ ਨੂੰ ਸੁਣਾ ਦੇ, ਤਾਈ ਸੂਹਾਂ ਲੈਂਦੀ ਫਿਰਦੀਆਂ ਤੂੰ ਲੋਕਾਂ ਦੇ ਘਰਾਂ ਦੀਆਂ। ਸਭ ਪਤਾ ਮੈਨੂੰ, ਤਾਈ ਨੂੰ ਕਰਕੇ ਫੋਨ ਤੇਰਾ ਸਪੀਕਰ ਬੰਦ ਕਰਾਉਣਾ ਹੀ ਪੈਣਾ ਮੈਨੂੰ। ਹਾਂ ਕੁੜੇ, ਬੰਦ ਕਰ ਇਹਨੂੰ ਫੂਕਣਾ ਨੂੰ, ਇਹ ਤਾਂ ਭੌਂਕਣ ਲੱਗਿਆ ਆਲਾ ਦਾਲਾ ਨਹੀਂ ਵੇਖਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੈਲੋ ਨਿਹਾਲ। ਹਾਂ ਤੂੰ ਤਾਈ ਨੂੰ ਇਹਨਾਂ ਉੱਖ ਕੇ ਬੋਲਿਆ? ਉਹ ਇਹਨਾਂ ਕਰਕੇ ਤਾਂ ਸਾਰੇ ਪੰਗੇ ਪਏ ਨੇ। ਮੈਨੂੰ ਕਹਿੰਦੇ ਫੋਟੋ ਨੀ, ਕੁੜੀ ਲੈ ਕੇ ਆ, ਕੁੜੀ ਗਾਂਹ ਸਾਰੀ ਸਮਾਨ ਪੈਕ ਕਰੀ ਬੈਠੀ ਆ ਵੀ ਜਿਹੜੀ ਮੈਂ ਕਹੂੰਗਾ ਚੱਲ ਤੇ ਚੱਲ ਪੂਗੀ। ਫੋਟੋ ਨੇ ਪੰਗੇ ਪਾ ਕੇ ਰੱਖਤੇ। ਚੰਗਾ ਹੁੰਦਾ ਨਾ ਜੇ ਬੇਬੇ ਨੂੰ ਮੇਰੀ ਫੋਟੋ ਦਿਖਾਈ ਹੁੰਦੀ। ਅੱਛਾ, ਫਿਰ ਤਾਂ ਬੇਬੇ ਨੇ ਮੈਨੂੰ ਆਉਣੀ ਨਹੀਂ ਸੀ ਦੇਣਾ। ਨਿਹਾਲ ਆਸ਼ਕੀ ਕਰਦੀ ਹੈ ਤਾਂ ਫੱਟ ਬਾਕੀ, ਬੰਦੇ ਚੋਂ ਡਰ ਕਰਦੀ ਹੈ ਤਾਂ ਝੱਟ ਬਾਕੀ।
ਕੀ ਨਾਂ ਦੱਸਿਆ ਆਪਣਾ? ਨਿਹਾਲ। ਵੈਰੀ ਗੁੱਡ। ਨਾ ਸਾਡੀ ਕਿਸੇ ਨਾਲ ਕੋਈ ਲਾਗ ਡਾਟਾ ਹੈ, ਨਾ ਕਿਸੇ ਨਾਲ ਕੋਈ ਦੁਸ਼ਮਣੀ ਹੈ। ਫਿਰ ਪਤਾ ਨੀ ਮੇਰੀ ਭਤੀਜੀ ਤੇ ਅਟੈਕ ਕੌਣ ਕਰਵਾ ਰਿਹਾ, ਕੌਣ ਬਣਿਆ ਮੇਰੀ ਬੱਚੀ ਦੀ ਜਾਨ ਦਾ ਦੁਸ਼ਮਣ? ਸਿੱਧੂ ਸਾਹਿਬ, ਮੈਂ ਪੱਕਾ ਤਾਂ ਨਹੀਂ ਕਹਿ ਸਕਦਾ, ਪਰ ਪਿਛਲੇ ਮਹੀਨੇ ਦੀ 20 ਤਰੀਕ ਨੂੰ ਕਿਸੇ ਨੇ ਜਸਨੀਤ ਦੇ ਫਾਦਰ ਦੀ ਵਸੀਅਤ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਅਨੁਸਾਰ ਜੇ 21 ਸਾਲ ਦੀ ਹੋਣ ਤੋਂ ਪਹਿਲਾਂ ਜਸਨੀਤ ਨੂੰ ਕੁਝ ਹੋ ਜਾਏ ਤਾਂ ਸਾਰੀ ਦੀ ਸਾਰੀ ਪ੍ਰੋਪਰਟੀ ਰਿਸ਼ਤੇਦਾਰਾਂ ਦੇ ਬਰਾਬਰ ਵੰਡੀ ਜਾਏਗੀ। ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਦੇਖੋ, ਮੈਨੂੰ ਗਲਤ ਨਾ ਸਮਝੋ, 1 ਮਹੀਨਾ ਪਹਿਲਾਂ ਹੀ ਡਾਕੂਮੈਂਟ ਲੀਕ ਆਊਟ ਹੋਏ ਨੇ ਤੇ ਉਦੋਂ ਤੋਂ ਹੀ ਜਸਨੀਤ ਤੇ ਅਟੈਕ ਹੋ ਰਹੇ ਨੇ। ਮੈਨੂੰ ਲੱਗਦਾ ਇਹਨਾਂ ਦੋਨਾਂ ਗੱਲਾਂ ਦਾ ਆਪਸ ਵਿੱਚ ਕੋਈ ਨਾ ਕੋਈ ਕਨੈਕਸ਼ਨ ਜ਼ਰੂਰ ਹੈ। ਹੋ ਸਕਦਾ ਹੈ। ਤੂੰ ਇੱਕ ਕੰਮ ਕਰ ਬੇਟੀ, ਮੈਂ ਤਾਂ ਕਹਿੰਦਾ 2 ਮਹੀਨੇ ਘਰੋਂ ਬਾਹਰ ਹੀ ਨਾ ਨਿਕਲ। ਤੇ ਜੇ ਦੁਸ਼ਮਣ ਘਰ 'ਚ ਹੀ ਬੈਠਾ ਹੋਵੇ ਫੇਰ? ਤੇਰਾ ਕੀ ਮਤਲਬ ਹੈ? ਮੈਂ ਆਪਣੀ ਭਤੀਜੀ ਤੇ ਅਟੈਕ ਕਰਵਾ ਰਿਹਾ? ਤੁਹਾਨੂੰ ਤੇ ਆਪਣਾ ਹੀ ਬਾਲਾ ਖਾ ਰਿਹਾ, ਮੈਂ ਕਿਸੇ ਤੇ ਉਂਗਲ ਨਹੀਂ ਚੁੱਕੀ। ਮੇਰੀ ਭਤੀਜੀ ਹੈ ਉਹ, ਮੇਰਾ ਆਪਣਾ ਖੂਨ, ਤੇਰੇ ਵਾਂਗੂ ਮਤਲਬ ਹੀ ਨਹੀਂ ਜੋ ਆਉਂਦੇ ਹੀ ਮੇਰੇ ਭਰਾ ਨੂੰ ਖਾ। 1 ਮਹੀਨਾ ਹੋਇਆ ਸੀ ਵਿਆਹ ਹੋਇਆ, ਤੇਰਾ ਭਰਾ ਐਕਸੀਡੈਂਟ 'ਚ ਮਾਰਿਆ ਗਿਆ। ਮੈਨੂੰ ਤਾਂ ਉਹ ਵੀ ਤੇਰੇ 'ਤੇ ਸ਼ੱਕ ਹੈ, ਤੂੰ ਹੀ ਕੀਤਾ ਹਿਕਾਰਾ, ਹੁਣ ਚਲਿੱਤਰ ਕਰਦੀ ਹੈ ਸਾਡੇ ਸਾਹਮਣੇ। ਬੇਟਾ ਤੂੰ ਮੇਰੇ ਕੋਲ ਰਹਿ, ਮੈਂ ਦੇਖਦਾ ਤੇਰੇ 'ਤੇ ਕੌਣ ਕਰਦਾ ਅਟੈਕ। ਹਾਂ ਹਾਂ, ਲੈ ਜਾ ਮੇਰੀ ਬੇਟੀ ਨੂੰ ਆਪਣੇ ਨਾਲ ਤਾਂ ਕਿ ਉਹਦੀ ਕੋਈ ਹੁੱਕ ਸੁੱਕੀ ਨਾ ਲੱਗੇ। ਇੱਕ ਮਿੰਟ ਮੋਮ, ਕੈਨ ਯੂ ਗਾਈਸ ਪਲੀਜ਼ ਸਟਾਪ ਫਾਈਟਿੰਗ? ਅੰਕਲ, ਇਫ ਯੂ ਰੀਅਲੀ ਕੇਅਰ ਫॉर ਮੀ, ਨਿਹਾਲ ਨੂੰ ਮੇਰੇ ਬਾਡੀਗਾਰਡ ਲਈ ਹਾਇਰ ਕਰ ਲਿਆ। ਐਜ਼ ਯੂ ਵਿਸ਼ ਬੇਟਾ। ਬੇਟਾ, ਕੀ ਤੁਸੀਂ ਜਸਨੀਤ ਦੇ ਬਾਡੀਗਾਰਡ ਦੀ ਜੌਬ ਲੈਣ ਲਈ ਤਿਆਰ ਹੋ? ਫੁੱਲ ਤਿਆਰ ਹੈ ਜੀ। ਸੋਚ ਲਓ ਬੇਟਾ, ਤੁਹਾਨੂੰ ਹਰ ਟਾਈਮ ਜਸਨੀਤ ਦੇ ਨਾਲ ਰਹਿਣਾ ਪੈਣਾ। ਸੋਚਣ ਵਾਲੀ ਕੀ ਗੱਲ ਹੈ ਜੀ, 24 ਆਵਰ ਸਰਵਿਸ ਹੈ ਜੀ, ਡੈਡੀਕੇਸ਼ਨ ਨਾਲ ਜੌਬ ਕਰੀ ਦੀ ਹੈ ਜੀ। ਗੁੱਡ, ਬਸ ਫਿਰ ਠੀਕ ਹੈ। ਜਦੋਂ ਤੱਕ ਜਸਨੀਤ ਪੂਰੇ 21 ਸਾਲਾਂ ਦੀ ਨਹੀਂ ਹੋ ਜਾਂਦੀ ਉਦੋਂ ਤੱਕ ਉਹਦੀ ਜਾਨ ਦੀ ਰਖਵਾਲੀ ਕਰਨ ਦੀ ਜ਼ਿੰਮੇਵਾਰੀ ਤੁਹਾਡੀ। ਤੁਸੀਂ ਚਿੰਤਾ ਹੀ ਨਾ ਕਰੋ ਜੀ, ਡੋਂਟ ਟੇਕ ਚਿੰਤਾ। ਮੈਂ ਕਿਹਾ ਜੀ 21 ਸਾਲ ਛੱਡੋ, 99 ਸਾਲਾਂ ਤੱਕ ਜ਼ਿੰਮੇਵਾਰੀ ਮੇਰੀ ਜੀ। ਦੈਟਸ ਗੁੱਡ ਬੇਟਾ, ਥੈਂਕ ਯੂ ਬੇਟਾ, ਥੈਂਕ ਯੂ। ਕਮਾਲ ਹੈ, ਪਿੰਡ ਲੋਕੀ ਨਿਹਾਲ ਸਿੰਘ ਤੋਂ ਆਪਣੀਆਂ ਕੁੜੀਆਂ ਬਚਾਉਂਦੇ ਸੀ, ਇੱਥੇ ਕੁੜੀ ਬਚਾਉਣ ਲਈ ਨਿਹਾਲ ਸਿੰਘ ਨੂੰ ਰੱਖਿਆ ਜਾ ਰਿਹਾ। ਸਮਾਰਟ ਲੋਕ ਨੇ ਕੈਨੇਡੇ ਦੇ, ਨਿਹਾਲ ਸਿੰਘ ਦਾ ਟੈਲੈਂਟ ਸਮਝ ਕੇ।
Nihal, what do you want to have? Na ji, bas ji, kuch nahi peena pona ji. Matlab, kuch ta le le. Coffee, cold drink, something. Aish time ji, coffee, cold drink. Kyun? Aish time matlab? Aish time nu ta jad dost din peg la ke satte pe hunde ji. Ta fir la le. Peg la la. Ha, have one. Acha ji. Par dekho ji, main duty de time ch daru peene de hak ch hai nahi. ਬਾਡੀਗਾਰਡ ਨਹੀਂ ਮੈਂ ਕਿਹੜਾ ਪੁਲਿਸ ਵਾਲਾ ਵੀ ਜਿਹੜਾ ਟੁੰਨ ਆਇਆ ਫਰੂੰਗਾ ਪਰ ਤੁਸੀਂ ਕਹਿੰਦੇ ਹੋ ਤਾਂ ਪਿੱਕ ਲਾ ਲਾ ਜੀ ਬਟ ਮੈਨੂੰ ਰੋਕ ਦਿਓ ਜੀ ਦੇਖੋ ਮੈਂ ਨਾ ਇੱਕ ਪੈਗ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਤਾਂ ਵੀ ਡੱਫ ਜਾਣਾ ਕਈ ਵਾਰੀ ਹਾਂਜੀ ਚੱਲਾ ਲੈ ਜੀ ਰੋਕ ਲੈਂਗੇ ਮੈਡਮ ਜੀ ਉਦਾਂ ਤਾਂ ਗੱਲ ਕੋਈ ਨੀ ਆ ਸਾਲੀ ਨਾ ਦਾਰੂ ਪੀ ਕੇ ਨਾ ਜੀ ਸਾਡੇ ਸਾਡਾ ਪਿਆਰ ਜਾਗ ਜਾਂਦਾ ਦਿਲ ਦੀ ਗੱਲ ਕਹਿਣ ਨੂੰ ਜੀ ਕਰਿਆ ਆਉਂਦਾ ਵੀ ਜਿਵੇਂ ਹੁਣ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਮਤਲਬ ਕਹਿ ਦੇ ਵੀ ਜਿਵੇਂ ਆਈ ਲਵ ਯੂ ਮੈਡਮ ਜੀ ਨਹੀਂ ਨਹੀਂ ਮਤਲਬ ਐ ਨਹੀਂ ਵੀ ਜੇ ਬੰਦਾ ਪਿਆਰ ਕਰਦਾ ਹੋਵੇ ਤੇ ਉਹਦੀ ਗਰਲਫ੍ਰੈਂਡ ਸਾਹਮਣੇ ਬੈਠੀ ਹੋਵੇ ਉਹਦੇ ਕਹਿਣ ਨੂੰ ਮਤਲਬ ਜੀ ਕਰਿਆ ਆਉਂਦਾ ਸਾਲੀ ਦਲੇਰੀ ਰਹਿ ਜਾਂਦੀ ਹੈ ਹਨਾ ਉਦਾਂ ਮੈਡਮ ਅੱਜ ਹੁਣ ਜਦੋਂ ਸਾਲੀ ਪੀ ਲਈ ਆ ਮੈਂ ਤੁਹਾਨੂੰ ਦੱਸ ਦੇਣਾ ਬਈ ਤੁਸੀਂ ਸੋਹਣੇ ਬਹੁਤ ਮੈਡਮ ਕੰਮ ਸਾਲਾ ਤੇਰਾ ਹੀ ਆ ਮੈਂ ਜਦੋਂ ਪਹਿਲੀ ਵਾਰੀ ਦੇਖਿਆ ਨਾ ਤੁਹਾਨੂੰ ਮਤਲਬ ਦਿਲੋਂ ਆਵਾਜ਼ ਨਿਕਲੀ ਦਿਲੋਂ ਅੰਦਰ ਤੇ ਬੇ ਸਾਲੀ ਚੋਬਰ ਪਈ ਆ ਜਮਾ ਹੀ ਚੋਬਰ ਮਤਲਬ ਜੀ ਜਿਵੇਂ ਗੁੰਦਮਾ ਜਿਹਾ ਮਾਲ ਮੈਡਮ ਜੀ ਤੁਸੀਂ ਮੈਨੂੰ ਲੱਗਦਾ ਗੱਲ ਸਮਝ ਗਏ ਬਈ ਯੂ ਆਰ ਵੈਰੀ ਬਿਊਟੀਫੁਲ ਥੈਂਕ ਯੂ ਨਿਹਾਲ ਅੰਗਰੇਜ਼ੀ ਫਿਲਮ ਦੀ ਹੀਰੋਇਨ ਹੁੰਦੀ ਨਾ ਸੇਮ ਟੂ ਸੇਮ ਡਿੱਟੋ ਹੀ ਬਸ ਤੂੰ ਅੰਗਰੇਜ਼ੀ ਫਿਲਮਾਂ ਵੇਖਦਾ ਹੈ ਹਾਂ ਜੀ ਆ ਸਾਲੇ ਤਾਰੀ ਦੀ ਮੋਟਰ ਤੇ ਹੋਰ ਕੀ ਕਰੀਦਾ ਜੀ ਆਹੀ ਗੱਲ ਦੱਸਵਾ ਕਰੀਦਾ ਤਾਰੀ ਦੀ ਮੋਟਰ ਤੇ ਕੀ ਕਿਹੜੀ ਫਿਲਮ ਵੇਖੀ ਤੂੰ ਤਾਰੀ ਦੀ ਮੋਟਰ ਤੇ ਤੁਸੀਂ ਛੱਡੋ ਜੀ ਉਹ ਤਾਂ ਬਸ ਪਰ ਉਦਾਂ ਮੈਂ ਟਿਟੈਨਿਕ ਵੀ ਦੇਖੀ ਜੀ ਮੋਬਾਈਲ ਚ ਮੋਬਾਈਲ ਤੇ ਕਿਉਂ ਵੇਖੀ ਕਾਰ ਟੀਵੀ ਤੇ ਕਿਉਂ ਨਹੀਂ ਵੇਖੀ ਮੈਡਮ ਐਸੀਆਂ ਫਿਲਮਾਂ ਘਰੇ ਤੋਂ ਨਾ ਦੇਖੀਦੀਆਂ ਨੇ ਜੀ ਅਰੇ ਸਾਫ ਸੁਥਰੀ ਤਾਂ ਫਿਲਮ ਹੈ ਟਿਟੈਨਿਕ ਕਿਰਦਾਰ ਦੀ ਗੱਲ ਕਰਦੇ ਜੀ ਉਹ ਤਾਂ ਸਾਲਾ ਜਹਾਜ਼ ਟਾਈਮ ਸਿਰ ਡੁੱਬ ਗਿਆ ਉਹਨਾਂ ਨੇ ਤਾਂ ਗੰਦ ਪਾਉਣ ਦੀ ਪੂਰੀ ਤਿਆਰੀ ਕਰ ਲਈ ਸੀ ਹਾਂਜੀ ਸਾਰੇ ਪਿੰਡਕਾਂ ਪੁੰਡਕਾਂ ਬਣਾਈ ਗਏ ਜੀ ਸਾਰੇ ਪਿੰਡ ਦੇ ਮੋਬਾਈਲ ਵਾਲੇ ਮੁੰਡਿਆਂ ਕੋਲੇ ਮੋਬਾਈਲ ਦੇ ਵਿੱਚ ਆਓ ਫਿਲਮ ਕਈਆਂ ਨੇ ਤਾਂ ਸਾਲਿਆਂ ਨੇ ਸੀਲ ਹੀ ਘੱਟ ਘੱਟ ਉਹ ਪਾਇਆ ਹੋਇਆ ਤੁਸੀਂ ਵੀ ਕਹਿੰਦੇ ਹੋਵੋਗੇ ਮੈਡਮ ਕਿਹੜੇ ਸਾਲੇ ਮਹਾਤੜ ਨਾਲ ਪੰਗਾ ਪੈ ਗਿਆ ਮੈਡਮ ਕਹਿਣ ਦਾ ਮਤਲਬ ਇਹ ਵੀ ਇਹ ਸਾਲੀ ਅਮੀਰੀ ਗਰੀਬੀ ਹੈ ਨਾ ਮੈਡਮ ਇਹ ਕੁਛ ਨੀ ਇਹ ਸਮਾਂ ਹੈ ਬੰਦੇ ਦੇ ਦਿਲ ਮਾ ਪਿਆਰ ਹੋਣਾ ਚਾਹੀਦਾ ਇੱਕ ਅਮੀਰ ਗਰੀਬ ਨੂੰ ਪਿਆਰ ਕਰ ਸਕਦਾ ਇੱਕ ਗਰੀਬ ਅਮੀਰ ਨੂੰ ਪਿਆਰ ਕਰ ਸਕਦਾ ਸਹੀ ਗੱਲ ਹੈ ਨਿਹਾਲ ਪਿਆਰ ਚ ਕਦੇ ਕੋਈ ਅਮੀਰੀ ਗਰੀਬੀ ਨਹੀਂ ਹੁੰਦੀ ਸਹੀ ਗੱਲ ਪਿਆਰ ਬਸ ਪਿਆਰ ਹੀ ਹੁੰਦਾ ਜੇ ਅਮੀਰੀ ਗਰੀਬੀ ਦਾ ਕੋਈ ਫਰਕ ਹੁੰਦਾ ਸ਼ਾਇਦ ਮੇਰੀ ਜ਼ਿੰਦਗੀ ਚ ਰੂਪ ਨਹੀਂ ਹੁੰਦਾ ਰੂਪ ਉਹ ਜਿਹਨੂੰ ਮੈਂ ਪਿਆਰ ਕਰਦੀ ਹਾਂ ਹੁਣ ਕਿੱਥੇ ਰੂਪ ਮੈਡਮ ਰੂਪ ਜ਼ਿਆਦਾਤਰ ਅਮਰੀਕਾ ਹੀ ਰਹਿੰਦਾ ਬਿਜ਼ਨਸ ਦੇ ਸਿਲਸਿਲੇ ਚ ਤੁਹਾਡੇ ਤੇ ਐਡੇ ਵੱਡੇ ਵੱਡੇ ਹਮਲੇ ਹੋ ਰਹੇ ਨੇ ਤੇ ਰੂਪ ਅਮਰੀਕਾ ਬੈਠਾ ਰੂਪ ਨੂੰ ਪਤਾ ਹੀ ਨਹੀਂ ਹੈ ਨਿਹਾਲ ਕਿਉਂਕਿ ਮੈਂ ਉਹਨੂੰ ਦੱਸਿਆ ਹੀ ਨਹੀਂ ਇਹੀ ਸੱਚਾ ਪਿਆਰ ਹੈ ਜੇ ਮੈਂ ਉਹਨੂੰ ਇੱਕ ਵਾਰੀ ਦੱਸ ਦਿੰਦੀ ਉਹ ਭੱਜਿਆ ਇੱਥੇ ਆਉਂਦਾ ਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਆਪ ਰੂਪ ਨੂੰ ਡੇਂਜਰ ਚ ਪਾਵਾਂ ਉਹਦੀ ਜਾਨ ਨੂੰ ਵੀ ਤਾਂ ਖਤਰਾ ਹੋ ਸਕਦਾ ਸੱਚਾ ਪਿਆਰ ਇਹਨੂੰ ਕਹਿੰਦਾ ਮੈਂ ਫੋਨ ਕਰਕੇ ਆਇਆ ਹੈਲੋ ਓ ਤਾਰੀ ਤੈਨੂੰ ਸਲਾ ਇਹੀ ਕੁੜੀ ਲੱਭੀ ਸੀ ਇੱਕ ਤਾਂ ਪੰਜਾਬੀ ਨਹੀਂ ਬੋਲਦੀ ਉੱਤੋਂ ਸਲਾ ਇਹਨੇ ਅਮੀਰ ਖਾਨਦਾਨ ਦੀ ਕੁੜੀ ਆ ਉੱਤੋਂ ਪੰਜ ਪੰਜ ਬਾਡੀਗਾਰਡ ਉੱਤੋਂ ਸਾਲੀ ਨੇ ਬੁਆਏਫ੍ਰੈਂਡ ਵੀ ਰੱਖਿਆ ਹੋਇਆ ਉੱਤੋਂ ਬੇਬੇ ਨੇ ਖੁਸ਼ੀ ਚ ਖੰਡ ਪਾਠ ਰਖਾ ਲਿਆ ਗੁਰਦੁਆਰੇ ਉੱਤੋਂ ਬੇਬੇ ਨੇ ਸਾਰੇ ਪਿੰਡ ਨੂੰ ਫੋਟੋ ਦਿਖਾਤੀ ਉੱਤੋਂ ਖੁਸਰੇ ਤੁਹਾਡੇ ਘਰੇ ਨੱਚ ਕੇ 21,000 ਰੁਪਇਆ ਲੈ ਗਏ ਨਾਲੇ ਗੱਲ ਸੁਣ ਸ਼ੇਰਾ ਹੁਣ ਤਾਂ ਜਿਹੜਾ ਗੱਲ ਚ ਢੋਲ ਪਿਆ ਨਾ ਬਸ ਇਹਨੂੰ ਚੁੱਪ ਕਰਕੇ ਬਜਾਈ ਚੱਲ ਹਾਂ ਉਹ ਨਹੀਂ ਹੁਣ ਕੁਛ ਨਹੀਂ ਹੋ ਸਕਦਾ ਕੁਛ ਨਹੀਂ ਹੋ ਸਕਦਾ
हाँ सच एक आइडिया है, तू ऐ कर नब्बे वापस चला जा ते जांदे सारी पिंड वालेयां दे ना पैरी पै जा, कह दी मेथों गलती हो गई, भतीज जवानी च गलती हो जाती है। एक मिनट अंकल, निहाल तू इना सैड के बैठा है, फिर की होया जे ओदा बॉयफ्रेंड हैगा, तू ओनू इत्थे अपनी गर्लफ्रेंड ता बनाउण आया नहीं सी है ना, देख तू ओदे डर नू अपनी ताकत बना, वैसे भी ओ तेरे ते विश्वास ता करदी है, नहीं ते तेनू रूप बारे क्यों दसदी, शी फील सेफ विद यू। निहाल मैनू एक आइडिया आया यार, क्यों ना आपां मिलके ओनू इन्ना डराइए कि ओनू लगे कि ओ सिर्फ निहाल दे नाल सेफ फील करदी है, चाहे ओ इंडिया होवे चाहे कैनेडा। बाय द वे कल दा ओदा की प्लान है? स्क्रैपयार्ड। किथे मर गया भाई, कुड़ी नू डराउण दे चक्कर च किते आप ही ना डर गया होवे पतंदर, सड़ककारां दे कब्रस्तान च छड़ गया, टाइम भी बहुत हो गया यार। इट्स सॉर्टेड, थैंक यू, थैंक यू। पस्ताल दिखाता गोली मारे कहते, डरो ना जी गले कोई नी, इथे मार जट दे टका के मथे च, जे तेरी गोली च दामा इथे प्रॉपर मार देखदा कि जट खड़ा। गोली खा के लांगी, जे बेबे को जोंदी ले जानी है ना कुड़ी तक ने डच डना ही पैना साले, चल चल बैठ फिर, सोके 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 गड्डी च बैठ। निहाले हो की रहे है, मेरी तो कुछ समझ नहीं आ रहा है, कौन है जो सब कुछ छड़ के मेरी जान दे पीछे पिया होया है, मैं किसी का की बिगाड़े है? सीधी जी गल है मैडम, दो हफ्ते तक तुसी 21 साल दे हो जाना ते तुहाडी सारी प्रॉपर्टी तुहाडे कोले आ जानी है, पर मैनू लगता के ਤੁਹਾਡਾ ਆਪਣਾ ਹੀ ਕੋਈ ਇਹ ਗੱਲ ਚਾਹੁੰਦਾ ਨੀਗਾ ਕਿ ਤੁਸੀਂ ਆਪਣੀ ਪ੍ਰੋਪਰਟੀ ਦੇ ਮਾਲਕ ਬਣੋ। ਆਪਣੇ ਵਾਟ ਡੂ ਯੂ ਮੀਨ? ਮੰਮੀ ਚਾਚਾ ਜੀ? ਨੋ, ਦਿਸ ਇਜ਼ ਹਾਰਡ ਟੂ ਬਿਲੀਵ, ਪਰ ਜੋ ਕੋਈ ਵੀ ਹੈ ਪਤਾ ਤਾਂ ਮੈਂ ਕਰਕੇ ਹੀ ਛੱਡੂੰਗੀ।
ਪਤਾ ਕਰਾਉਣ ਦੇ ਲਈ ਮੈਡਮ ਪਹਿਲਾਂ ਬੰਦੇ ਨੂੰ ਜਿਉਂਦਾ ਰਹਿਣਾ ਪੈਣਾ ਤੇ ਜਿਹੜੇ ਹਾਲਾਤ ਚੱਲ ਰਹੇ ਨੇ ਨਾ ਬਹੁਤਾ ਚਿਰ ਤੁਸੀਂ ਜਿਉਂਦੇ ਰਹਿਣਾ ਤੇ ਨਾ ਮੈਂ ਨਾਲੇ ਇਸ ਬਗਾਨੇ ਮੁਲਕ ਦੇ ਵਿੱਚ ਮੈਂ ਕਿੰਨਾ ਕੁ ਚਿਰ ਤੁਹਾਡਾ ਬਚਾ ਕਰ ਸਕਦਾ ਹੈ ਮੇਰੀ ਮੰਨੋ ਆਹ ਦੋ ਹਫ਼ਤੇ ਜਦ ਤੱਕ ਤੁਸੀਂ 21 ਸਾਲਾਂ ਦੇ ਨਹੀਂ ਹੋ ਜਾਂਦੇ ਬਿਨਾਂ ਕਿਸੇ ਨੂੰ ਦੱਸੇ ਤੋਂ ਮੇਰੇ ਨਾਲ ਪੰਜਾਬ ਚੱਲੋ ਪੰਜਾਬ ਪੰਜਾਬ ਪਰ ਮੇਰਾ ਕੌਣ ਹੈ ਪੰਜਾਬ 'ਚ ਹਲੇ ਵੀ ਪੁੱਛਦੇ ਹੋ ਕਿ ਤੁਹਾਡਾ ਕੌਣ ਹੈ ਪੰਜਾਬ 'ਚ ਨਿਹਾਲ ਸਿੰਘ ਮਰਦਾ ਮਰ ਜੂਗਾ ਪਰ ਜਸਨੀਤ ਕੌਰ ਨੂੰ ਤਾਂ ਧੀ ਬਾਹ ਨਹੀਂ ਲੱਗਣ ਦਿੰਦਾ ਪਰ ਰੂਪ ਰੂਪ ਨੂੰ ਬਿਨਾਂ ਦੱਸੇ ਮੈਂ ਨਹੀਂ ਜਾ ਸਕਦੀ ਉਹਨੂੰ ਤਾਂ ਮੈਨੂੰ ਦੱਸਣਾ ਹੀ ਪੈਣਾ ਉਹ ਵਿਚਾਰਾ ਖਾਮਖਾ ਆਪਾਂ ਛਪਾਰ ਦੇ ਮੇਲੇ ਨਹੀਂ ਚੱਲੇ ਮੈਡਮ ਇਹ ਮੌਤ ਦਾ ਖੇਡ ਹੈ ਤੁਹਾਨੂੰ ਤਾਂ ਮੈਂ ਬਚਾ ਲੂੰਗਾ ਪਰ ਤੁਹਾਡੇ ਰੂਪ ਨੂੰ ਕੌਣ ਬਚਾਊਗਾ ਬਥੇਰੇ ਲੋਕਾਂ 'ਤੇ ਭਰੋਸਾ ਕਰਕੇ ਦੇਖ ਲਿਆ ਤੁਸੀਂ ਇੱਕ ਵਾਰੀ ਨਿਹਾਲ ਸਿੰਘ 'ਤੇ ਵੀ ਭਰੋਸਾ ਕਰਕੇ ਦੇਖ ਲਓ ਵੇਖੀ ਮੇਰਾ ਭਰੋਸਾ ਤੋੜੀ ਨਹੀਂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪਿੰਡ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫੀਟ ਵਾਲਾ ਨਿਹਾਲ ਆਪਣੀ ਹੋਣ ਵਾਲੀ ਵਹੁਟੀ ਜਸਨੀਤ ਨੂੰ ਕੈਨੇਡਾ ਤੋਂ ਲੈ ਕੇ ਆ ਰਿਹਾ ਹੈ ਉਹ ਕੀ ਹੋ ਗਿਆ ਤੈਨੂੰ ਓਏ ਕਿਉਂ ਰੋਈ ਜਾਨੀ ਦੱਸ ਤਾਂ ਸਹੀ ਮਾਮਾ ਜੀ ਮੈਂ ਬਰਬਾਦ ਹੋ ਗਈ ਮੇਰੇ ਦਿਲ ਦੇ ਬਾਗ ਹੀ ਉਜੜ ਗਏ ਮੈਂ ਤਾਂ ਆਪ ਹੈਰਾਨ ਹਾਂ ਇਸ ਮਲੰਗ ਨੂੰ ਕੁੜੀ ਦੇ ਕੀ ਨਹੀਂ ਦਿੱਤੀ ਤੁਸੀਂ ਤਾਂ ਕਹਿੰਦੇ ਸੀ ਉਹਦੇ ਕਰਮਾਂ 'ਚ ਕੋਈ ਮਾਤਾ ਪੰਛੀ ਵੀ ਨਹੀਂ ਹੈ ਮਹਾਰਾਜ ਤਾਂ ਪੂਰੀ ਦੀ ਪੂਰੀ ਤੀਵੀਂ ਲੈ ਕੇ ਆ ਗਿਆ ਉਹ ਪਤਾ ਨਹੀਂ ਨਿਹਾਲ ਕਿਸ ਮਿੱਟੀ ਦਾ ਬਣਿਆ ਹੋਇਆ ਉਹ ਤਾਂ ਮੇਰੇ ਨਾਲ ਦਾ ਗ੍ਰਹਿ ਵੀ ਮੈਂ ਹੈਰਾਨ ਹੈ ਉਹ ਸਾਲਾ ਨੌਵੀਂ ਫੇਲ ਤੇ ਮੈਂ ਬੀ ਐਡ ਪਾਸ ਉਹਨੂੰ ਕੈਨੇਡਾ ਦੀ ਕੁੜੀ ਦੇ ਕੀ ਨੇ ਦਿੱਤੀ ਇਹ ਤਾਂ ਮੈਂ ਮੰਨਦੀ ਹਾਂ ਜਿਹਨੇ ਹਲ ਬੜਾ ਸਕੀਮੀ ਹੈ ਪਰ ਇਹੋ ਜਿਹੀ ਕਿਹੜੀ ਸਕੀਮ ਲੜਾ ਗਿਆ ਬਈ ਕੈਨੇਡਾ ਦੀ ਕੁੜੀ ਕੱਢ ਲਿਆ ਹਾਂਜੀ ਭੂਆ ਜੀ ਤੁਸੀਂ ਚਾਹ ਦੀ ਗੱਲ ਕਹੀ ਲੋਕੀ ਤਾਂ ਬਾਹਰ ਹੀ ਟੱਪਿਆ ਏ ਲੈ ਇੰਨੀ ਛੇਤੀ ਬਾਹਰ ਟੱਪਿਆ ਆ ਉਹ ਕਮਾਲ ਹੈ ਜਿਸ ਹਿਸਾਬ ਨਾਲ ਉਹਨੇ ਸਪੀਡ ਫੜੀ ਸਾਲਾ ਕਿਤੇ ਗਾਹੀ ਨਾ ਲੰਘ ਜੇ ਤੂੰ ਜਾ ਕੇ ਸੜਕ ਤੇ ਖੜਾ ਤਾਰੀ ਪੁੱਤ ਮੈਨੂੰ ਇਹ ਦੱਸ ਕਿ ਸਾਰੇ ਕੰਮ ਹੋ ਗਏ ਕਿ ਨਹੀਂ ਹਾਂ ਬਾਕੀ ਸਾਰੇ ਕੰਮ ਤਾਂ ਹੋ ਗਏ ਚਾਚੀ ਬਸ ਇੱਕੋ ਕੰਮ ਰਹਿ ਗਿਆ ਉਹ ਕਿਹੜਾ ਦੇਖ ਸਾਰੇ ਬਹਿ ਗਏ ਚਾਚੀ ਹੁਣ ਮੇਰੀ ਵੀ ਹੱਥ ਪੀਲੇ ਕਰ ਦੇ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਖੱਖਰ ਵਾਲੇ ਬਾਬੇ ਦੇ ਜਾ ਕੇ ਚਾਦਰ ਚੜਾ ਦੇ ਚਾਦਰ ਕੀ ਮੈਂ ਤਾਂ ਬਿਸਤਰਾ ਝੋਣ ਨੂੰ ਤਿਆਰ ਹਾਂ ਪਰ ਸਾਲਾ ਕਿਤੇ ਕੰਮ ਵੀ ਬਣੇ ਸਟਾਪ 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 ਦ ਕਾਰ ਰਾਈਟ ਨਾਓ ਉਹ ਕੀ ਹੋ ਗਿਆ ਹੁਣ ਗੱਡੀ ਕਾਸ ਰੁਕਵਾ ਲਈ ਆ ਉਹ ਪਿੰਡ ਹਲੇ ਬਹੁਤ ਦੂਰ ਆ ਕਾਹਤੋਂ ਵਿਚਾਲੇ ਰੋਕ ਲਈ ਗੱਡੀ ਹੈਲੋ ਮੈਡਮ ਜੀ ਕੀ ਹੋਇਆ ਦੱਸੋ ਨੋ ਵੇ ਆਈ ਐਮ ਨਾਟ ਵੇਅਰਿੰਗ ਥਿਸ ਕਾਈਂਡ ਆਫ ਕਲੋਥ ਬਲੱਡੀ ਬੈਡ ਸ਼ੀਟਸ ਕਿੰਨੀ ਗਰਮੀ ਲੱਗੀ ਜਾਂਦੀ ਹੈ ਮੈਨੂੰ ਇਹਨਾਂ ਵਿੱਚ ਮੈਂ ਨਹੀਂ ਪਾਣੇ ਇਹ ਕੱਪੜੇ ਕਮਾਲ ਦੀ ਗੱਲ ਆ ਪਹਿਲੀ ਕੁੜੀ ਆ ਜਿਹੜੀ ਕਹਿੰਦੀ ਮੈਂ ਕੱਪੜੇ ਨਹੀਂ ਪਾਉਣੇ ਹੈਗੇ ਕਿੱਦਾਂ ਦੇ ਕੱਪੜੇ ਪਵਾਉਂਦੇ ਨੇ ਕਾਰ ਦੇ ਏਸੀ 'ਚ ਵੀ ਗਰਮੀ ਲੱਗੀ ਜਾਂਦੀ ਹੈ ਐਕਚੁਅਲੀ ਕਾਰ ਦਾ ਏਸੀ ਖਰਾਬ ਆ ਚੱਲਦਾ ਹੈ ਭਾਜੀ ਸੜਿਆ ਚਲਾਇਆ ਨਹੀਂ ਫਿਰ ਭਾਜੀ ਤਾਰੀ ਭਾਜੀ ਨੇ ਪੈਸੇ ਨਾ ਉਹਨੇ ਸਿੱਧੇ ਦਿੱਤੇ ਨੇ ਸਲਾ ਤਾਰੀ ਇਹਨੇ ਸਾਰੇ ਕੱਪੜੇ ਉਹ ਤੋਂ ਕਾਰ ਦਾ ਏਸੀ ਵੀ ਨਹੀਂ ਚੱਲਦਾ ਆਈ ਨੀਡ ਅ ਚੇਂਜ ਡਰਾਈਵਰ ਡਿੱਕੀ ਓਪਨ ਕਰੋ ਜੀ ਮੈਡਮ ਓਏ ਨੋ ਓਪਨ ਬਾਬਾ ਤੂੰ ਕੱਪੜੇ ਨਹੀਂ ਬਦਲ ਸਕਦੀ ਜਸਨੀਤ ਕਰ ਲੈਣ ਦੇ ਭਾਜੀ ਥੱਪੜ ਮਾਰੂ ਸਾਲੇ ਦੇ ਮੈਂ ਚੱਲ ਗੱਡੀ 'ਚ ਬੈਠ ਅਬੇ ਜਸਨੀਤ ਦੇਖ ਤੈਨੂੰ ਇੱਥੇ ਆਪਣਾ ਆਇਡੈਂਟੀ ਕਾਰਡ ਲੁਕੋ ਕੇ ਰੱਖਣਾ ਪੜਾ ਆਇਡੈਂਟੀ ਕਾਰਡ ਮਤਲਬ ਕਿ ਤੈਨੂੰ ਕੋਈ ਪਛਾਣ ਨਾ ਲਵੇ ਪਰ ਇੱਥੇ ਮੈਨੂੰ ਕੌਣ ਪਛਾਣੇਗਾ ਜਿੰਨਾ ਤੈਨੂੰ ਸਾਡੇ ਪਿੰਡ 'ਚ ਪਛਾਣਦੇ ਆ ਸਾਰੀ ਦੁਨੀਆ 'ਚ ਨਹੀਂ ਪਛਾਣਦੇ ਹੋਣੇ ਵਾਟ ਯਾਰ ਜੇ ਛੋਟੇ ਛੋਟੇ ਕੱਪੜੇ ਪਾ ਕੇ ਘੁੰਮੇਗੀ ਕੋਈ ਨਾ ਕੋਈ ਤਾਂ ਸਾਲਾ ਪਛਾਣੇ ਲਊਗਾ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਇੰਟਰਨੈਟ ਗੂਗਲਾਂ ਸਭ ਕੁਝ ਚੱਲਦਾ ਲੋਕ ਸਾਲੇ ਮੋਟਰਾਂ ਤੇ ਬੈਠ ਬੈਠ ਕੇ ਕੁੜੀਆਂ ਦੀਆਂ ਫੋਟੋਆਂ ਪ੍ਰਿੰਟ ਕਰਦੇ ਨੇ ਮੇਰੀ ਗੱਲ ਸੁਣਾ ਦੇਖ ਤੇਰੇ ਪਿੱਛੇ ਮੈਂ ਦਾੜੀ ਰੱਖ ਲਈ ਆ ਆਪਣਾ ਆਇਡੈਂਟੀ ਕਾਰਡ ਮੈਂ ਬਦਲਤਾ ਵਾ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਜਸਨੀਤ ਤੂੰ ਇੱਥੇ ਜਸਨੀਤ ਨਹੀਂ ਜਸਨੀਤ ਕੌਰ ਹੈ ਕੌਰ ਦਾ ਮਤਲਬ ਤੌਰ ਵੱਡਿਆਂ ਦਾ ਸਤਿਕਾਰ ਕਰੋ ਛੋਟਿਆਂ ਨੂੰ ਪਿਆਰ ਕਰੋ ਜੇ ਕੋਈ ਸ਼ੱਕ ਹੈ ਤਾਂ ਸਾਈਡ ਤੇ ਆ ਕੇ ਨਿਹਾਲ ਸਿੰਘ ਨਾਲ ਵਿਚਾਰ ਕਰੋ ਹੁਣ ਚਲੋ ਗੱਡੀ 'ਚ ਬੈਠੋ ਬਾਕੀ ਗੱਲਾਂ ਆਪਾਂ ਘਰੇ ਜਾ ਕੇ ਕਰਦੇ ਹਾਂ ਸ਼ੁਕਰ ਆ ਇੱਥੇ ਤਾਂ ਬਚ ਗਿਆ ਨਿਹਾਲ ਸਿੰਘ ਹਲੇ ਘਰੇ ਜਾ ਕੇ ਪਤਾ ਨਹੀਂ ਕਿਹੜੇ ਕਿਹੜੇ ਝੂਠ ਬੋਲਣੇ ਪੈਣੇ ਆ ਚੱਲ ਚਾਚੀ ਹਲਵਾਈ ਨੇ ਸਾਰਾ ਕੰਮ ਰੈਡੀ ਕਰਤਾ ਹੁਣ ਸੈਟ ਆ ਜਾਵਾਂ ਚੱਲ ਹਾਂ ਪੂਰਾ ਬੇਟਾ ਲੈ ਆ ਗਏ ਆ ਗਏ ਆ ਗਏ ਆਓ ਜੀ ਆਓ ਜੀ ਆਓ ਲੱਥੋ ਜੀ ਮੇਰੀ ਮੰਮੀ ਨੂੰ ਨਾ ਬੇਬੇ ਗਈ ਨੀ ਸਿੰਪੋ ਨੀ ਆ ਜਾਓ ਨੀ ਆ ਜਾਓ ਮੇਰਾ ਲਾਡਲਾ ਪੁੱਤ ਆ ਗਿਆ ਮੰਮੀ ਨੂੰ ਨਾ ਬੇਬੀ ਵਧੀਆ ਲੱਗਦਾ ਯੂ ਮੀਨ ਬੇਬੀ ਰਾਈਟ ਬੇਬੀ ਨਹੀਂ ਬੇ ਬੇ ਬੇ
ਬੇ ਬੇ ਓਕੇ ਬੇ ਆ ਮੇਰਾ ਪੁੱਤ ਮਾਂ ਸਦਕੇ ਲੈ ਬੇਬੇ ਲਿਆਂਦੀ ਕੈਨੇਡਾ ਤੋਂ ਓਰੀਜਨਲ ਆ ਬੋਰਨ ਬ੍ਰੌਟ ਅਪ ਕੈਨੇਡਾ ਖੜ ਜਾ ਧੀਏ ਸੁੱਖਾ ਸੁਖਦੀ ਨੂੰ ਤਾਂ ਇਹ ਦੇਣ ਆਇਆ ਮੜ ਜਾ ਤੇਲ ਤਾਂ ਚੋ ਲੈਣ ਦੇ ਪੰਡਿਤ ਜੀ ਤੁਹਾਡੀਆਂ ਭਵਿੱਖਬਾਣੀਆਂ ਗਲਤ ਹੁੰਦੀਆਂ ਜਾਂਦੀਆਂ ਨੇ ਨਿਹਾਲ ਬੈਸਟ ਫਰੈਂਡ ਤਰਨਜੀਤ ਸਿੰਘ ਪ੍ਰਤਾਰੀ ਰਾਮ 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 ਐ ਹੋ ਨਹੀਂ ਸਕਦਾ ਇਹਦੇ ਵਿੱਚ ਜ਼ਰੂਰ ਕੋਈ ਭੇਦ ਹੈ ਚਾਰ ਕੁ ਦਿਨ ਦੇਖਦੇ ਹਾਂ ਸੱਚ ਆਪਣੇ ਆਪ ਸਾਹਮਣੇ ਆ ਜਾਊ ਹੈ ਠੀਕ ਹੈ ਆਓ ਚੱਲੀਏ ਸਲਿਆ ਮੇਰੀ ਬਾਰੀ ਤੂੰ ਤਾਂ ਸੱਚੀ ਲਾਇਆ ਓਏ ਸ਼ੁਕਰੀਆ ਮਿਹਰਬਾਨੀ ਹੱਥ ਬਾਲੀ ਕੁੜੇ ਨੇ ਕੈਨੇਡਾ ਵਾਲੀ ਦੇ ਓਏ ਆਪਣੇ ਵਾਲੇ ਤਾਂ ਬੱਠਲ ਚੱਕ ਚੱਕ ਕੇ ਅੱਟਣ ਪਏ ਹੁੰਦੇ ਨੇ ਹੱਸੇ ਮਜ਼ਾਕ ਚ ਕਿਤੇ ਤੂੰ ਆਪਣੀਆਂ ਗੱਲਾਂ ਤੇ ਅੱਟਣ ਪਵਾਲੀ ਕੁੱਤਿਆ ਚੱਲ ਕੁੜੇ ਬਹੂ ਤਾਂ ਬੜੀ ਸੋਹਣੀ ਹੈ ਤੇਰੀ ਇੰਨੀ ਸੋਹਣੀ ਬਹੂ ਲੈ ਕੇ ਆਇਆ ਉਹ ਟੁੱਟਾ ਕੀ ਰਹਿ ਤਾਈ ਕੈਨੇਡਾ ਵਾਲੀ ਆ ਰੀਜਨਲ ਅਸਲੀ ਕਿਹਨਾਂ ਦਾ ਜ਼ੂ ਇਸ ਦਿਸ ਇਹ ਲੇਡੀ ਸੌਂਗਸ ਕਿਉਂ ਗਾ ਰਹੀਆਂ ਨੇ ਐ ਨੋ ਦੂਜੀ ਵਾਲੀ ਆਂਟੀ ਵਾਈ ਡਿਡ ਸ਼ੀ ਕਾਲ ਮੀ ਨੂ ਤੈਨੂੰ ਕੀ ਦੱਸਾਂ ਜਸਨੀਤ ਤੈਨੂੰ ਪਤਾ ਸਾਡੇ ਪਿੰਡ ਆਖਰੀ ਵਿਆਹ ਕਦੋਂ ਹੋਇਆ ਸੀ ਵੈਨ ਸਨ 93 ਚ ਜਦੋਂ ਵੱਡੇ ਹੜ ਆਏ ਸੀ ਹੜ ਫਲੱਡ ਓ ਸਾਡੇ ਪਿੰਡ ਸੱਜਣ ਕੇ ਬਿੱਟੇ ਦਾ ਵਿਆਹ ਸੀਗਾ ਤੇ ਬਰਾਤ ਨਾ ਭਰੀ ਹੋਈ ਬਸ ਸਿੱਧੀ ਜੋੜੇ ਪੁਲਾਂ ਚੋਂ ਨਹਿਰ ਚ ਦੁੜੁੰਮ ਮਤਲਬ ਜੰਪ ਕਰ ਗਈ ਓ ਮਾਈ ਗੋਡ ਸੱਚੀ ਮੁੱਚੀ ਤਾਰੀ ਦਾ ਪਾਪਾ ਬਸ ਚਲਾਉਂਦਾ ਸੀਗਾ ਵਿੱਚੇ ਉਹ ਸ਼ਹੀਦ ਹੋ ਗਏ ਦੱਸ ਸਾਲਿਆ ਹਾਂ 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 ਬਸ ਦੇ ਨਾਲ ਹੀ ਪਾਪਾ ਜੀ ਠੰਡ ਅਬ ਜਦੋਂ ਦੇ ਪਾਪਾ ਜੀ ਪੂਰੇ ਹੋਏ ਨੇ ਨਾ ਦੀ ਐਂਡ ਨੂੰ ਠੰਡ ਹੀ ਪੜਨ ਲੱਗ ਗਿਆ ਬੇਚਾਰਾ ਉਸ ਘਟਨਾ ਤੋਂ ਬਾਅਦ ਨਾ ਸਾਡੇ ਪਿੰਡ ਕਿਸੇ ਨੇ ਵੀ ਪੁੱਤ ਵਿਆਹਣ ਦੀ ਹਿੰਮਤ ਨਹੀਂ ਕੀਤੀ ਹੈਗੀ ਹੁਣ ਜਦੋਂ ਵੀ ਕੋਈ ਕੁਆਰੀ ਕੁੜੀ ਸਾਡੇ ਪਿੰਡ ਚ ਆਉਂਦੀ ਆ ਸਾਡੇ ਪਿੰਡ ਵਾਲੇ ਏਦਾਂ ਹੀ ਨੂੰ ਨੂੰ ਕਹਿ ਕੇ ਉਹਦੇ ਸ਼ਗਨ ਸ਼ੁਗਨ ਪੂਰੇ ਕਰ ਲੈਂਦੇ ਨੇ ਪਾਪਾ ਜੀ ਮੇਰਾ ਮਤਲਬ ਫਾਦਰ ਸਾਹਿਬ ਸਾਰੀ ਆਮ ਸੋ ਸੌਰੀ ਯੂ ਹੈਵ ਟੂ ਹੀਅਰ ਦੈਟ ਅੱਛਾ ਜੀ ਹਾਂ ਵੇ ਕਿਉਂ ਮੇਰੀ ਕੁੜੀ ਨੂੰ ਤੰਗ ਕਰੀ ਜਾਂਦੇ ਆ ਚਲਤੀ ਏ ਅੰਦਰ ਚੱਲੀਏ ਕਿਉਂ ਸਾਲਿਆ ਤੇਰਾ ਕੀ ਢਿੱਡ ਦੁਖਦਾ ਸੀ ਅਗਲੀ ਮੇਰੇ ਜਿਉਂਦੇ ਪਿਓ ਦਾ ਅਫਸੋਸ ਕਰ ਰਹੀ ਸੀ ਜੇ ਬੇਬੇ ਨੇ ਅੰਦਰ ਪੈਰੋਂ ਕੱਢ ਲਈ ਨਾ ਸਾਰੇ ਪਿੰਡ ਨੇ ਆਪਣੇ ਅਫਸੋਸ ਤੇ ਬਹਿ ਜਾਣਾ ਚੱਲ ਕੀ ਗੱਲ ਪੁੱਤਰ ਤੂੰ ਇੰਨੇ ਉਦਾਸ ਕਿਉਂ ਆ ਉਹ ਮੈਨੂੰ ਸਭ ਕੁਝ ਦੱਸਤਾ ਨਿਹਾਲ ਨੇ ਬੇਬੇ ਜੀ ਸੁਣ ਕੇ ਬਹੁਤ ਅਫਸੋਸ ਹੋਇਆ ਕਿਹੜੀ ਗੱਲ ਦਾ ਅਫਸੋਸ ਹੋਇਆ ਬੇਟਾ ਉਹੀ ਬਸ ਵਾਲੀ ਗੱਲ ਗੋਡ ਸ਼ੁਡਨਟ ਡੂ ਥਿਸ ਟੂ ਐਨੀਵਨ ਅਬ ਬੇਬੇ ਅਬ ਜਸਨੀ ਥੱਕ ਗਈ ਹੋਣੀ ਆ ਨਾ ਇੰਨੀ ਦੂਰੋਂ ਤੁਰ ਕੇ ਆਈ ਆ ਕੈਨੇਡਾ ਤੁਰ ਕੇ ਨਹੀਂ ਜਹਾਜ਼ ਤੇ ਆ ਮਤਲਬ ਇੱਕ ਗੱਲ ਆ ਜਾ ਤਾਰੀ ਜਾ ਕੇ ਰੂਮ ਦਿਖਾ ਇਹਨਾਂ ਨੂੰ ਹਾਂ ਹਾਂ ਜਾ ਜਾ ਜੀ ਚਲੋ ਪੁੱਤਰ ਇਹ ਕਿਹੜੇ ਪਾਸੇ ਗੱਲ ਕਰ ਰਹੀ ਸੀ ਬਾਬਾ ਉਹ ਬੇਬੇ ਜਦੋਂ ਤੂੰ ਮੱਸਿਆ ਗਈ ਸੀ ਪ੍ਰੀਤ ਵਾਲਿਆਂ ਦੀ ਮਿੰਨੀ ਬੱਸ ਬਹਿ ਕੇ ਅਮਲੇਰ ਕੋਟਲੇ ਗੁਰੂ ਸਰ ਗੁਰਦੁਆਰੇ ਪਰ ਮੈਂ ਕਦੋਂ ਗਈ ਸੀ ਗੁਰੂ ਸਰ ਗੁਰਦੁਆਰੇ ਬੇਬੇ ਉਦੋਂ ਹੀ ਜਦੋਂ ਤੁਹਾਡੀ ਬੱਸ ਦੇ ਮੂਹਰੇ ਬੈੜੀ ਆ ਗਈ ਸੀ ਤਾਂ ਇਹਦੇ ਚ ਅਫਸੋਸ ਵਾਲੀ ਕਿਹੜੀ ਗੱਲ ਆ ਕੈਨੇਡੇ ਤੋਂ ਆਈ ਆ ਤੇਰੀ ਨੂੰ ਉੱਥੇ ਜਾਨਵਰਾਂ ਤੇ ਬੰਦਿਆਂ ਨੂੰ ਬਰਾਬਰ ਸਮਝਦੇ ਆ ਹਉ ਕਹਲੇਗੀ ਬੈੜੀ ਦਾ ਵਿਚਾਰੀ ਕਿੰਨੀ ਮਲੂਕ ਜਿੰਦਾ ਮੇਰੀ ਧੀ ਓਦਾਂ ਤਾਂ ਤੂੰ ਕਦੇ ਕੋਈ ਚੰਗਾ ਕੰਮ ਕੀਤਾ ਨੀ ਪਰ ਆ ਮੇਰੀ ਨੂੰਹ ਨੂੰ ਲਿਆ ਕੇ ਤਾਂ ਤੂੰ ਮੇਰਾ ਦਿਲ ਜਿੱਤ ਲਿਆ ਪੁੱਤ ਜਿਉਂਦਾ ਰਹਿ ਪਤਾ ਨੀ ਬੱਸਾਂ ਮੂਰੇ ਬੈੜੀਆਂ ਲਿਆ ਲਿਆ ਕੇ ਕਿੰਨਾ ਚਿਰ ਬਚਾਂਗੇ ਵਾਹਿਗੁਰੂ ਵੇਅਰ ਆਰ ਯੂ ਉਹ ਕੀ ਹੋਇਆ ਰੋਈ ਕਿਉਂ ਜਾਨੀ ਹੈ ਮੇਰਾ ਦਿਲ ਟੁੱਟ ਗਿਆ ਦਿਲ ਟੁੱਟ ਗਿਆ ਫਿਰ ਗੈੜ ਗੜ ਗੰਨੇ ਕੋ ਖਾਈ ਜਾਨੀ ਹੈ ਦਿਲ ਟੁੱਟਿਆ ਦੰਦ ਨੇ ਟੁੱਟੇ ਇੱਕ ਤਾਂ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਕਦੇ ਤੂੰ ਮਚਾਂ ਤੇ ਚੜ ਜਾਨੀ ਹੈ ਕਦੇ ਟੈਂਕੀ ਤੇ ਚੜ ਜਾਨੀ ਹੈ ਤੇਰਾ ਦਿਮਾਗ ਖਰਾਬ ਹੋ ਗਿਆ ਹਾਂ ਬੋਲ ਮੈਨੂੰ ਕਦੋਂ ਬੁਲਾਇਆ ਅਨਮੋਲ ਤੂੰ ਮੈਨੂੰ ਪਹਿਲਾਂ ਇਹ ਦੱਸ ਕਿ ਉਹ ਕੈਨੇਡਾ ਵਾਲੀ ਚੈਜਾ ਕੀ ਹੈ ਜੋ ਮੇਰੇ ਚ ਨਹੀਂ ਹੈ ਮੇਰੇ ਵਰਗੀ ਖਾਂਦੇ ਪੀਂਦੇ ਘਰ ਦੀ ਕੁੜੀ ਕਿ ਨਿਹਾਲ ਨੂੰ ਮਿਲਣੀ ਹੈ ਇਹ ਗੋਰਾ ਰੰਗ ਇਹ ਤਿੱਖੇ ਨੈਨਕਸ਼ ਇਹ ਕਾਲੀਆਂ ਜ਼ੁਲਫਾਂ ਦੱਸ ਮੈਨੂੰ ਕੀ ਕਮੀ ਹੈ ਮੇਰੇ ਚ ਅਨਮੋਲ ਦੱਸ ਮੈਨੂੰ ਉਹ ਕਮਲੀਏ
ਤੇਰਾ ਤੇ ਉਹਦਾ ਕੀ ਮੁਕਾਬਲਾ ਹੈ? ਉਹ ਤੇਰੇ ਵਾਂਗੂ ਕਮਾ ਚੋ ਜੜ ਸਮੇਤ ਗੰਨਾ ਪੱਟ ਲੂ। ਤੇ ਤੂੰ ਗੰਨਾ ਛੱਡ, ਮੈਂ ਸਣੇ ਜੜ ਕੇ ਕੱਟ ਪੱਟਦਾ, ਪਰ ਨਿਹਾਲ ਮੇਰਾ ਹੋਣਾ ਚਾਹੀਦਾ। ਅਨਮੋਲ, ਮੈਂ ਤੈਨੂੰ ਦੱਸਦੀ ਆ ਕਮੀ ਕੀ ਹੈ। ਕਮੀ ਇਹ ਹੈ ਕਿ ਉਹ ਕੈਨੇਡਾ ਵਾਲੀ ਵਾਂਗੂ ਮੈਂ ਚਵੜ ਚਵੜ ਇੰਗਲਿਸ਼ ਨਹੀਂ ਬੋਲ ਸਕਦੀ। ਯੈਸ, ਯੂ ਆਰ ਰਾਈਟ। ਅਨਮੋਲ, ਜਮੀ ਏਦਾਂ ਦੀ ਅੰਗਰੇਜ਼ੀ ਮੈਨੂੰ ਸਿਖਾ ਦੇ। ਕਿੰਨੀ ਫੁੱਲ ਸਪੀਡ ਤੇ ਭੱਜਦੀ ਆ ਮੇਰੇ ਪਾਪੇ ਦੀ ਕਾਰ। ਇਹਨੂੰ ਕਾਰ ਕਹਿੰਦੇ? ਬਲਰੀ ਗਾਰਬੇਜ। ਓਏ ਗਾਰਬੇਜ ਗੁਰਬੇਜ ਨਾ ਬੋਲੀ, ਮੇਰੀ ਗੱਲ ਸੁਣ ਲਾ। ਪਹਿਲੀ ਕਾਰ ਆ ਜਿਹੜੀ ਸਾਡੇ ਪਿੰਡ ਦੇ ਵਿੱਚ ਆਈ ਆ, ਮੇਰਾ ਡੈਡੀ ਲੈ ਕੇ ਆਇਆ ਸੀ। ਉਸ ਤੋਂ ਬਾਅਦ 3600 ਫੁੱਟ। ਅੱਜ ਵੀ ਜਦੋਂ ਗੁਰਦੁਆਰੇ ਅਨਾਊਂਸਮੈਂਟ ਹੁੰਦੀ ਆ ਨਾ, ਅਸੀਂ ਫੀਅਟ ਕਾਰ ਵਾਲੇ ਵੱਜਦੇ ਆ, ਸੀਨਾ ਚੌੜਾ ਹੋ ਜਾਂਦਾ ਸੁਣ ਕੇ। ਓਏ ਉਨੀ ਟੌਰ ਤਾਂ ਪੱਗ 'ਚ ਤੁਰਲੇ ਦੀ ਨਹੀਂ ਹੁੰਦੀ ਜਿੰਨੀ ਸਾਡੀ ਫੀਅਟ ਕਾਰ ਦੀ ਆ। ਸਟਾਪ ਸਟਾਪ ਸਟਾਪ, ਬਸ ਕਰ ਨਿਹਾਲ, ਕਿੰਨਾ ਬੋਲਦਾ ਹੈ ਤੂੰ। ਸੋਰੀ ਜੇ ਤੈਨੂੰ ਗਲਤ ਬੋਲੀ। ਉਹ ਡੈਡੀ ਨੂੰ ਤਾਂ ਬੜੇ ਝੂਟੇ ਦਿੱਤੇ, ਸਾਡੀ ਬਾਰੇ ਖੜ ਗਈ ਹੈ। ਕੋਈ ਨੀ, ਤੂੰ ਜਿੰਨੀ ਮਰਜ਼ੀ ਬੇਇੱਜ਼ਤੀ ਕਰ ਲਾ, ਮੈਂ ਤਾਂ ਤੇਰੀ ਇੱਜ਼ਤ ਕਰੂੰ। ਡੈਡੀ ਦੀ ਆਖਰੀ ਨਿਸ਼ਾਨੀ ਹੈ। ਨਿਹਾਲ ਪੁੱਤ। ਹਾਂਜੀ। ਮੈਂ ਕਸ਼ਮੀਰੋ ਵੱਲ ਚੱਲੀ ਆ, ਉਹਦੀ ਮੱਝ ਬਿਮਾਰ ਆ। ਅੱਛਾ। ਜਸਜੀਤ ਨੂੰ ਕਹੀ ਮੇਰੀ ਆਉਂਦੀ ਨੂੰ ਰੋਟੀ ਬਣਾ ਕੇ ਰੱਖੇ। ਰੋਟੀ ਛੱਡ ਬੇਬੇ, ਰੋਟੀ ਬਣਾ ਕੇ ਕੀ ਕਰਨੀ ਆ? ਮੈਨੂੰ ਤਾਂ ਭੁੱਖ ਹੈ ਨੀ। ਮੈਂ ਤਾਂ ਕਹਿੰਦਾ ਤੂੰ ਵੀ ਕਸ਼ਮੀਰੋ ਚਾਚੇ ਲਈ ਖਾਇਆ। ਹਾਂ, ਮੈਂ ਅਗਲੇ ਦੇ ਘਰੇ ਕਿਉਂ ਰੋਟੀ ਖਾਵਾਂ, ਨਾਲੇ ਉਹਨਾਂ ਦੀ ਤਾਂ ਮੱਝ ਬਿਮਾਰ ਆ। ਕਮਾਲ ਦੀ ਗੱਲ ਆ ਬੇਬੇ, ਮੱਝ ਨੇ ਆਟਾ ਗੁੰਨ ਕੇ ਦੇਣਾ ਚਾਚੀ ਨੂੰ, ਤੈਨੂੰ ਰੋਟੀ ਨਹੀਂ ਖਿਲਾ ਸਕਦੀ ਉਹ। ਕਿਉਂ ਕਵਲੀਆਂ ਗੱਲਾਂ ਕਰਦਾ ਨਿਹਾਲ, ਮੈਂ ਰੋਟੀ ਘਰੇ ਆ ਕੇ ਖਾਣੀ ਆ। ਫੇਰ ਮੈਂ ਆਪਣੀ ਬੇਬੇ ਨੂੰ ਅੱਜ ਜਿਮੀਦਾਰ ਢਾਬੇ ਦੀ ਰੋਟੀ ਖਿਲਾਊ। ਕੜਾਈ ਪਨੀਰ ਤਾਂ ਇੰਨਾ ਸਵਾਦ ਬਣਾਉਂਦੇ ਆ, ਗੱਲਾਂ ਹੀ ਛੱਡ ਦੇ। ਮੈਂ ਨਹੀਂ ਖਾਣਾ ਪਨੀਰ ਪਨੂਰ, ਮੈਂ ਤਾਂ ਆਪਦੇ ਨੂੰਹ ਦੇ ਹੱਥੀ ਬਣੀ ਹੋਈ ਦਾਲ ਰੋਟੀ ਖਾਣੀ ਆ। ਤੂੰ ਦਾਲ ਰੋਟੀ ਖਾ ਲਈ ਬੇਬੇ, ਮੇਰੇ ਲਈ ਮੱਝ ਵਾਲੀ ਦਵਾਈ ਲੈ ਆਈ, ਮੈਂ ਉਹ ਖਾ ਲੂ। ਜਸਰੀਤ, ਇੱਕ ਗੱਲ ਦੱਸ। ਹਾਂ ਪੁੱਛ। ਤੇਰੇ ਸ਼ੌਕ ਕੀ ਨੇ? ਸ਼ੌਕ? ਯੂ ਮੀਨ ਹੌਬੀਜ਼? ਯੈਸ। ਓ, ਲੌਂਗ ਡਰਾਈਵਸ, ਐਡਵੈਂਚਰ ਸਪੋਰਟਸ, 뮤직, ਵਰਲਡ ਟ੍ਰੈਵਲ। ਘਰੇਲੂ ਸ਼ੌਕ? ਘਰੇਲੂ? ਆਟਾ ਗੁੰਨਣਾ, ਪੀੜੇ ਕਰਨੇ, ਰੋਟੀ ਬਣਾਉਣੀ। I hate cooking. I don't even know the sea of cooking. ਖਾਣਾ ਖਾਣਾ ਆਉਂਦਾ ਬਸ, ਰੋਟੀ ਬਣਾਉਣਾ ਤਾਂ ਦੂਰ। ਮੈਂ ਤਾਂ ਅੱਜ ਤੱਕ ਕਦੇ ਕਿਚਨ ਦੀ ਸ਼ਕਲ ਵੀ ਨਹੀਂ ਵੇਖੀ। ਫਿਰ ਤੈਨੂੰ ਮੈਂ ਅੱਜ ਕਿਚਨ ਦਿਖਾਉਂਗਾ। Forgive me ਨਿਹਾਲ, ਮੈਂ ਕਿਚਨ ਨਹੀਂ ਵੇਖਣਾ, ਮੈਂ ਚੱਲੀ ਹਾਂ ਪਿੰਡ ਵੇਖਣ, ਠੀਕ ਹੈ? ਓਹ, ਇੱਕ ਸੈਕਿੰਡ ਨਿਹਾਲ, ਉਹ ਜਿਹੜੀ ਟੈਂਕੀ ਹੈ, ਤੈਨੂੰ ਟੈਂਕੀ ਬਾਰੇ ਕਿਹਨੇ ਦੱਸਿਆ? ਦੱਸਿਆ ਨਹੀਂ, ਮੈਂ ਵੇਖਣ ਜਾਣੀ ਹੈ। ਬਾਬਾ ਉਹਨੂੰ ਦੇਖਣ ਜਾਈ, ਇਹ ਸਾਲੀ ਟੈਂਕੀ ਦੇ ਤਾਂ ਪਹਿਲਾਂ ਪਾਏ ਹੋਏ ਨੇ ਸਾਰੇ ਪੁਆੜੇ। ਪਤਾ ਨਹੀਂ ਕੀ ਕਹੀ ਜਾਂਦਾ ਤੂੰ। ਹੁਣ ਰੋਟੀ ਕੌਣ ਬਣਾਉ ਯਾਰ? ਤਾਰੀ। ਉਹ ਮੱਚ ਪੈ ਪੱਥ ਦੀਦੀ। ਤਾਰੀ, ਉਹ ਤਾਰੀ, ਰੋਟੀ ਵਾਲਾ ਕੰਮ ਤਾਂ ਹੋ ਗਿਆ ਬਈ। ਆ ਦੇਖ, ਆ ਦੇਖ, ਬਣ ਗਈ ਰੋਟੀ। ਮੈਂ ਕਹਿੰਦਾ ਤੇਰਾ ਜਲੇਬੀਆਂ ਦਾ ਕੰਮ ਜ਼ਿਆਦਾ ਵਧੀਆ ਚੱਲੇ। ਕਿਉਂ ਸਾਲਿਆ? ਰੋਟੀ ਥੋੜੋ, ਜਲੇਬੀਆਂ ਬਣਾਈ ਜਾਂਦਾ ਤੂੰ। ਉਹ ਸਾਲਿਆ ਦੁਬਾਰਾ ਬਣਾ ਦੇਣਾ ਮਾ। ਆਹ ਤੇਰੇ ਲਵ ਲੈਟਰ ਨਹੀਂ ਹੈਗੇ ਜਿਹੜੇ ਪਾੜ ਪਾੜ ਸਿੱਟੀ ਜਾਂਦਾ। ਅੰਨ ਦੇਵਤਾ ਹੈ, ਅੰਨ ਦੇਵਤਾ ਰੋਟੀ ਹੈ। ਮਾਫੀ ਮੰਗ ਲੈ ਸਾਲਿਆ, ਮਾਫੀ ਇਹ ਤੋਂ। ਤੂੰ ਦਾਲ ਚੁਗਲੀ? ਸਾਲਿਆ ਮੈਨੂੰ ਕਹੀ ਜਾਂਦਾ ਮਾ ਜੇ ਦਾਲ ਨਾ ਚੁਗੀ ਮੇਰੇ ਫੁੱਲ ਚੁਗਣੇ ਪੈ ਜਾਣੇ ਨੇ। ਮੈਂ ਕਹਿੰਦਾ ਉਹ ਚੁਗਣੇ ਸੌਖੇ ਹੋਣਗੇ, 5 ਮਿੰਟਾਂ ਚੁਕੇ ਜਾਣਗੇ ਤੇਰੇ ਫੁੱਲ ਤਾਂ। ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਦਾਲ ਚਰੋੜੇ ਪਾਏ ਨੇ ਕਿ ਰੋੜਿਆਂ 'ਚ ਦਾਲ ਪਾਈ ਹੋਈ ਹੈ। ਪਤਾ ਕੀ ਸਕੀਮ ਆਈ ਮੈਨੂੰ ਹੁਣ? ਆ ਛੱਡ ਪਰਾਂ ਸਾਰਾ ਪੰਗਾ, ਆਪਾਂ ਬੇਬੇ ਹੁਣਾਂ ਨੂੰ ਗੁਰਦੁਆਰੇ ਲੈ ਕੇ ਚੱਲਦੇ ਹਾਂ। ਅੱਧਾ ਆਈਡੀਆ ਤਾਂ ਤੇਰਾ ਠੀਕ ਆ। ਅੱਧਾ ਕਿਵੇਂ ਹੋਏ? ਬੇਬੇ ਨੂੰ ਗੁਰਦੁਆਰੇ ਨਹੀਂ, ਹਾਂ ਗੁਰਦੁਆਰੇ ਰੋਟੀ ਲੈ ਕੇ ਆਉਂਦੇ ਆ। ਯੈਸ, ਚੱਕ ਬੇਬੇ, ਤੇਰੀ ਨੂੰਹ ਨੇ ਬਣਾਈ ਆ ਆਪਣੇ ਹੱਥਾਂ ਦੇ ਨਾਲ, ਆਪਣੇ ਕਰ ਕਮਲਾਂ ਦੇ ਨਾਲ। ਕਰ ਕਮਲਾਂ ਨੂੰ ਸਲਾਹ ਨਹੀਂ ਪਤਾ ਰੱਖਿਆ ਵਾ? ਬੇਬੇ ਮਾੜਾ ਜਿਹਾ ਬਾਹਰ ਗਈ ਆ ਤੇ ਮੈਨੂੰ ਕਹਿ ਗਈ ਵੀ ਬੇਬੇ ਨੂੰ ਪੁੱਛੀ ਕਿੱਦਾਂ ਲੱਗੀ, ਬਈ ਸਵਾਦ ਆ। ਮੇਰੀ ਧੀ ਤੇ ਤਾਂ ਰੱਬ ਦੀ ਬਹੁਤ ਮਿਹਰ ਆ, ਬਹੁਤ ਸਵਾਦ ਦਾਲ ਬਣਾਈ ਆ, ਚਵਾ ਹੀ ਲੰਗਰ ਵਰਗੀ। ਚੀ ਕਰਦਾ ਪੁੰਜੇ ਬਹਿ ਕੇ ਖਾਵਾ? ਬਣਦਾ ਤਾਂ ਪੁੰਜੇ ਬਹਿ ਕੇ ਖਾਣੀ ਆ, ਲੰਗਰ ਚੋ ਲਿਆਂਦੀ ਆ। ਓਏ ਸੜਕ ਕੀ ਬਕਵਾਸ ਮਾਰ ਰਿਹਾ ਜੇ ਬੇਬੇ ਸੋਣ ਲੈਂਦੀ ਫਿਰ? ਉਹ ਤੈਨੂੰ ਕੀ ਪਤਾ ਮੈਂ ਕਿੰਨਾ ਔਖਾ ਹੋ ਕੇ ਪ੍ਰਸ਼ਾਦਾ ਲੈ ਕੇ ਆਇਆ? ਕਿਉਂ? ਉਹ ਭਾਈ ਜੀ ਤਾਂ ਵਰਸ਼ਾ ਮਾਰ ਕੇ ਮੇਰੀ ਬੱਖੀ ਪਾੜ ਨੂੰ ਫਿਰਦਾ ਸੀ, ਕਹਿੰਦਾ ਉਰੇ ਬਹਿ ਕੇ ਜਿੰਨਾ ਮਰਜ਼ੀ ਛਕ ਲਓ, ਘਰੇ ਨਹੀਂ ਮੈਂ ਲੈ ਜਾਣ ਦਿੰਦਾ। ਲੈ ਕੇ ਕਿਵੇਂ ਆਇਆ? ਉਹੀ ਪੁਰਾਣਾ ਤਰੀਕਾ। ਮੈਂ ਤਾਂ ਫਿਰ ਕਹਿਤਾ ਨਾਲ ਦੀ ਨਾਲ, ਮੈਂ ਕਿਹਾ ਭਾਈ ਜੀ ਮਿਹਨਤ ਵਾਲੀ ਗੱਲ ਹੀ ਹੈ, ਮੇਰਾ ਛੋਟਾ ਵੀਰਾ 2 ਦਿਨਾਂ ਦਾ ਭੁੱਖਾ, ਭਾਈ ਜੀ ਪਲੀਜ਼ ਪ੍ਰਸ਼ਾਦਾ ਦੇ ਦਿਓ। ਓਏ
ਆਹ ਕਿਹੜਾ ਪੁਰਜਾ ਆ ਗਿਆ ਓਏ। ਇਹ ਤਾਂ ਨੀਰੀ ਲਾਟ ਹੈ ਬਾਈ। ਸ਼ੁਕਰ ਹੈ ਸਾਲਿਓ ਜੀਰੀ ਵੱਢ ਲਈ, ਨਹੀਂ ਤਾਂ ਇਹਨੇ ਅੱਗ ਹੀ ਲਾ ਦੇਣੀ ਸੀ। ਆਏ ਹਾਏ ਓਏ। ਐਕਸਕਿਊਜ਼ ਮੀ, ਆਈ ਵਾਂਟ ਟੂ ਮੀਟ ਨਿਹਾਲ। ਹੈ ਕਿਵੇਂ ਜੀ? ਮੈਂ ਨਿਹਾਲ ਨੂੰ ਮਿਲਣਾ ਚਾਹੁੰਦੀ ਹਾਂ। ਮੈਂ ਪਛਾਣਿਆ ਨਹੀਂ ਤੁਹਾਨੂੰ ਜੀ। ਮੈਂ ਸਿਮਰਤਾ, ਮੈਂ ਤੇ ਨਿਹਾਲ ਅਸੀਂ ਦੋਨੋਂ ਇੱਕ ਦੂਜੇ ਨੂੰ ਕੈਨੇਡਾ ਤੋਂ ਜਾਣਦੇ ਹਾਂ। ਓ ਹਾਂਜੀ, ਤੇ ਤੁਸੀਂ ਢੀਂਡਸਾ ਸਾਹਿਬ ਕੋਲ ਤੇ ਨਹੀਂ ਰਹਿੰਦੇ? ਹਾਂਜੀ ਹਾਂਜੀ ਉਹੀ। ਲੈ ਮੇਰੇ ਸਕੇ ਚਾਚਾ ਹੀ ਨੇ ਉਹ ਤਾਂ। ਅੱਛਾ ਹਾਂ, ਵਿੱਚ ਜੇ ਬਣਦਾ ਤਾਂ ਮੇਰਾ ਵੀ ਸੀ ਆਉਣ ਦਾ ਕੈਨੇਡਾ। ਆ ਬਸ ਮੋਟਰ ਵਾਲਾ ਚੱਕਰ ਜਿਹਾ ਪੈ ਗਿਆ, ਸਮਰਸੀਬਲ ਆਉਣਾ ਸੀ ਨਾ ਆਪਾਂ, ਉਹ ਬਸ ਇੱਕ ਸਾਲ ਭਈਆ ਕਿਸੇ ਕੰਮ ਦਾ ਨਹੀਂ ਨਿਕਲਿਆ। ਅਗਲੇ ਸਾਲ ਪੱਕਾ ਕਿਹੜਾ ਮਾਰੂ, ਜਮਾ ਟਰ ਗਿਆ ਬਸ। ਹੋਰ ਸੁਣਾਓ ਫਿਰ, ਕਿੰਨੇ ਕੁੱਤੇ ਨੇ ਸਾਹ ਘੇਰਿਆ ਓਏ। ਤੁਸੀਂ ਨਾ ਸਿਮਰ। ਹਾਏ ਨਿਹਾਲ। ਹਾਂ ਆ ਕੀ ਹੋਏ? ਬਾਹਰਲੇ ਮੁਲਕ ਗਿਆ ਕਦੇ? ਉੱਥੇ ਇੱਦਾਂ ਹੀ ਮਿਲਦੇ ਆ। ਓ ਅੱਛਾ ਜੀ, ਫੇਰ ਤਾਂ ਚਾਹੀਦੀ ਜੱਟ ਦਾ 100 ਕਿੱਲਾ ਵਿਕਦੇ, ਜੱਟ ਜਾਊ ਬਾਹਰ ਹੀ ਹੁਣ। ਕਿੱਲੇ ਕਾਕਾ ਜੀ ਆਪਾਂ ਜਾਂਦੇ ਨਹੀਂ ਕਹਿਗੇ, ਇੰਨੇ ਹੈ ਨਹੀਂ ਆਪਣੇ ਕੋਲ। ਆਓ ਸਿਮਰਤ, ਆਪਾਂ ਉੱਧਰ ਗੱਲ ਕਰਦੇ ਹਾਂ। ਹਾਂ ਆ ਜਾਓ। ਆ ਜੀ ਉਹ ਸਾਲੇ, ਉਹ ਬੰਦ ਕਰਦਿਆ ਕਰੋ ਕਦੇ ਆ ਦੁਕਾਨ ਜੀ। ਉਹ ਆ ਵੀਰੇ, ਫਾੜੇ ਨੂੰ ਢੱਕ ਕੇ ਰੱਖ। ਆ ਮਿੱਠੂ ਦੇ ਮੰਮੀ ਡੈਡੀ ਦੀ ਫਿਲਮ ਦੇਖਦੇ ਸੀ ਜੀ ਵਿਆਹ ਤੋਂ ਬਾਅਦ। ਹੁਣ ਤਾਂ ਮੈਂ ਪੱਕਾ ਹੀ ਸੋਚ ਲਿਆ, ਮੈਂ ਕੈਨੇਡਾ ਵਾਪਸ ਨਹੀਂ ਜਾਵਾਂਗੀ, ਇੱਥੇ ਹੀ ਰਵਾਂਗੀ। ਇਹ ਤਾਂ ਵਧੀਆ ਗੱਲ ਆ। ਮੇਰੇ ਕੋਲ ਬੰਦਾ ਹੈਗਾ, ਆਪਾਂ ਇਹਦਾ ਪਾਸਪੋਰਟ ਮੁਕਵਾ ਦਿੰਦੇ ਹਾਂ 25 ਲੱਖ 'ਚ। ਆਪਾਂ ਨੂੰ ਸਿੱਧਾ ਸਿੱਧਾ 5 ਲੱਖ ਰੁਪਇਆ ਬਚੂ, ਊਂ 4 ਲੱਖ ਬਚੂ। ਊਂ ਦਾ ਕੀ ਮਤਲਬ? 6.5 ਲੱਖ ਰੁਪਇਆ ਤੋਰੇ ਫੇਰੇ 'ਤੇ ਵੀ ਲੱਗੂ। ਸਾਲਾ ਤੋਰੇ ਫੇਰੇ ਦੇ ਪੈਸੇ ਜ਼ਿਆਦਾ ਵਸਦਾ, ਲੱਗਦਾ ਇੱਥੋਂ ਗੇਮ ਕਮਾਓ। ਪਰ ਮੇਰੀ ਇੱਕ ਪ੍ਰੋਬਲਮ ਹੈ ਨਿਹਾਲ। ਕੀ? ਮੈਨੂੰ ਸਮਝ ਨਹੀਂ ਆਉਂਦੀ ਮੈਂ ਮੰਮੀ ਡੈਡੀ ਨੂੰ ਫੇਸ ਕਿੱਦਾਂ ਕਰਾਂ। ਉਹ ਤਾਂ ਇਹੀ ਸਮਝੀ ਬੈਠੇ ਆ ਨਾ ਕਿ ਮੈਂ ਉਹਨਾਂ ਦੇ ਜਵਾਈ ਨਾਲ ਵਾਪਸ ਆ ਰਹੀ ਹਾਂ। ਉਹ ਯਾਰ, ਸਭ ਕੁਝ ਜਾ ਕੇ ਸੱਚ ਸੱਚ ਦੱਸ ਦੇ, ਇਹਦੇ 'ਚ ਕੀ ਗੱਲ ਆ? 4 ਦਿਨ ਉਦਾਸ ਰਹਿਣਗੇ, ਬਾਅਦ 'ਚ ਠੀਕ ਹੋ ਜਾਣਗੇ। ਕਿਉਂ? ਹਾਂ ਤਾਂ ਹੀ ਤਾਂ ਏਅਰਪੋਰਟ ਤੋਂ ਸਿੱਧਾ ਤੇਰੇ ਕੋਲ ਆਈ ਹਾਂ ਮੈਂ। ਤੂੰ ਚੱਲ ਚੱਲ ਕੇ ਉਹਨਾਂ ਨੂੰ ਮਨਾ ਪਲੀਜ਼, ਜਾ ਕੇ ਉਹਨਾਂ ਨੂੰ ਸਮਝਾ ਪਲੀਜ਼। ਓਏ ਮੈਂ ਸਾਲਿਆ, ਸੱਚ ਨਾ ਬੋਲੀ ਤੂੰ। ਇੱਕ ਵਾਰੀ 8ਵੀਂ 'ਚ ਸੱਚ ਬੋਲ ਕੇ ਮਿੱਠੂ ਦੇ ਬਸਤੇ 'ਚੋਂ ਗੰਦਾ ਰਸਾਲਾ ਫੜਾਤਾ ਸੀ ਮਾਸਟਰ ਨੂੰ। ਸਾਲਿਆ ਮਿੱਠੂ ਉਦੋਂ ਦਾ ਕੋਮਾ 'ਚ ਹੈ। ਪਲੀਜ਼ ਨਿਹਾਲ, ਮੈਨੂੰ ਤੇਰੇ ਟੈਲੈਂਟ 'ਤੇ ਪੂਰਾ ਯਕੀਨ ਹੈ। ਨਾਲੇ ਤੂੰ ਆਪੇ ਤਾਂ ਕਹਿੰਦਾ ਸੀ ਨਿਹਾਲ ਜਿੱਥੇ ਜਾਂਦਾ ਸਾਰਿਆਂ ਨੂੰ ਨਿਹਾਲ ਕਰ ਦਿੰਦਾ। ਨਿਹਾਲ ਚੱਲ ਨਾ ਪਲੀਜ਼। ਨਹੀਂ ਸਾਲਿਆ, ਝੂਠ ਬੋਲੀ ਪਲੀਜ਼ ਨਿਹਾਲ ਪਲੀਜ਼। ਝੂਠ ਝੂਠ ਝੂਠ। ਮੈਨੂੰ ਲੱਗਦਾ ਕੁੜੀ ਦੇ ਅੱਗੇ ਪੰਚਾਇਤ ਹਲਕੀ ਪੈ ਰਹੀ ਹੈ। ਪਰੇ ਹਟੋਏ ਸਾਲਿਆ, ਝੂਠ ਸਾਲਿਆ ਬਰਵਾਏਗਾ ਸਾਨੂੰ, ਝੂਠ ਬੋਲ। ਸਾਲਿਓ ਰਹਿ ਕੀ ਮੰਗ ਲਈ, ਸਰਪੰਚੇ ਬਣ ਗਏ ਹੈ। ਚਲੋ ਇਹ ਤਾਂ ਐਵੇਂ ਬਕਵਾਸ ਕਰਦੇ ਆ, ਆਈ ਡੋਂਟ ਲਾਈਕ ਦੈਮ ਅਨਐਜੂਕੇਟਡ ਪੀਪਲ, ਅਨਪੜ੍ਹ ਪੰਚਾਇਤ। ਲੈ ਸਾਲਾ ਬੜੀ ਛੇਤੀ ਪੰਪ 'ਚ ਆਉਂਦਾ, ਔਰ ਜਦੋਂ ਵੀ ਪੰਪ 'ਚ ਆਇਆ ਸਾਲੇ ਨੇ ਜੁੱਤੀਆਂ ਖਾਧੀਆਂ ਨੇ, ਨਾਲੇ ਸਾਡੇ ਪਾਊਗਾ। ਚਲੋ ਜੀ ਇਸੇ ਸਿਲਸਿਲੇ ਦੇ ਵਿੱਚ ਮੋਟਰ 'ਤੇ 7 ਦਿਨ ਦੀਆਂ ਛੁੱਟੀਆਂ ਨੇ। ਉਹ ਬਿੱਟੂ ਆਪਣੇ ਮੰਮੀ ਪਾਪਾ ਦੀ ਵਿਆਹ ਵਾਲੀ ਸਿੱਧੀ ਚੱਕ ਲੈ ਜੀ, ਠੀਕ ਹੈ? ਉਹ ਤੇਰੇ ਕੰਨ 'ਤੇ ਪੈਣੀ ਹੈ। ਕਿਉਂ? ਮੇਰੀ ਵਾਰੀ ਹੈ। ਮੇਰੀ ਵਾਰੀ ਸੀ। ਦੋ ਬੰਟੇ ਮੈਨੂੰ ਦੇ। ਨਿਹਾਲ ਮੈਂ ਬਹੁਤ ਨਰਵਸ ਹੋ ਰਹੀ ਹਾਂ, ਲਾ ਦੂੰਗੀ। ਮੈਨੂੰ ਸਮਝ ਨਹੀਂ ਆਉਂਦੀ ਮੈਂ ਖਰਚੇ ਨੂੰ ਕਿੱਦਾਂ ਫੇਸ ਕਰਾਂ। ਓ ਯਾਰ ਆਪਣਾ ਆਪਦਾ ਘਰ ਆ, ਡਰਨ ਵਾਲੀ ਕੀ ਗੱਲ ਆ। ਓ ਸਿਮਰਤ ਦੀਦੀ ਆ ਗਏ। ਸਿਮਰਤ ਦੀਦੀ ਆ ਗਏ। ਆ ਇੰਨੇ ਨਿਆਣੇ ਥੋੜੇ ਨੇ। ਸਿਮਰਤ ਦੀਦੀ ਆ ਗਏ, ਸਿਮਰਤ ਦੀਦੀ ਆ ਗਏ, ਸਿਮਰਤ ਦੀਦੀ ਆ ਗਏ, ਸਿਮਰਤ ਦੀਦੀ ਆ ਗਏ। ਓਏ ਹੋਏ ਹੋਏ ਹੋਏ, ਮੰਮੀ ਜੀ ਤਾਂ ਇਮੋਸ਼ਨਲ ਹੋ ਗਏ। ਪਾਪਾ ਜੀ ਕਿੱਥੇ ਨੇ? ਕੀ ਦੇਖਦਾ? ਕਿੱਧਰ ਮੂੰਹ ਚੁੱਕਿਆ ਓਏ? ਆ ਕੀ ਆ? ਅੱਪੜਾ। ਇਹੀ ਮਾਰੂ ਸਾਲੇ ਦੇ। ਸਾਲਾ ਜੀਜਾ ਜੀ, ਜੀਜਾ ਜੀ ਆ ਗਿਆ। ਜੀਜਾ ਜੀ ਕਿਹੜਾ ਜੀਜਾ ਜੀ? ਤੁਸੀਂ ਹੈ ਗਏ ਤੁਸੀਂ? ਇਹ ਕੌਣ ਹੈ? ਪਾਪਾ, ਮੈਨੂੰ ਤੇਥੋਂ ਆ ਉਮੀਦ ਨਹੀਂ ਸੀ। ਆ ਸਾਰਾ ਕੁਝ ਕਰਨ ਤੋਂ ਪਹਿਲਾਂ ਤੂੰ ਆਪਣੇ ਪਾਪਾ ਤੋਂ ਇਜਾਜ਼ਤ ਲੈਣ ਦੀ ਲੋੜ ਹੀ ਨਹੀਂ ਸਮਝੀ? ਗੁੱਸੇ 'ਚ ਲੱਗਦੇ ਆ, ਤੇਰੇ ਪਾਪੇ ਕੋਲ ਪਿਸਤੌਲ ਪਿਸਤੂਲ ਤਾਂ ਨਹੀਂ? ਓਏ ਕਾਕਾ, ਇਹ ਤਾਂ ਚੱਲ ਜਵਾਕੜੀ ਸੀ, ਪਰ ਤੈਨੂੰ ਤਾਂ ਸਮਝ ਤੋਂ ਕੰਮ ਲੈਣਾ ਚਾਹੀਦਾ ਸੀ। ਤੁਸੀਂ ਗਲਤ ਸਮਝ ਰਹੇ ਹੋ ਜੀ, ਮੈਂ ਸਮਝਾਉਣਾ ਤੁਹਾਨੂੰ ਸਾਰੀ ਗੱਲ। ਸਮਝਾਉਣ ਵਾਲੀ ਕਿਹੜੀ ਗੱਲ ਇਹਦੇ 'ਚ? ਮੈਂ ਜਾਣਦਾ ਵੀ ਬਾਹਰ ਜਾ ਕੇ ਬੰਦੇ ਦੇ ਰੁਝੇਵੇਂ ਵੱਧ ਜਾਂਦੇ ਨੇ,
ਪਰ ਘੱਟੋ ਘੱਟ ਇੱਕ ਫੋਨ ਤਾਂ ਕਰਨਾ ਬਣਦਾ ਸੀ ਤੁਹਾਡਾ। ਦੇਖ ਜਵਾਈ ਪੁੱਤਾਂ ਵਰਗੇ ਹੁੰਦੇ ਨੇ, ਘੱਟੋ ਘੱਟ ਤੂੰ ਹੀ ਆਪਣਾ ਫਰਜ਼ ਨਿਭਾ ਦਿੰਦਾ। ਪਰ ਪਾਪਾ ਇੱਦਾਂ ਦੀ ਗੱਲ ਨਹੀਂ ਹੈ ਜੀ, ਇੰਨਾ ਗੁੱਸਾ ਨਹੀਂ ਖਾਈਦਾ ਹੁੰਦਾ, ਕਦੇ ਨੋਹਾਂ ਨਾਲੋਂ ਵੀ ਮਾਂ ਸੱਡ ਹੋਇਆ। ਚਲੋ ਪਾਓ ਜੱਫੀ। ਓਏ ਮੇਰੀਆਂ ਤਾਂ ਅੱਖਾਂ ਤਰਸੀਆਂ ਪਈਆਂ ਸੀ ਇਹਨਾਂ ਨੂੰ ਦੇਖਣ ਲਈ। ਓਏ ਮੇਰਾ ਜਵਾਈ ਪੁੱਤ, ਸੌ ਰੱਬ ਦੀ ਤੂੰ ਬਹੁਤ ਸੋਹਣਾ ਲੱਗ ਰਿਹਾ ਮੈਨੂੰ। ਜਸਨੀਤ ਪੁੱਤ ਮਾੜੀ ਜੀ ਗੱਲ ਸੁਣੀ ਮੇਰੀ। ਜੀ ਬੇਬੇ। ਬੇਬੇ ਆ ਕੀ ਹੈ? ਇਹ ਪੁੱਤ ਆਪਣੀਆਂ ਖਾਨਦਾਨੀ ਚੂੜੀਆਂ ਨੇ। ਮਤਲਬ ਇਹ ਕਿ ਜਦੋਂ ਨਿਹਾਲ ਦੀ ਦਾਦੀ ਇਸ ਘਰ ਚ ਵਿਆਹੀ ਆਈ ਸੀ ਨਾ, ਤਾਂ ਨਿਹਾਲ ਦੀ ਪੜਦਾਦੀ ਨੇ ਉਹਨੂੰ ਦਿੱਤੀਆਂ। ਜਦੋਂ ਮੈਂ ਇਸ ਘਰ ਚ ਵਿਆਹ ਕੇ ਆਈ ਤਾਂ ਨਿਹਾਲ ਦੀ ਦਾਦੀ ਨੇ ਮੈਨੂੰ ਦਿੱਤੀਆਂ। ਹੁਣ ਮੈਂ ਤੈਨੂੰ ਦੇਣਾ ਚਾਹੁੰਦੀ ਆ। ਪਰ ਤੁਸੀਂ ਆਪਣੀ ਖਾਨਦਾਨੀ ਚੂੜੀਆਂ ਮੈਨੂੰ ਕਿਉਂ ਗਿਫਟ ਕਰਨਾ ਚਾਹੁੰਦੇ? ਬੇਟਾ ਗਿਫਟ? ਤੂੰ ਤਾਂ ਸਾਡੀ ਨੂੰਹ ਬਣਨ ਵਾਲੀ ਆ, ਤੈਨੂੰ ਹੀ ਦੇਣੀਆਂ। ਤੂੰ ਅੱਗੇ ਆਪਦੀ ਨੂੰਹ ਨੂੰ ਦੇ ਦੀ। ਮੈਂ ਕੁਝ ਸਮਝੀ ਨਹੀਂ। ਬੇਟਾ ਤੁਸੀਂ ਬਾਹਰਲੇ ਜੰਮੇ ਪਲੇ ਬੱਚੇ ਆ, ਤੁਹਾਨੂੰ ਇੱਥੇ ਦੇ ਰੀਤੀ ਰਿਵਾਜਾਂ ਦੀ ਕੀ ਸਮਝ? ਮੈਂ ਤਾਂ ਚਾਹੁੰਦੀ ਆ ਕਿ ਤੂੰ ਤੇ ਨਿਹਾਲ ਵਿਆਹ ਕਰਾ ਲੋ। ਕੀ? ਮੈਂ ਤੇ ਨਿਹਾਲ ਵਿਆਹ? ਦੇਖੋ ਬੇਟਾ ਇਹ ਤੁਹਾਡਾ ਅਮਰੀਕਾ ਕੈਨੇਡਾ ਨਹੀਂ ਆ, ਜਿੱਥੇ ਮੁੰਡਾ ਕੁੜੀ ਵਿਆਹ ਕਰਾਏ ਬਿਨਾਂ ਇਕੱਠੇ ਰਹਿ ਲੈਣਗੇ। ਇੱਥੇ ਤਾਂ ਵਿਆਹ ਕਰਾਉਣਾ ਹੀ ਪੈਂਦਾ। ਇਹਦਾ ਮਤਲਬ ਨਿਹਾਲ ਮੈਨੂੰ ਇੱਥੇ ਝੂਠ ਬੋਲ ਕੇ ਲੈ ਕੇ ਆਇਆ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ? ਇੱਥੇ ਤਾਂ ਮੇਰੇ ਪੂਰੇ ਖਾਨਦਾਨ ਨੂੰ ਖਤਰਾ ਹੈ। ਕੀ ਗੱਲ ਬੇਟਾ, ਚੁੱਪ ਹੀ ਹੋ ਗਈ? ਪੰਜਾਬੀ ਕੁੜੀ ਜਿੱਥੇ ਮਰਜ਼ੀ ਰਹਿ ਲੈ, ਸੰਗ ਉਹਦੇ ਨਾਲ ਹੀ ਰਹਿੰਦੀ ਆ। ਕਿੰਨੀ ਸਾਊ ਕੁੜੀ ਆ। ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ ਆ। ਮੇਰੇ ਨਾਲ ਐਸਾ ਚੀਟਿੰਗ ਕੀਤੀ ਹੈ, ਹੁਣ ਮੈਨੂੰ ਸਮਝ ਆਇਆ ਵਾਈ ਐਵਰੀਬਡੀ ਵਾਸ ਕਾਲਿੰਗ ਮੀ ਨੂ ਬਲੱਡੀ ਚੀਟ ਨਿਹਾਲ। ਆਈ ਡੋਨਟ ਵਾਂਟ ਟੂ ਸੀ ਯੋਰ ਫੇਸ। ਵੇਅਰ ਐਮ ਆਈ ਗੋਇੰਗ? ਏਅਰਪੋਰਟ ਕਿੱਥੇ? ਸਾਡਾ ਪਿੰਡੀ ਝੂਠਿਆਂ ਦਾ ਸਰਪੰਚ ਤੋਂ ਲੈ ਕੇ ਕੋਦੂ ਤੱਕ ਸਾਰੇ ਝੂਠੇ ਆ। ਜਿਹੇ ਜੀ ਕੋਕੋ ਉਹ ਜੇ ਕੋਕੋ ਦੇ ਬੱਚੇ, ਸਾਡਾ ਤਾਂ ਪਿੰਡ ਫਾਸੀ ਝੂਠ ਚ ਆਉਂਦਾ। ਯੂ ਮੀਨ ਦਿਸ ਹੋਲ ਬਲੱਡੀ ਵਿਲੇਜ ਆਫ ਯੋਰਸ ਇਜ਼ ਫੁੱਲ ਆਫ ਲਾਇਅਰਸ? ਹਾਂਜੀ। ਕਾਚ ਬਲੱਡੀ ਵਿਲੇਜਰਸ? ਕਮਾਲ ਹੈ, ਤੁਸੀਂ ਬਾਹਰਲੇ ਪੜ੍ਹੇ ਲਿਖੇ ਕਿੰਨੇ ਹੁੰਦੇ ਹੋ, ਮਿੰਟ ਜੀ ਸਾਰੀ ਗੱਲ ਸਮਝ ਲੈਂਦੇ ਹੋ। ਚੱਲ ਜਸਨੀਤ ਨਾਲੇ ਗੱਲ ਸੁਣੋ ਮੇਰੀ, ਮੈਥੋਂ ਬਚ ਕੇ ਰਹੀ, ਬੜਾ ਕੱਬਾ ਸੁਭਾਅ ਹੈ ਮੇਰਾ। ਤਾਰੀ? ਓ ਨਿਹਾਲ। ਹਾਂ ਤਾਰੀ। ਓ ਸਾਲਿਆ ਤੇਰਾ ਤਾਂ ਬੇੜਾ ਹੀ ਬਹਿ ਗਿਆ ਓਏ। ਕੀ ਹੋਇਆ? ਹੁਣ ਪੁੱਤ ਤੈਨੂੰ ਵੀ ਟੈਂਕੀ ਤੇ ਚੜ੍ਹਨਾ ਪੈਣਾ। ਉਹ ਸਾਲਿਆ ਗੱਲ ਦੱਸੇਗਾ ਕੀ ਹੋਈ? ਜਸਨੀਤ ਟੈਚੀ ਚੱਕੀ ਫਿਰਦੀ ਸੀ, ਆ ਹੁਣੇ ਭੂਣ ਤੇ ਬਹਿ ਕੇ ਨਿਕਲੀ ਹੈ। ਉਹਨੂੰ ਸਾਰਾ ਕੁਝ ਪਤਾ ਲੱਗ ਗਿਆ, ਕਹਿੰਦੀ ਨਿਹਾਲ ਵਰਗਾ ਝੂਠਾ ਬੰਦਾ ਇਸ ਦੁਨੀਆ ਤੇ ਹੈ ਹੀ ਨਹੀਂ। ਆਹੋ ਉਹ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ। ਉਹ ਇੱਥੇ ਕਿੱਥੇ ਬੈਠੀ ਹੈ ਜਸਨੀਤ? ਚੱਕ ਸਮਾਨ ਘਰੇ ਚੱਲੀਏ। ਮੈਂ ਕਿਸੇ ਝੂਠੇ ਦੇ ਕਰਨੀ ਰਹਿ। ਝੂਠਾ? ਉਹ ਤਾਰੀ ਬੈਠਾ ਬੈਠਾ ਆਪਣੇ ਲੈਪਟਾਪ ਤੇ ਮਰਜੇ, ਸਾਲੇ ਦਾ ਮਰੇ ਦਾ ਪ੍ਰਿੰਟ ਆਊਟ ਨਿਕਲੇ ਜੇ ਮੈਂ ਕਦੇ ਝੂਠ ਬੋਲਿਆ ਬਈ ਯਾਰ। ਫੇਰ ਤੇਰੀ ਬੇਬੇ ਨੇ ਮੈਨੂੰ ਵਾਇਦੇ ਛੇ ਕਿ ਬਈ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਨਿਹਾਲ ਪਰਿਆ ਵਰਗੀ ਨੂੰ ਲੈ ਕੇ ਆਏਗਾ।
ਯਾਰ ਤੈਨੂੰ ਮੈਂ ਕੀ ਦੱਸਾਂ ਆਪਣੀ ਜ਼ਿੰਦਗੀ ਦੀ ਸਟੋਰੀ। ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਸੀ ਜਿਹਦਾ ਨਾਂ ਸੀ ਸਿਮਰਤ, ਉਹ ਮੈਨੂੰ ਛੱਡ ਕੇ ਕੈਨੇਡਾ ਚਲੀ ਗਈ। ਬੇਬੇ ਦੇ ਕਹਿਣ 'ਤੇ ਉਹਦੇ ਪਿੱਛੇ ਮੈਂ ਕੈਨੇਡਾ ਚਲੇ ਗਿਆ। ਉੱਥੇ ਜਾ ਕੇ ਮੈਨੂੰ ਉਹ ਤਾਂ ਮਿਲੀ ਨਹੀਂ ਗਈ, ਤੇਰੀ ਬਾਡੀਗਾਰਡ ਦੀ ਨੌਕਰੀ ਮਿਲ ਗਈ। ਹੁਣ ਤੈਨੂੰ ਲੈ ਕੇ ਮੈਂ ਪੰਜਾਬ ਆ ਗਿਆ, ਬੇਬੇ ਲੱਗਿਆ ਮੈਂ ਉਸ ਕੁੜੀ ਨੂੰ ਲੈ ਕੇ ਆ ਗਿਆ ਜਿਹਦੇ ਪਿੱਛੇ ਮੈਂ ਕੈਨੇਡਾ ਗਿਆ ਸੀ, ਉਹ ਤੈਨੂੰ ਆਪਣੀ ਨੂੰਹ ਸਮਝ ਬੈਠੀ। ਫਿਰ ਮੈਂ ਕੀ ਕਰਾਂ? ਤੇਰੀ ਪ੍ਰੋਬਲਮ ਤੂੰ ਆਪ ਸਾਂਭ। ਐਡਜਸਟ ਕਰ ਯਾਰ। ਮੈਂ ਨਹੀਂ ਕਰਨਾ ਐਡਜਸਟ, ਪਹਿਲੇ ਸੋਚਣਾ ਚਾਹੀਦਾ ਸੀ ਨਾ ਇਹ ਸਭ ਕੁਝ। ਮੈਂ ਜ਼ਿਆਦਾ ਦਿਨਾਂ ਲਈ ਨਹੀਂ ਕਹਿ ਰਿਹਾ, ਦੋ ਚਾਰ ਦਿਨ ਲਈ। ਮੈਂ ਨਹੀਂ ਕਰਨਾ ਐਡਜਸਟ, ਤੂੰ ਜਾ ਇੱਥੋਂ। ਮੇਰੀ ਗੱਲ ਤਾਂ ਸੁਣ। ਕੋਈ ਫਾਇਦਾ ਨਹੀਂ, ਆਈ ਸੈਡ ਜਸਟ ਗੋ। ਟ੍ਰਾਈ ਟੂ ਅੰਡਰਸਟੈਂਡ। ਆਈ ਸੈਡ ਜਸਟ ਗੋ ਯਾਰ। ਦੇਖ ਲੈ ਇੱਕ, ਮੈਂ ਕਿਹਾ ਜਾ ਇੱਥੋਂ। ਦੇਖ ਲੈ ਇੱਕ ਵਾਰੀ, ਜਸਟ ਗੈਟ ਲੋਸਟ, ਗੋ ਅਵੇ। ਹੈਲੋ। ਚਲੋ ਵੀਰ ਜੀ ਬਾਈ, ਪੁੱਛ ਲੈ ਇੱਕ ਵਾਰੀ ਹੋਰ, ਸ਼ਾਇਦ ਮੰਨ ਹੀ ਜਾਏ। ਤੂੰ ਪੁੱਛ ਲੈ, ਚੱਲ। ਅਲੇ ਚੌਧਰੀ ਬਣ ਜਾਂਦੇ ਰੇ। ਬੇਬੇ ਸਤਨਾਮ ਵਾਹਿਗੁਰੂ। ਹਾਂ ਪੁੱਤ ਬੋਲ। ਬੇਬੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ। ਕੀ ਗੱਲ ਕਰਨੀ ਆ ਪੁੱਤ? ਬੇਬੇ ਮੈਂ ਸੋਚਦਾ ਵੀ ਐਤਕੀ ਤੈਨੂੰ ਪੌਂਟਾ ਸਾਹਿਬ ਮੱਥਾ ਟਿਕਾ ਕੇ ਲਿਆਵਾਂ। ਲੈ ਇਹ ਤਾਂ ਤੂੰ ਬਾਹਲਾ ਹੀ ਚੰਗਾ ਸੋਚਿਆ ਪੁੱਤ, ਮਾੜੇ ਜਿਹੇ ਦਿਨ ਖੁੱਲ ਲੈਣ ਦੇ, ਫਿਰ ਆਪਾਂ ਚੱਲਦੇ ਆ, ਨਾਲੇ ਜਸਨੀਤ ਨੂੰ ਵੀ ਮੱਥਾ ਟਿਕਾ ਲਿਆਵਾਂਗੇ। ਬੇਬੇ ਮੈਂ ਐਕਚੁਅਲੀ ਮੈਂ ਉਹੀ ਗੱਲ ਤੇਰੇ ਨਾਲ ਕਰਨੀ ਸੀ। ਦੱਸ। ਆਪਾਂ ਨੂੰ ਪਿੰਡ ਛੱਡਣਾ ਪੈਣਾ ਬੇਬੇ। ਕਿਉਂ? ਪਿੰਡ ਛੱਡ ਕੇ ਕਿੱਥੇ ਜਾਣਾ? ਚੰਡੀਗੜ੍ਹ ਚੱਲਦੇ ਆ ਬੇਬੇ। ਉੱਥੇ ਬੇਬੇ ਨਾਲੇ ਕਿੰਨੀਆਂ ਸਹੂਲਤਾਂ ਨੇ, ਰੋਜ਼ ਗਾਰਡਨ 17 ਸੈਕਟਰ PGI ਕੋਲ ਆ, ਨਾਲੇ ਬੇਬੇ ਨਾਢਾ ਸਾਹਿਬ ਵੀ ਆ ਉੱਥੇ, ਸ਼ਾਮ ਸਵੇਰੇ ਮੱਥਾ ਟੇਕ ਲਿਆ। ਆਹੋ, ਹੁਣ ਤੇਰੀ ਕੈਨੇਡਾ ਵਾਲੀ ਵੋਟੀ ਜੋ ਆ ਗਈ, ਹੁਣ ਤੇਰਾ ਪਿੰਡਾਂ 'ਚ ਕਿਵੇਂ ਜੀ ਲੱਗਣਾ? ਬੇਬੇ ਉਹੀ ਤਾਂ ਮੈਂ ਗੱਲ ਕਰਨੀ ਸੀ ਕਿ ਵੀ ਜਿਹੜੀ ਕੈਨੇਡਾ ਵਾਲੀ ਆ ਨਾ, ਉਹ ਐਕਚੁਅਲੀ ਥੈਂਕ ਯੂ ਓਏ ਨਾ। ਸਤਿ ਸ਼੍ਰੀ ਅਕਾਲ ਜੀ। ਪੁੱਤ ਤੂੰ ਕੀ ਕਹਿੰਦਾ ਸੀ ਕੈਨੇਡਾ ਵਾਲੀ ਬਾਰੇ? ਆਹੀ ਬੇਬੇ ਵੀ ਆ ਕੈਨੇਡਾ ਵਾਲੀ ਨਾ ਚਾਹ ਬਹੁਤ ਸਵਾਦ ਬਣਾਉਂਦੀ ਆ, ਭੂਤਾਂ ਹੀ ਕੱਢ ਦਿੰਦੀ ਆ ਚਾਹ ਦੀਆਂ ਤਾਂ ਬੇਬੇ। ਲੈ ਅੱਛਾ ਤੂੰ ਮੈਨੂੰ ਇਹ ਦੱਸ ਨਿਹਾਲ, ਤੂੰ ਸੱਚੀ ਚੰਡੀਗੜ੍ਹ ਕੋਠੀ ਪਾਏਗਾ? ਉਹ ਮੈਂ ਤਾਂ ਹੱਸਦਾ ਬੇਬੇ, ਚੰਡੀਗੜ੍ਹ ਕੀ ਨੇ ਜਾਣਾ, ਹਾਰਨ ਵੱਜਦੇ ਰਹਿੰਦੇ ਆ ਟੈਂ ਟੈਂ ਪੈਂ ਪੈਂ, ਪਿੰਡਾਂ 'ਚ ਤਾਂ ਬਹਾਰ ਆ ਬੇਬੇ, ਨਾਲੇ ਅੱਜ ਕੱਲ ਤਾਂ ਫੁੱਲ ਵੀ ਬੜੇ ਸੋਹਣੇ ਸੋਹਣੇ ਖਿੜਦੇ ਆ। ਰੂਪ ਡੋਂਟ ਵਰੀ, ਆਮ ਫਾਈਨ ਹੇਅਰ, ਆਈਲ ਬੀ ਸੇਫ ਰੀਅਲੀ, ਇਟਸ ਜਸਟ ਅ ਮੈਟਰ ਆਫ ਅ ਫਿਊ ਡੇਜ਼, ਆਈ ਮਿਸ ਯੂ ਟੂ, ਬਾਏ। ਜਸਨੀਤ ਮੈਂ ਆਪਣੀ ਜਾਨ ਵਾਰ ਕੇ ਵੀ ਤੇਰਾ ਕਰਜ਼ਾ ਨਹੀਂ ਉਤਾਰ ਸਕਦਾ। ਅੱਛਾ, ਜੇ ਮੈਂ ਨਾਭੇ ਦਾ ਮਹਾਰਾਜਾ ਹੁੰਦਾ ਨਾ ਤਾਂ ਤੈਨੂੰ ਆਪਣੇ ਕੀਮਤੀ ਮੋਤੀਆਂ ਦਾ ਹਾਰ ਭੇਂਟ ਕਰਦਾ, ਪਰ ਹੁਣ ਤਾਂ ਜੱਟ ਕੋਲ ਸਿਰਫ ਇੱਕ ਜੱਫੀ ਹੈ, ਉਹ ਤੇਰੇ ਮੈਨੂੰ ਲੱਗਦਾ ਮੇਚ ਨਹੀਂ ਆਉਣੀ। ਜ਼ਿਆਦਾ ਡਰਾਮੇ ਨਾ ਕਰ, ਤੂੰ ਤਾਂ ਮੇਰਾ ਝੂਠਾ ਹੈ। ਥੈਂਕ ਯੂ, ਪਰ ਮੈਂ ਪਿਆਰ ਕਰਨ ਵਾਲਿਆਂ ਦੀ ਰਿਸਪੈਕਟ ਕਰਦੀ ਹਾਂ। ਰਿਸਪੈਕਟ ਕਰੀ ਜਾਈ, ਪਿਆਰ ਨਾ ਕਰੀ। ਇਹਦੇ 'ਚ ਮੇਰਾ ਕੀ ਕਸੂਰ ਹੈ ਜੇ ਮੈਨੂੰ ਮੇਰਾ ਪਿਆਰ ਨਹੀਂ ਮਿਲਿਆ? ਉਹਦਾ ਤਾਂ ਮੈਨੂੰ ਵੀ ਬਹੁਤ ਅਫਸੋਸ ਹੈ ਕਿ ਤੈਨੂੰ ਤੇਰਾ ਪਿਆਰ ਨਹੀਂ ਮਿਲਿਆ, ਸੱਚੀ। ਪਿਆਰ ਤਾਂ ਤੇਰੇ ਵਰਗੇ ਕਰਮ ਵਾਲਿਆਂ ਨੂੰ ਮਿਲਦਾ ਜਸਨੀਤ। ਇਹ ਤਾਂ ਹੈ, ਆਈ ਫੀਲ ਸੋ ਲੱਕੀ, ਰੂਪ ਮੈਨੂੰ ਇੰਨਾ ਪਿਆਰ ਕਰਦਾ ਤੇ ਮੈਂ ਵੀ ਉਹਨੂੰ। ਓ ਗੋਡ, ਆਈ ਕਾਂਟ ਵੇਟ ਟੂ ਸੀ ਹਿਮ। ਖੁਸ਼ ਰਹੋ, ਆਬਾਦ ਰਹੋ, ਜਹਾਂ ਵੀ ਰਹੋ, ਆਪਣੇ ਸੱਜਣ ਸਿਉਂ ਕੇ ਪਾਸ ਰਹੋ। ਚੱਲ ਚੱਲ ਹੁਣ ਡਰਾਮੇ ਨਾ ਕਰ, ਆਪਣੀ ਤਾਂ ਸਾਰੀ ਜ਼ਿੰਦਗੀ ਡਰਾਮੇ 'ਚ ਲੰਘੀ ਆ। ਮਿਸਟਰ ਡਰਾਮੇਬਾਜ਼, ਮੈਂ ਜੋ ਕੁਛ ਵੀ ਕਰ ਰਹੀ ਹਾਂ ਬੇਬੇ ਲਈ ਕਰ ਰਹੀ ਹਾਂ, ਕਿਉਂਕਿ ਮੈਂ ਉਹਨਾਂ ਨੂੰ ਉਦਾਸ ਨਹੀਂ ਦੇਖ ਸਕਦੀ। ਬੇਬੇ ਦਾ ਖਿਆਲ ਰੱਖੀ ਜਾਈ, ਬੇਬੇ ਦਾ ਪੁੱਤ ਭਾਵੇਂ ਸਲਫਾਸ ਪੀ ਕੇ ਮਰ ਜੇ। ਹੋ ਡਰਾਈਵਰ ਨੂੰ ਰੋਹੜ ਤੇ ਜੱਟ ਨੂੰ ਹੋੜ ਪਿਆਰ ਜਾਨਾ ਤੋਂ ਕਿੰਨੀ ਮਿੱਟੀ, ਮੈਂ ਕੱਪੜੇ ਚੇਂਜ ਕਰਕੇ ਆਉਂਦੀ ਹਾਂ।
कपड़े ही चेंज करी जाई माइंड ना चेंज करी निहाल पुत गल सुन जी कश्मीरो दी मज मर गई अच्छा। मैं चली अफसोस करन अज चाची अली फेर चली रब मेहर करे की क्या अब मैं क्या रब मेहर करे मज दी रूह दे उत्ते ओनू अपने चरणा च थां देवे जा तू बेबे फिर एक काम करी जसनीत नो कही ओ जेड़े कपड़े दीवान ते पए आ ना ओ सारे धो दे अच्छा कपड़े धोने आ बेबे हां मेरा मतलब कपड़े धोने आ जसकोने भी आ मशीन च पा दांगे नाल दी नाल सका भी दऊ पुत मशीन च आपा किवें पा दांगे ओ तां इन्ने दिनां तों खराब पई आ बेबे मैनूं लगदा सर भी मुक्या होणा आपां कल्ल नूं धोलांगे ना पुत सारा कुछ हैगा चंगा मैं चलदी आ ओ रब्बा दे मैनूं थापी बस मैं अज थापी ब्रेड करन जोगा हो जा साले कपड़े धोने केड़ा सौखे पए आ सब साले झूठे आके दूध जी सफेदी बिना मले है आ गई मेरा मजाक उड़ाउण नूं तू कपड़े धो रहा है नहीं कपड़े बेहोश हो गए सीगे जी पानी च डबो डबो इन्हां नूं होश च लिया रहा जी तू तो चेंज करन गई सी नाले मैं माइंड चेंज कर लिया साडी वारी ना करी कदे कुछ नहीं अच्छा सुन मैं तेरी हेल्प करा दूं करा सकदी हां बिल्कुल करा सकदी हां पिक मोगरी थापी आई मीन दिस बैट ओ दिस yes, बैट नाउ हिट दैट कपड़ा ओए ओए मारना मेरा झग्गा तू यू सेड हिट इट रहन दे तू ए कर आ पानी दी पाइप चेक मेनू दसी चल वी दाग किथे किथे आ दाग ता तेरे मुंह ते भी बहुत ने थोड़ा अच्छा ना मैडम जी थोड़ा तो स्पेयर पार्ट भी नहीं मिलना इत्थों हेलो निहाल छेती करे आ जा ओ यार मैं तो हले एक बेबे दी चुन्नी धोनी आ ते दो मरियां बनाना इडियट चुन्नियां ते बनाना नु छड पापा दे दोस्त शाम नु तेनु घरे मिलन आ रहे ने तू बस जल्दी आ जा अच्छा फिर मैं छेती तो पहला आया निहाल बेटा ए मेरी ही कोनी मेरे बहुत पुराने मित्र अच्छा जी तू आए कर पुत जिनी देर तक बुढ़िया रोटी रूटी लेके आउणगियां ना तुसी जाओ अपनी गल्लां बातां मारो ਬਾਈ ਜੀ ਕਿਸਮਤ ਵਾਲੇ ਹੋ ਜਿਹੜਾ ਸਿਮਰਤ ਵਰਗੀ ਕੁੜੀ ਦਾ ਪਿਆਰ ਤੁਹਾਨੂੰ ਮਿਲਿਆ ਅੱਛਾ ਥੈਂਕ ਯੂ ਨਾਲੇ ਬਾਈ ਜੀ ਨੂੰ ਬੰਦਾ ਚਾਹੁੰਦਾ ਹੋਵੇ ਉਹਦੇ ਨਾਲੇ ਵਿਆਹ ਹੋ ਜਾਵੇ ਹੋਰ ਕੀ ਚਾਹੀਦਾ ਜ਼ਿੰਦਗੀ ਤੋਂ ਸਹੀ ਗੱਲ ਹੈ ਫੇਰ ਤਾਂ ਅਸ਼ਕ ਦਾ ਦਿਲ ਕਰਦਾ ਵੀ ਉਹਨੂੰ ਲੈ ਕੇ ਨਾ ਕਿਤੇ ਉੱਡ ਜਾਵਾਂ ਕਦੇ ਦਿਲ ਕਰਦਾ ਵੀ ਉਹਦਾ ਪਰਛਾਵਾਂ ਹੋ ਜਾਂ ਕਦੇ ਦਿਲ ਕਰਦਾ ਉਹਨੂੰ ਆਪਣਾ ਪਰਛਾਵਾਂ ਕਰ ਲਵਾਂ ਕਦੇ ਜੀ ਕਰਦਾ ਉਹਦੇ ਨਾਲ ਕੱਪੜੇ ਧੋਵਾਂ ਕਦੇ ਕਚਲਾਂ ਕਦੇ ਸੁੱਕਣੇ ਪਵਾਵਾਂ ਇੱਕ ਥਾਪੀ ਉਹਦੇ ਹੱਥ 'ਚ ਹੋਵੇ ਇੱਕ ਥਾਪੀ ਮੇਰੇ ਹੱਥ 'ਚ ਹੋਵੇ ਇੱਕ ਥਾਪੀ ਮੈਂ ਮਾਰਾਂ ਇੱਕ ਥਾਪੀ ਉਹ ਮਾਰੇ ਸੜੀਆਂ ਮਾਰ ਮਾਰ ਥਾਪੀਆਂ ਝੱਗਾ ਫੜਦੀ ਬਾਈ ਤੈਨੂੰ ਨਹੀਂ ਲੱਗਦਾ ਆਪਾਂ ਗੱਲ ਕਿਸੇ ਹੋਰੇ ਪਾਸੇ ਲੈ ਗਏ ਪਤਾ ਨਹੀਂ ਯਾਰ ਗੱਲ ਕਿਹੜੇ ਪਾਸੇ ਗਈ ਆ ਪਰ ਗੱਲ ਦਾ ਸਵਾਦ ਬਹੁਤ ਆਇਆ ਹਾਂਜੀ ਕੀ ਗੱਲਾਂ ਚੱਲਦੀਆਂ ਨੇ ਕੀ ਹਾਲ ਹੈ ਸਮਰ ਬਸ ਵਧੀਆ ਜੀ ਬਾਈ ਮੈਂ ਚੱਲਦਾ ਯਾਰ ਕਿੰਨੇ ਕੁ ਚਿਰ ਤੋਂ ਜਾਣਦੀ ਇਹਨੂੰ ਤੂੰ ਬਚਪਨ ਤੋਂ ਕਲਾਸਮੇਟ ਸੀ ਮੇਰਾ ਪਰ ਕਿਉਂ ਨਹੀਂ ਨਹੀਂ ਵੈਸੇ ਪੁੱਛਿਆ ਫੇਰ ਵੀ ਕਿਉਂ ਪਿਆਰ ਕਰਦਾ ਤੈਨੂੰ ਪਾਗਲ ਹੋ ਗਿਆ ਨਿਹਾਲ ਤੂੰ ਵਾਹ ਓਏ ਮੇਰੇ ਰੱਬਾ ਆਸ਼ਕ ਤਾਂ ਜਮਾਂ ਸਿੱਧੇ ਬਣਾਤੇ ਤੇ ਮਸ਼ੂਕਾਂ ਜਲੇਬੀ ਵਰਗੀਆਂ ਹ
Humpty Dumpty sat on a wall. Humpty Dumpty had. ਮੇਰੇ ਤੋਂ ਨਹੀਂ ਇਹ ਹੰਪਟੀ ਡੰਪਟੀ ਸਿੱਖੇ ਜਾਂਦੇ, ਨਾਲੇ ਮੇਰੇ ਤੋਂ ਨਹੀਂ ਕਿਸੇ ਵਾਸਤੇ ਆਪਦੇ ਆਪ ਨੂੰ ਬਦਲਿਆ ਜਾਂਦਾ। ਜਿਹਨੇ ਮੇਰੇ ਪਸੰਦ ਕਰਨਾ ਹੋਊ ਏਦਾਂ ਦੀ ਉਹ ਕਰ ਲੂ। ਤੈਨੂੰ ਕਿਹਨੇ ਪਸੰਦ ਕਰਨਾ? ਚੌਥੀ ਜਮਾਤ ਤੋਂ ਲੈ ਕੇ ਦਾ ਤੂੰ ਨਿਹਾਲ 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 ਦੇ ਜਾਪ ਕਰਦੀ ਆ ਰਹੀ। ਅਨਮੋਲ, ਤੂੰ ਮੈਨੂੰ ਚੌਥੀ ਜਮਾਤ ਤੋਂ ਵੀ ਦੇਖਦਾ ਹੁੰਦਾ ਸੀ? ਹਾਂ, ਮੈਂ ਤੈਨੂੰ ਦੇਖਦਾ ਹੁੰਦਾ ਸੀ। ਤੇਰੇ ਪਿੱਛੇ ਤਾਂ ਖਮਾਣੋ ਸਕੂਲ ਦੇ ਦੋ ਮੁੰਡਿਆਂ ਦਾ ਮੈਂ ਖੜਕੈਂਤਾ ਚਾੜਦਾ ਸੀ। ਕਿਉਂ? ਉਸ ਵਾਲੇ ਤੈਨੂੰ ਮੋਟੀ ਮੋਟੀ ਕਹਿ ਕੇ ਬੁਲਾਉਂਦੇ ਸੀ। ਮੋਟੀ ਤਾਂ ਮੈਨੂੰ ਕਹਿੰਦੇ ਸੀ, ਫਿਰ ਤੈਨੂੰ ਕਾਹਦਾ ਦੁੱਖ ਲੱਗਦਾ ਸੀ? ਮੈਂ ਤੈਨੂੰ ਪਸੰਦ ਕਰਦਾ ਸੀ। ਤੇ ਅੱਜ? ਅੱਜ ਨਹੀਂ ਪਸੰਦ ਕਰਦਾ? ਕਰਦਾ, ਅੱਜ ਵੀ ਕਰਦਾ। ਹਾਏ ਅਨਮੋਲ, ਤੂੰ ਤਾਂ ਮੈਨੂੰ ਬਹੁਤ ਹੀ ਚੰਗਾ ਲੱਗਦਾ। ਗੋਲੀ ਮਾਰ ਨਿਹਾਲ ਨੂੰ। ਆਈ ਲਵ ਯੂ ਵੈਰੀ ਮੱਚ ਅਨਮੋਲ। ਓਏ, ਤੈਨੂੰ ਤਾਂ ਅੰਗਰੇਜ਼ੀ ਆਉਣ ਲੱਗ ਗਈ। ਇੰਨੀ ਕੁ ਤਾਂ ਮੈਨੂੰ ਸ਼ੁਰੂ ਤੋਂ ਹੀ ਆਉਂਦੀ ਸੀ ਅੰਗਰੇਜ਼ੀ। ਅਨਮੋਲ, ਤੂੰ ਦੱਸ, ਤੂੰ ਮੇਰੇ ਨਾਲ ਵਿਆਹ ਕਰਾਏਂਗਾ ਨਾ? ਕਰਾਏਂਗਾ ਨਾ ਅਨਮੋਲ? ਦੱਸ ਅਨਮੋਲ, ਤੂੰ ਮੇਰੇ ਨਾਲ ਵਿਆਹ ਕਰਾਏਂਗਾ ਨਾ? ਕਰਾਏਂਗਾ ਨਾ ਅਨਮੋਲ? ਨਹੀਂ ਤਾਂ ਮੈਂ ਟੈਂਕੀ ਤੇ ਚੜ੍ਹ ਕੇ ਖਾਵਾਂਗਾ। ਇਹਨੂੰ ਫੜੋ। ਲੈਫਟ ਰਾਈਟ ਲੈਫਟ ਰਾਈਟ, ਸਿੰਘ ਸਿੰਘਾ ਸਿੰਘ ਸਿੰਘਾ ਸਿੰਘ ਸਿੰਘਾ ਸਿੰਘ ਸਿੰਘਾ ਮਿਸਟਰ ਸਿੰਘਾ ਮਿਸਟਰ ਸਿੰਘਾ। ਚੱਲ ਚੱਲੀ ਨਾ ਹੋਵੇ ਤਾਂ। ਬੇਬੇ ਜੀ, ਤੁਸੀਂ ਬਹੁਤ ਸਵੀਟ ਹੋ। ਪੁੱਤ, ਸਵੀਟ ਸਾਈਡ ਦਾ ਤਾਂ ਨਹੀਂ ਮੈਨੂੰ ਪਤਾ, ਬਸ ਮੈਨੂੰ ਤਾਂ ਇੰਨਾ ਪਤਾ ਕਿ ਮੇਰੀ ਹੋਣ ਵਾਲੀ ਨੂੰ ਰੱਬ ਦਾ ਰੂਪ ਹੋਏਗੀ ਜਦੋਂ ਮੈਂ ਤੇਰਾ ਫੋਟੋ ਦੇਖਿਆ। ਮੇਰੀ ਫੋਟੋ? ਲੈ, ਮੈਂ ਕੀ ਫੋਟੋ ਤਾਂ ਤੇਰੀ ਸਾਰੀ ਪਿੰਡ ਨੇ ਦੇਖੀ ਸੀ ਪੁੱਤ। ਸਾਰੇ ਪਿੰਡ ਨੇ ਮੇਰੀ ਫੋਟੋ ਵੇਖੀ ਸੀ? ਤੈਨੂੰ ਨੀ ਪਤਾ ਪੁੱਤ, ਸਰਪੰਚ ਆਪਣੇ ਘਰੇ ਸਪਨਾ ਦਾ ਰਿਸ਼ਤਾ ਲੈ ਕੇ ਆਇਆ ਸੀ, ਨਿਹਾਲ ਨੇ ਨਾ ਕਰਤੀ, ਸਪਨਾ ਜਾ ਕੇ ਟੈਂਕੀ ਤੇ ਚੜ ਗਈ, ਫੇਰ ਕਿਤੇ ਜਾ ਕੇ ਨਿਹਾਲ ਨੇ ਤੇਰਾ ਫੋਟੋ ਦਿਖਾਇਆ ਸਾਨੂੰ। ਇਹਦਾ ਮਤਲਬ ਤੁਸੀਂ ਮੇਰੀ ਫੋਟੋ ਮੇਰੇ ਆਉਣ ਤੋਂ ਪਹਿਲਾਂ ਵੇਖ ਲਈ ਸੀ? ਹਾਂ ਪੁੱਤ, ਤੇਰਾ ਫੋਟੋ ਦੇਖਣ ਤੋਂ ਬਾਅਦ ਹੀ ਤਾਂ ਨਿਹਾਲ ਸਾਰੇ ਪਿੰਡ ਦੇ ਕਹਿਣ ਤੇ ਤੈਨੂੰ ਇੱਥੇ ਲੈ ਕੇ ਆਇਆ। ਨਿਹਾਲ, ਮੈਂ ਤੇਰੇ ਤੇ ਕਿੰਨਾ ਭਰੋਸਾ ਕੀਤਾ ਤੇ ਤੂੰ। ਤਾਰੀ? ਹੈਲੋ। ਹਾਂ ਤਾਰੀ, ਹੈਂ?
ਕਿੱਥੇ ਚੱਲੀ ਆ? ਉਹ ਤੋਤੀ ਰੁਕ ਰੁਕ ਸਾਲਿਆ ਰੁਕ 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 ਕਿੱਥੇ ਚੱਲੇ ਜੀ? ਭੂੰਡ ਤੇ ਬਹਿ ਕੇ ਜਾਂ ਫੇਸਬੁੱਕ ਤੇ ਫੋਟੋ ਲਾਉਣੀ ਆ ਵੀ ਪੜਦੀ ਸੈਰ ਇਨ ਭੂੰਡ? ਫੇਸਬੁੱਕ ਤਾਂ ਬੜਾ ਪਤਾ ਹੈ ਤੈਨੂੰ, ਮੇਰੀ ਫੋਟੋ ਫੇਸਬੁੱਕ ਤੋਂ ਹੀ ਕੱਢ ਕੇ ਬੇਬੀ ਨੂੰ ਦਿਖਾਈ ਸੀ ਨਾ ਕਿ ਇਹ ਤੁਹਾਡੀ ਨੂੰ ਹੈ। ਕਿਹੜੀ ਫੋਟੋ? ਮੇਰੀ ਫੋਟੋ, ਬੇਬੀ ਨੇ ਦੱਸਤਾ ਮੈਨੂੰ ਸਭ ਕੁਝ। ਬੇਬੇ ਵੀ ਗੱਲ ਨੂੰ ਬਾਹਲੀ ਛੇਤੀ ਲੀਕ ਆਊਟ ਕਰ ਦਿੰਦੀ ਆ। ਚਲੋ ਜੇ ਬੇਬੇ ਨੇ ਤੁਹਾਨੂੰ ਦੱਸ ਹੀ ਦਿੱਤਾ ਨਾ, ਬਾਕੀ ਦਾ ਸੱਚ ਤੁਹਾਨੂੰ ਮੈਂ ਦੱਸਦਾ। ਉਹ ਬਸ ਕਰ ਤੂੰ, ਮੈਂ ਕੋਈ ਹੋਰ ਝੂਠ ਨਹੀਂ ਸੁਣਨਾ ਚਾਹੁੰਦੀ। ਉਹ ਮੇਰੇ ਰੈਪੂਟੇਸ਼ਨ ਤੇ ਨਾ ਜਾ, ਮੈਂ ਸੱਚ ਬੋਲ ਰਿਹਾ ਵਾਂ। ਯਾਰ ਪਿੰਡ ਵਾਲੇ ਮੇਰਾ ਵਿਆਹ ਇੱਕ ਇਹੋ ਜਿਹੀ ਕੁੜੀ ਨਾਲ ਕਰਨ ਨੂੰ ਫਿਰਦੇ ਸੀਗੇ ਜਿਹਨੂੰ ਮੈਂ ਪਿਆਰ ਹੀ ਨਹੀਂ ਸੀ ਕਰਦਾ। ਧਾਰੀ ਨੇ ਸਾਲੇ ਨੇ ਨੈੱਟ ਤੋਂ ਕੱਢ ਕੇ ਤੇਰੀ ਫੋਟੋ ਦਿਖਾਤੀ, ਫਿਰ ਮੈਂ ਕੈਨੇਡਾ ਗਿਆ। ਬਾਕੀ ਦੀ ਸਟੋਰੀ ਯੂ ਨੋ ਬੈਟਰ। ਹੈਲੋ, ਚੱਲ ਕਰ ਚੱਲੀ ਨਾ। ਜਸਟ ਸ਼ਟ ਅਪ, ਹਾਊ ਡੇਅਰ ਯੂ। ਤੂੰ ਆਪਣੀ ਪ੍ਰੋਬਲਮ ਸੋਲਵ ਕਰਨ ਲਈ ਮੇਰਾ ਯੂਜ਼ ਕੀਤਾ ਹੈ? ਨਹੀਂ ਨਹੀਂ ਨਹੀਂ, ਗੱਲ ਇਦਾਂ ਦੀ ਨਹੀਂ ਕਿ ਟ੍ਰਾਈ ਟੂ ਅੰਡਰਸਟੈਂਡ, ਮੇਰੀ ਗੱਲ ਸੁਣ ਪਲੀਜ਼। ਚੱਲ ਮੈਂ ਬੇਬੇ ਨੂੰ ਕੀ ਦੱਸੂਗਾ? ਨੋ ਡਰਾਈਵਰ, ਲੈਟਸ ਗੋ ਪਲੀਜ਼। ਯਾਰ ਤੇਰਾ ਯੈਲੋ ਟਿਕਟ ਟੁੱਟ ਨਾ ਜਾਵੇ। ਮੇਕ ਯੂ ਨੋ ਵੇ ਡਰਾਈਵਰ, ਚਲੋ ਨਾ। ਡਰਾਈਵਰ ਇੱਕ ਮਿੰਟ, ਜਸਟ ਗੈਟ ਆਊਟ ਆਫ ਮਾਈ ਲਾਈਫ ਯਾਰ, ਜਸਟ ਗੋ ਵੇ। ਅੱਛਾ, ਭੂੰਡ ਵਾਲੇ ਨੂੰ 25 ਰੁਪਏ ਦੇ ਵੱਧ ਨਾ ਦੇਈ, ਮੈਂ 50 ਦੂੰਗੀ। ਐਨੀ ਪ੍ਰੋਬਲਮ, ਜਸਟ ਗੈਟ ਲੋਸਟ। ਤੋਦੀ 50 ਲੈ ਲਈ ਓਏ, 25 ਤੇਰੇ ਭਾਪੇ ਨਾਲ ਕਰ ਲੂ ਮੈਂ। ਡਰਾਈਵਰ ਚਲੋ, ਟੇਕ ਕੇਅਰ। ਆਉਣਾ ਇਹ ਤਾਂ ਚੱਲੀ ਕੈਨੇਡੇ, ਹੁਣ ਬੇਬੇ ਨੂੰ ਕੀ ਜਵਾਬ ਦਊ? ਉੱਤੋਂ ਦੀ ਪਿੰਡ ਵਾਲਿਆਂ ਨੇ ਤਾਨੇ ਮਾਰ 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 ਦੇਣਾ। ਟਾਇਰ ਦਾ ਪੈ ਗਿਆ ਪਟਾਕਾ ਓਏ। ਗੱਲ ਨਿਹਾਲ ਸਿੰਘ ਨਹੀਂ, ਤੇਰਾ ਬੋਡੀਗਾਰਡ ਕਹਿ ਰਿਹਾ। ਸਾਲਾਂ ਦੀ ਹੋਈ ਜਾਣਾ, ਆਪਣਾ ਮਕਸਦ ਤਾਂ ਹੱਲ ਹੋ ਗਿਆ ਨਾ। ਪਿੰਡ ਵਾਲਿਆਂ ਨੂੰ ਕੁੜੀ ਲਿਆ ਕੇ ਦਿਖਾਤੀ, ਬੇਬੇ ਨੇ ਵੀ ਸਮਝਾਇਆ, ਸਮਝ ਜਾਣਾ ਹੈ। ਪਰ ਹੁਣ ਮੈਂ ਨਹੀਂ ਚਾਹੁੰਦਾ ਕਿ ਜਸਨੀਤ ਇੱਥੋਂ ਜਾਵੇ। ਕਿਉਂ?
ਮੈਂ ਸੋਚਿਆ ਵੀ ਨਹੀਂ ਸੀ ਮੇਰਾ ਬੋਲਿਆ ਹੋਇਆ ਇੱਕ ਝੂਠ ਮੇਰੀ ਜ਼ਿੰਦਗੀ ਦਾ ਐਡਾ ਵੱਡਾ ਸੱਚ ਬਣ ਜਾਊਗਾ। ਤੂੰ ਤਾਂ ਜਾਣਦਾ ਹੀ ਹੈ ਉਹ ਕਿਸੇ ਹੋਰ ਨੂੰ ਚਾਹੁੰਦੀ ਹੈ, ਇਹ ਗੱਲ ਸੋਚਣ ਦਾ ਕੀ ਫਾਇਦਾ ਫਿਰ। ਪਿਆਰ ਉਸ ਵਗ ਦੇ ਪਾਣੀ ਦੇ ਬਹਾਅ ਵਰਗਾ ਹੁੰਦਾ ਜਿਸ ਨੂੰ ਆਪਾਂ ਰੋਕ ਨਹੀਂ ਸਕਦੇ। ਤੇਰੀਆਂ ਗੱਲਾਂ ਨਾ ਮੇਰੀ ਸਮਝ ਤੋਂ ਬਾਹਰ ਨੇ। ਰੱਬ ਤੇ ਪਿਆਰ ਨੂੰ ਗੱਲਾਂ ਨਾਲ ਨਹੀਂ ਸਮਝਿਆ ਜਾਂਦਾ, ਜੇ ਸਮਝਣਾ ਹੈ ਤੇ ਜਾ ਕੇ ਸਮਰ ਦੀਆਂ ਅੱਖਾਂ 'ਚ ਦੇਖ। ਸਮਰ ਕੀ ਮਤਲਬ? ਸੱਚੇ ਸੰਤ ਤੇ ਪੱਕੇ ਆਸ਼ਕ ਦੀ ਤਾਂ ਅੱਖ ਦੱਸ ਦਿੰਦੀ ਹੈ। ਜਾ ਕੇ ਉਹਦਾ ਹੱਥ ਫੜ ਲੈ, ਤੇਰੀ ਜ਼ਿੰਦਗੀ ਬਣ ਜਾਊ, ਬਾਕੀ ਤੇਰੇ ਘਰਦਿਆਂ ਨੂੰ ਉਹਨੇ ਆਪੇ ਮਨਾ ਲੈਣਾ। ਸਾਲੇ ਆਸ਼ਕਾਂ ਨੂੰ ਗੱਲਾਂ ਬਹੁਤ ਆਉਂਦੀਆਂ ਹੁੰਦੀਆਂ ਨੇ। ਬਹੁਤ ਬਹੁਤ ਵਧਾਈਆਂ ਹੋਣ ਜੀ ਅੱਜ ਤੁਹਾਡੀ ਨੂੰਹ ਰਾਣੀ ਦੀ ਆਉਣ ਦੀ ਖੁਸ਼ੀ 'ਚ। ਮੈਂ ਅਖੰਡ ਪਾਠ ਰਖਵਾਇਆ, ਬੜੇ ਦਿਨਾਂ ਬਾਅਦ ਇਸ ਘਰ ਨੂੰ ਭਾਗ ਲੱਗੇ ਨੇ। ਨਿਹਾਲ ਦੇ ਬਾਪੂ ਜੀ, ਅੱਜ ਤੁਹਾਡੀ ਕਮੀ ਬਹੁਤ ਮਹਿਸੂਸ ਹੋ ਰਹੀ ਆ। ਜੇ ਇਸ ਖੁਸ਼ੀ ਦੇ ਮੌਕੇ ਤੇ ਤੁਸੀਂ ਸਾਡੇ ਨਾਲ ਹੁੰਦੇ ਤਾਂ ਬੇਬੀ ਜੀ ਕੀ ਹੋ ਗਿਆ, ਤੁਸੀਂ ਅੱਖਾਂ ਕਿਉਂ ਭਰ ਲਈਆਂ? ਪੁੱਤਰ, ਅੱਜ ਨਿਹਾਲ ਦੇ ਬਾਪੂ ਜੀ ਦੀ ਬਹੁਤ ਯਾਦ ਆ ਰਹੀ ਹੈ। ਨਿਹਾਲ ਛੋਟਾ ਜਿਹਾ ਹੁੰਦਾ ਸੀ ਜਦੋਂ ਸਾਨੂੰ ਦੋਹਾਂ ਨੂੰ ਇਕੱਲਿਆਂ ਨੂੰ ਛੱਡ ਕੇ ਇਸ ਦੁਨੀਆਂ ਤੋਂ ਚਲੇ ਗਏ। ਬੇਬੀ ਜੀ, ਆਈ ਐਮ ਸੌਰੀ। ਕੋਈ ਨੀ ਪੁੱਤ, ਉਹਨਾਂ ਦੇ ਜਾਣ ਤੋਂ ਬਾਅਦ ਸਾਡੇ ਮਾਂ ਪੁੱਤ ਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਕੋਈ ਖੁਸ਼ੀਆਂ ਲੈ ਕੇ ਆਇਆ। ਬਸ ਹੁਣ ਤਾਂ ਰੱਬ ਅੱਗੇ ਇਹੀ ਅਰਦਾਸ ਹੈ ਕਿ ਇਸ ਘਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਹੁਣ ਤਾਂ ਛੇਤੀ ਦਿਨ ਤੇਰਾ ਤੇ ਨਿਹਾਲ ਦਾ ਵਿਆਹ ਹੋ ਜਾਵੇ, ਨਾਲੇ ਅੱਜ ਤੋਂ ਬਾਅਦ ਨਿਹਾਲ ਦੀ ਜ਼ਿੰਮੇਦਾਰੀ ਤੇਰੀ। ਹੁਣ ਤਾਂ ਮੇਰਾ ਪੋਤੇ ਪੋਤੀਆਂ ਨਾਲ ਖੇਡਣ ਨੂੰ ਬੜਾ ਹੀ ਜੀ ਕਰਦਾ। ਨਾਲੇ ਇੱਕ ਗੱਲ ਹੋਰ, ਮੁੰਡਾ ਹੋਵੇ ਜਾਂ ਕੁੜੀ, ਮੇਰੇ ਨਿਹਾਲ ਤੇ ਨਹੀਂ ਜਾਣਾ ਚਾਹੀਦਾ। ਬੇਬੇ ਨੂੰ ਤਾਂ ਮੈਂ ਆਪੇ ਮਨਾ ਲੂੰਗਾ। ਹੋ ਜੰਨਤ ਵੱਲ ਨੂੰ ਜਾਣ ਲੱਗੇ ਸੀ, ਰੋਈਆਂ ਵੱਲ ਨੂੰ ਮੁੜ ਕੇ ਆ ਗਏ। ਹਾਏ ਪਤਾ ਨਾ ਲੱਗਿਆ ਦਰਦ ਦਿਲਾਂ ਦੇ ਕਿੱਥੋਂ ਕਿੱਥੋਂ ਜੁੜ ਕੇ ਆ ਗਏ। ਹੋਏ ਤੂੰ ਤੇ ਸੌ ਗਿਆ ਚੁੱਪ ਵੱਟ ਕੇ ਅੰਬਰ ਦੇ ਤਾਰਿਆ। ਜ਼ਖਮੀ ਹੈ ਦਿਲ ਸ਼ੇਰ ਦਾ ਹਿਰਨੀ ਨੇ ਮਾਰਿਆ। ਜ਼ਖਮੀ ਹੈ ਦਿਲ ਸ਼ੇਰ ਦਾ ਹਿਰਨੀ ਨੇ ਮਾਰਿਆ।
ਬੇ ਮੈਂ ਹਮੇਸ਼ਾ ਤੈਨੂੰ ਦੁੱਖੀ ਦਿੱਤੇ ਨੇ ਕਦੇ ਵੀ ਤੇਰਾ ਬੀਬਾ ਪੁੱਤ ਨਾ ਬਣ ਸਕਿਆ ਪਰ ਇਹ ਵੀ ਸੱਚ ਹੈ ਕਿ ਤੇਰਾ ਇਹ ਨਲਾਇਕ ਪੁੱਤ ਤੈਨੂੰ ਪਿਆਰ ਬਹੁਤ ਕਰਦਾ ਜ਼ਖਮੀ ਹੈ ਦਿਲ ਸ਼ੇਰ ਦਾ ਹਿਰਦੀ ਨੇ ਮਾਰਿਆ ਜ਼ਖਮੀ ਹੈ ਦਿਲ ਸ਼ੇਰ ਦਾ ਹਿਰਦੀ ਨੇ ਮਾਰਿਆ ਏਕ ਓਂਕਾਰ ਸਤਨਾਮ ਕਰਤਾ ਪੁਰਖ सवाल पूछ लिया तू तू ठीक ता है ना मैं ता ठीक हां बेबे पर पहले मेरे सवाल दा जवाब दे पुत सब तो पक्की तन ता प्यार ते विश्वास दी हुंदी आ रिश्ता पावे जेड़ा मर्जी होवे पर जे किसी बद नसीब तो तन टूट जाए बेबे पोते तंदा एक बारी टूट जान ता फिर बहुत औखियां जुड़दियां ने ते जे जुड़ भी जान ता गांड जरूर पैंदी है पर जे उस अकाल पुरख दी मेहर होवे ता माफी दी तन ना रिश्ता जरूर जुड़ सकता है बस फिर बेबे अपने इस नलायक पुत नूं माफ कर दे की होया निहाल मैं सारी जिंदगी तेरे नाल झूठ बोलिया बेबे मेरा जिस रीत नाल विआह नहीं होया ਉਹਨੂੰ ਮੈਂ ਝੂਠ ਬੋਲ ਕੇ ਲੈ ਕੇ ਆਇਆ ਨਿਹਾਲ ਮੈਨੂੰ ਮਾਫ ਕਰ ਦੇ ਬੇਬੇ ਨਹੀਂ ਤਾਂ ਤੇਰੇ ਬਦਨਸੀਬ ਪੁੱਤ ਨੂੰ ਰੱਬ ਨੇ ਵੀ ਮਾਫ ਨਹੀਂ ਕਰਨਾ ਤੇਰੇ ਝੂਠ ਨੇ ਮੇਰਾ ਦਿਲ ਤਾਂ ਬਹੁਤ ਦੁਖਾਇਆ ਪੁੱਤ ਪਰ ਮਾਂ ਦੀ ਖੁਸ਼ੀ ਲਈ ਇੰਨਾ ਕੁਛ ਕਰਨ ਵਾਲਾ ਪੁੱਤਰ ਕਿਹੜਾ ਰੱਬ ਸਾਰਿਆਂ ਨੂੰ ਦਿੰਦਾ ਨਾ ਮੇਰਾ ਪੁੱਤ ਸ਼ਾਇਦ ਜੇ ਤੂੰ ਇਹ ਝੂਠ ਨਾ ਬੋਲਦਾ ਤਾਂ ਮੈਨੂੰ ਜਸਨੀਤ ਵਰਗੀ ਧੀ ਦਾ ਪਿਆਰ ਨਾ ਮਿਲਦਾ ਉਹਨੇ ਵੀ ਮੈਨੂੰ ਖੁਸ਼ ਰੱਖਣ ਲਈ ਬਹੁਤ ਕੁਝ ਕੀਤਾ ਨਿਹਾਲ ਦੇ ਬਾਪੂ ਜੀ ਨਿਹਾਲ ਨੂੰ ਮਾਫ ਕਰ ਦੇਣਾ ਉਹਨੇ ਮੇਰੀ ਖੁਸ਼ੀ ਖਾਤਰ ਝੂਠ ਬੋਲਿਆ ਸੀ ਮੈਨੂੰ ਨਿਹਾਲ ਨੇ ਸਭ ਕੁਝ ਸੱਚ ਸੱਚ ਦੱਸ ਦਿੱਤਾ ਬੇਟਾ ਜੇ ਮੈਥੋਂ ਕਦੇ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਤਾਂ ਮੈਨੂੰ ਮਾਫ ਕਰ ਦੇ ਨਾ ਬੇਬੇ ਨਾ ਇੱਦਾਂ ਦੀਆਂ ਗੱਲਾਂ ਨਾ ਕਰੋ ਬੇਬੇ ਮੈਨੂੰ ਆਪਣੀ ਪੂਰੀ ਜ਼ਿੰਦਗੀ 'ਚ ਕਿਸੇ ਨੇ ਇੰਨਾ ਪਿਆਰ ਨਹੀਂ ਦਿੱਤਾ ਜਿੰਨਾ ਤੁਸੀਂ ਇੰਨੇ ਥੋੜੇ ਦਿਨਾਂ 'ਚ ਦਿੱਤਾ ਮੈਂ ਤਾਂ ਆਪ ਵਿੱਚ ਦੇਣਾ ਚਾਹੁੰਦਾ ਤੈਨੂੰ ਕੋਈ ਬਾਹਰ ਮਿਲਣਾ ਆ Happy birthday to you. Happy birthday to you. Oh gosh, I missed you so much. I love you, my sweetheart. Oh, ki ho gaya? Kithe gwachi hai? Apna hi birthday bhuli baithi hai. Jassi? Nihal. Nihal. रूप हाय निहाल नाइस टू मीट यू सत श्री अकाल जी मेरी बहना जी देरो चलिए हां पा पुत्र पहली बारी घर आए हो कुछ चाय पानी पी के जाओ बेबी जी थैंक यू सो मच एक्चुअली वी आर गेटिंग वेरी लेट शैल वी लीव नहीं यू गो आई विल कम ओके आई विल वेट नियर द कार चंगा जी सत श्री अकाल पुत्र ਜੇ ਫਿਰ ਕਦੇ ਇੰਡੀਆ ਆਈ ਤਾਂ ਮਿਲ ਕੇ ਜ਼ਰੂਰ ਜਾਈ ਥੈਂਕ ਯੂ ਨਿਹਾਲ ਇੱਕ ਗੱਲ ਹੋਰ ਪੱਗ ਬੰਨ ਕੇ ਰੱਖਿਆ ਕਰ ਸੋਹਣਾ ਲੱਗਦਾ ਰੂਪ ਵੇਟ ਕਰਦਾ
थैंक यू सो मच सरदार जी, तुसी मेरी जस्सी का बड़ा ख्याल रखे। मैं तो कहना तुसी भी कोई सोनी जी कुड़ी लभ लो और ब्याह करा लो, क्यों जस्सी? मेरी चिंता ना कर, हर सरदार नू कुड़ी मिल जाती है पर हर कुड़ी नू सरदार नहीं मिलता। ठीक है जी, चलिए आओ जी बैठो। स्टॉप द कार ही। व्हाट हैपेंड डार्लिंग, तू गड्डी तो थली क्यों उतराई? I hope everything is okay. Come on, let's go. एक मिनट। Okay, okay. I don't want to leave, Roop. I don't know, but I just don't want to leave this place and go. Have you gone mad? मैं इतनी दूर तेनू लेने आया थे, तू कह रही तू मेरे नाल नहीं जा सकती? I don't know what's wrong with me, Roop. Just confused that all I know is मैं कनाडा नहीं वापस जाना चाहती। I just feel I'm missing something. Excuse me? Hello? Look at me. Look at me. Don't tell me that you're in love with Nihal. Oh my God. Oh my. Don't tell me that you're in love with Nihal. तू उन्हें एक बारी रुकने लगी, क्या कहता देखना सी? की फायदा, वो तो रूप नू प्यार कर दिया। वेखी निहाल कितने भुलेखे च ना रह जी, कुड़ी दे ता पता लग जांदा हुंदा कि रुस्सी किदे नाल है, पर ए कहना बहुत मुश्किल हुंदा है कि प्यार किदे नाल कर दिए। ए ता मैनू पता नहीं, बस मैं ता यही जानदा भी बंदा जिनू प्यार करदा होवे ओदा कदे दिल नहीं तोड़ सकता। निहाल ने तेनू कुछ कहा? वो ता झूठा है, कुछ नहीं कहंदा, बस गल्लां ही करी जांदा है। Okay, listen to me. Nihal is a very nice guy. Je tusi dono ek dooje nu pyar karde ho ta don't bother about me. I will do anything for your happiness, Jesse. Trust me. Thank you so much, Roop. Thanks a lot for that. Nale main tere ghar deyan nu aj sara kuch sach sach dass dena ki main oh munda ni jinne tenu dhokhe na Canada bulaya si. Mainu eh sach bare ta pehle hi pata si beta ji. मैं ये भी जानता कि तू आ सारा कुछ साड़ी खुशी लिए कर रहे हैं, ते मैं अपने परिवार की खुशी लिए तेनू अपने जवाई मन के तेरा वेलकम किया सी, पर मेरिया अखा हाले भी इस कंजर नू लभ रही ने जिन्हें मेरी बेटी नू धोखा दिता सी। रहन दो पापा। ओ देख तां लैण दे किन्ना कु सोहणा मेरे नालों। प्लीज। ओ ले आओ रे। आई हेट हिम। हुण तेनू ते निहाल नू मिलाना। ए ओही आ जड़ा जसनीत नू मेरे तो लेके गया। ओ नो। जसनीत कुछ बोली ना, मेरी गल ध्यान ना सुन, ए रूप ओही मुंडा वा जिन्हें सिमरत दी जिंदगी बर्बाद कीती आ। मैनू लगदा तेरे ते जड़े अटैक हो रहे ने ना ए भी यही करा रहा।
ਕੀ ਹੋ ਗਿਆ ਜੱਸੀ? ਤੂੰ ਘਬਰਾ ਕਿਉਂ ਰਹੀ ਹੈ? ਆਪਣੇ ਹੀ ਬੰਦੇ ਨੇ। ਮੈਂ ਤੇਰੇ ਕੋਲ ਨਾ ਵਾ, ਮੈਂ ਤੇ ਤੇਰਾ ਰੂਪ ਆ ਨਾ। ਕੁੜੀਆਂ ਰੂਪ ਤੋਂ ਭੱਜੀਆਂ ਨਹੀਂ, ਰੂਪ ਕੁੜੀਆਂ ਨੂੰ ਛੱਡ ਦਿੰਦਾ ਹੈ। ਤੂੰ ਚੱਲ ਮੇਰੇ ਨਾਲ, ਆਜਾ ਚੱਲ ਚੱਲ ਮੇਰੇ ਨਾਲ। ਭੱਜ ਗਈ। ਹੁਣ ਐ ਨਾ ਪੁੱਛੀ ਕਿਹਦੇ ਨਾਲ ਗੱਲੇ ਗਈ, ਪਰ ਤੂੰ ਘਬਰਾਈ ਨਾ, ਬਿਲਕੁਲ ਨਾ ਘਬਰਾਈ। ਮੈਂ ਆਪਣੇ ਬੰਦੇ ਭੇਜੇ ਨਾ ਉਹਦੇ ਪਿੱਛੇ। ਮੈਂ ਤੇ ਕਹਿਣਾ ਤੂੰ ਵੀ ਆ ਜਾ, ਇਕੱਠਾ ਲੱਭਾਂਗੇ। ਜੇ ਜਸਮੀਤ ਨੂੰ ਕੁਛ ਹੋਇਆ ਨਾ। ਔਖਾ ਨਾ ਨਿਹਾਲ, ਹੁਣ ਤੱਕ ਤੂੰ ਉਹਨੂੰ ਬਚਾ ਰਿਹਾ ਸੀ ਜਦ ਮੈਂ ਉਹਨੂੰ ਮਾਰਨਾ ਹੀ ਨਹੀਂ ਚਾਹੁੰਦਾ ਸੀ, ਪਰ ਅੱਜ ਮੈਂ ਉਹਨੂੰ ਜ਼ਰੂਰ ਮਾਰਾਂਗਾ। ਜੇ ਸਿੰਘ ਇਸ ਦਾ ਮੈਂ ਨਾ, ਤਾਂ ਬਚਾ ਲਿਆ ਆਪਣੀ ਕੌਰ ਨੂੰ। ਜਸਮੀਤ, ਉਹ ਲੁੱਕਾ ਚੁੱਪੀ ਦਾ ਖੇਡ ਖੇਡਣਾ ਹੈ ਤਾਂ ਕੋਈ ਗੱਲ ਨਹੀਂ, ਖੇਡ ਲੈਂਦੇ ਆ। ਕੁੱਕ ਲੱਛੂ ਪਾਕੀ ਜੁਮੇ ਰਾਤ ਆਈ ਹੈ, ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਬਤ ਆਈ ਹੈ। ਤੂੰ ਮੇਰੇ ਸਾਰੇ ਪਲੈਨ ਤੇ ਪਾਣੀ ਫੇਰ ਦਿੱਤਾ। ਤੇਰੇ ਤੇ ਮੈਂ ਇੰਨੇ ਅਟੈਕ ਕਰਵਾਏ, ਪਰ ਤੂੰ ਹਰ ਵਾਰੀ ਪਛਤੀ ਰਹੀ। ਚੜ੍ਹਦੀ ਹੈ ਕਿਉਂ? ਕਿਉਂਕਿ ਮੈਂ ਤੈਨੂੰ ਮਾਰਨਾ ਹੀ ਨਹੀਂ ਚਾਹੁੰਦਾ ਸੀ, ਸਿਰਫ ਡਰਾਉਣਾ ਚਾਹੁੰਦਾ ਸੀ ਤਾਂ ਕਿ ਸਾਰੀ ਦੁਨੀਆ ਤੇਰੀ ਫੈਮਿਲੀ ਤੇ ਸ਼ੱਕ ਕਰੇ। ਮਿਰਤੇ ਨੇ ਫਿਰ ਜਦੋਂ ਤੂੰ 21 ਸਾਲਾਂ ਦੀ ਕਰੋੜਪਤੀ ਬਣ ਜਾਂਦੀ, ਸਾਰੀ ਪ੍ਰਾਪਰਟੀ ਤੇਰੇ ਨਾਂ ਹੋ ਜਾਂਦੀ, ਤਾਂ ਮੈਂ ਤੇਰੇ ਨਾਲ ਵਿਆਹ ਕਰਦਾ, ਫਿਰ ਹੌਲੀ ਹੌਲੀ ਮੈਂ ਤੈਨੂੰ ਮਾਰਦਾ। ਆਟੋਮੈਟਿਕਲੀ ਸਾਰੀ ਪ੍ਰਾਪਰਟੀ ਮੇਰੇ ਨਾਂ ਹੋ ਜਾਂਦੀ। ਪਰ ਤੂੰ ਸੁਨਿਹਾਲ ਨੂੰ ਦਿਲ ਦੇ ਕੇ ਮੇਰੀ ਸਾਰੀ ਉਮੀਦਾਂ ਤੇ ਪਾਣੀ ਫੇਰ ਦਿੱਤਾ, ਪਰ ਹੁਣ ਤੂੰ ਮੇਰੇ ਕਬਜ਼ੇ 'ਚ ਹੈ। ਕੌਣ ਬਚਾਏਗਾ ਤੈਨੂੰ? ਉਹ ਸਿੰਘ, ਉਹ ਨਿਹਾਲ ਸਿੰਘ, ਉਹ ਤਾਂ ਡਰ ਗਿਆ। ਬੰਦੇ ਚੋਂ ਡਰ ਕੱਢ ਦਈਏ ਤਾਂ ਜੱਟ ਬਾਕੀ। ਲਾਤ
लो जी तुहाडे रूप दा काम तां निबड़ गया, हुण दसो की प्लान आ। मैं की दसना, बना ले अपने बेबे दी नूं, दस मंजूर है? जे मंजूर नहीं ते उही तेरे पिछे तपड़ तपड़ी होया फिरदा। गल सुन, गो बैक होम, कपड़े धोण वाले पए ने। हां कपड़े तां तू ही धोएगा? क्या एक्सपीरियंस तां तेरा ही ज्यादा है। ते रोटी रोटी भी तू ही बनाएगा, होर गुरुद्वारे हो लैनी है।